ਦਲੀਪ ਕੌਰ ਟਿਵਾਣਾ ਦਾ ਨੋਵਲ ਹੈ ਤੁਰਦਿਆਂ ਤੁਰਦਿਆਂ। ਪਹਿਲਾ ਕਾਂਡ। ਮੇਰੀ ਮਾਂ ਆਪਣੀ ਮਾਂ ਹਰਕੁਰ ਅਤੇ ਆਪਣੇ ਬਾਪੂ ਹੀਰਾ ਸਿੰਘ ਦੀਆਂ ਗੱਲਾਂ ਬੜੇ ਮੂੰਹ 'ਚ ਭਿੱਜ ਕੇ ਦੱਸਦੀ ਸੀ। ਆਖਦੀ ਸੀ ਸਾਡੇ ਖੂਹ 'ਤੇ ਵੱਡੇ ਵੱਡੇ ਦਰੱਖਤਾਂ ਦਾ ਝੁੰਡ ਸੀ, ਉਹਨਾਂ ਦੇ ਵਿਚਕਾਰ ਇੱਕ ਵੱਡਾ ਸਾਰਾ ਸਾਡਾ ਕੋਠਾ ਛੱਤਿਆ ਹੋਇਆ ਸੀ, ਜਿੱਥੇ ਸਾਲ 'ਚ ਕਿੰਨੀ ਵਾਰੀ ਸਾਧੂਆਂ ਦੀਆਂ ਜਮਾਤਾਂ ਆ ਉਤਰਦੀਆਂ। ਉਹ ਗਿਆਨ ਚਰਚਾ ਕਰਦੇ, ਦ੍ਰਿਸ਼ਟਾਂਤਾਂ ਨਾਲ ਗੱਲਾਂ ਸਮਝਾਉਂਦੇ, ਕਿੰਨੇ ਹੀ ਰਾਜੇ ਰਾਣੀਆਂ, ਭਗਤਾਂ, ਯੋਧਿਆਂ, ਸਾਧੂ ਸੰਤਾਂ ਅਤੇ ਡਕੈਤਾਂ ਦੀਆਂ ਕਥਾ ਕਹਾਣੀਆਂ ਰਾਹੀਂ ਜ਼ਿੰਦਗੀ ਦੇ ਕੱਚ ਸੱਚ ਬਾਰੇ ਸਮਝਾਉਂਦੇ। ਪਿੰਡ ਵਿੱਚੋਂ ਵੀ ਲੋਕ ਦੁੱਧ ਦੀਆਂ ਬਲਟੋਈਆਂ ਕੱਚਾ ਮਿੱਠਾ ਪਾ ਕੇ ਲੈ ਕੇ ਜਾਂਦੇ, ਪਰ ਰੋਟੀਆਂ ਦੇ ਟੋਕਰੇ ਅਤੇ ਦਾਲਾਂ ਦੀਆਂ ਵੱਡੀਆਂ ਟੋਕਣੀਆਂ ਮੇਰੀ ਨਾਨੀ ਹਰਕੁਰ ਚੁਕਵਾ ਕੇ ਲੈ ਜਾਂਦੀ। ਸਾਧਾਂ ਸੰਤਾਂ ਨੂੰ ਭੋਜਨ ਚੁਕਾਉਂਦੀ, ਉਹਨਾਂ ਦੇ ਚਰਨਾਂ 'ਤੇ ਨਮਸਕਾਰ ਕਰਦੀ ਅਤੇ ਆਖਦੀ, ਮਹਾਰਾਜ ਨਗਰ ਖੇੜੇ ਸੁੱਖ ਰੱਖਿਓ, ਫਸਲ ਬਾੜੀ ਚੰਗੀ ਹੋਵੇ, ਨੂੰਹਾਂ ਧੀਆਂ ਭੈਣਾਂ ਸੁਖੀ ਵਸਣ। ਇਉਂ ਹੀ ਸੰਤਾਂ ਦੀਆਂ ਮੰਡਲੀਆਂ ਆਉਂਦੀਆਂ ਅਤੇ ਚਲੀਆਂ ਜਾਂਦੀਆਂ। ਕਈ ਵਾਰੀ ਨਾਨਾ ਨਾਨੀ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਹਰਿਦੁਆਰ ਨਹਾਉਣ ਚਲੇ ਜਾਂਦੇ ਅਤੇ ਕਈ ਕਈ ਦਿਨ ਨਾ ਮੁੜਦੇ। ਉਹਨਾਂ ਦਾ ਵਿਸ਼ਵਾਸ ਸੀ ਗੰਗਾ ਇੱਕ ਪਵਿੱਤਰ ਨਦੀ ਹੈ, ਜਿਸ 'ਚ ਇਸ਼ਨਾਨ ਕੀਤਿਆਂ ਸਭ ਪਾਪ ਧੋਤੇ ਜਾਂਦੇ ਨੇ। ਇਸੇ ਤਰ੍ਹਾਂ ਨਾਨੇ ਦੇ ਖੂਹ 'ਤੇ ਭਗਵੇਂ ਕੱਪੜਿਆਂ ਵਾਲੇ, ਘੋਣ ਮੋਣ ਸਿਰਾਂ ਵਾਲੇ, ਗਲ 'ਚ ਮਾਲਾ, ਹੱਥ 'ਚ ਚਿੱਪੀ ਜਾਂ ਕਮੰਡਲ, ਪੈਰੀਂ ਖੜਾਵਾਂ, ਉਜਲੇ ਚਿਹਰਿਆਂ 'ਤੇ ਚਮਕਦੀਆਂ ਅੱਖਾਂ ਵਾਲੇ ਸੰਤਾਂ ਦੀ ਵੱਡੀ ਟੋਲੀ ਉੱਥੇ ਆ ਕੇ ਰੁਕੀ। ਮਾਂ ਦੱਸਦੀ ਸੀ ਨਾਨੀ ਨੂੰ ਜਿਵੇਂ ਚਾਅ ਚੜ ਗਿਆ। ਉਹਨੇ ਪੇਕਿਆਂ ਤੋਂ ਆਪਣੀ ਭਰਜਾਈ ਨੂੰ ਸੱਦ ਲਿਆ ਅਤੇ ਨਾਈਆਂ ਦੀ ਬੁੜੀ ਨੂੰ ਨਾਲ ਲਾ ਲਿਆ। ਦਾਲ ਰੋਟੀ ਦੇ ਨਾਲ ਉਹ ਕਦੇ ਖੀਰ ਸੰਤਾਂ ਨੂੰ ਪਹੁੰਚਾਉਂਦੀ, ਕਦੇ ਪ੍ਰਸ਼ਾਦ। ਕਈ ਦਿਨ ਦੇ ਵਿਸ਼ਰਾਮ ਤੋਂ ਮਗਰੋਂ ਉੱਥੋਂ ਕੂਚ ਕਰਨ ਵਾਲੇ ਦਿਨ ਵੱਡੇ ਮਹਾਰਾਜ ਨੇ ਨਾਨੀ ਨੂੰ ਕੋਲ ਬੁਲਾ ਕੇ ਆਖਿਆ, ਮੰਗ ਲੈ ਮਾਤਾ ਜੋ ਕੁਝ ਮੰਗਣਾ ਹੈ। ਸੰਤਾਂ ਮੂਹਰੇ ਹੱਥ ਜੋੜੀ ਖੜੀ ਨਾਨੀ ਨੇ ਇੱਕ ਪਲ ਸੋਚਣ ਮਗਰੋਂ ਆਖਿਆ, ਹੋਰ ਤਾਂ ਮਹਾਰਾਜ ਰੱਬ ਦਾ ਦਿੱਤਾ ਸਭ ਕੁਝ ਹੈ, ਪਰ ਸਾਡੇ ਪਿੰਡ 'ਚ ਜਦੋਂ ਕੋਈ ਬਿਮਾਰ ਪੈ ਜਾਂਦਾ ਤਾਂ ਦਵਾ ਦਾਰੂ ਦੇਣ ਵਾਲਾ ਵੈਦ ਹਕੀਮ ਕੋਈ ਨਹੀਂ ਲੱਭਦਾ। ਜੇ ਤਰੁੱਠੇ ਹੀ ਹੋ ਤਾਂ ਜਿਹੜਾ ਤੁਹਾਡੇ ਨਾਲ ਦਵਾ ਦਾਰੂ ਦੇਣ ਵਾਲਾ ਸਾਧੂ ਭਗਵਾਨ ਦਾਸ ਹੈ, ਇਹ ਸਾਡੇ ਪਿੰਡ ਨੂੰ ਦੇ ਜਾਓ। ਇੱਕ ਪਲ ਚੁੱਪ ਰਹਿਣ ਮਗਰੋਂ ਵੱਡੇ ਮਹਾਰਾਜ ਨੇ ਸਾਧੂ ਭਗਵਾਨ ਦਾਸ ਨੂੰ ਆਖਿਆ, ਕੱਲ੍ਹ ਮੂੰਹ ਨੇਰੇ ਅਸੀਂ ਇੱਥੋਂ ਕੂਚ ਕਰ ਜਾਣਾ, ਤੂੰ ਭਗਵਾਨ ਦਾਸ ਇੱਥੇ ਇਸੇ ਪਿੰਡ 'ਚ ਰਹਿਣਾ ਅਤੇ ਲੋਕਾਂ ਨੂੰ ਦਵਾ ਦਾਰੂ ਦੇਣੀ ਹੈ। ਬਾਵੇ ਭਗਵਾਨ ਦਾਸ ਕੋਲ ਹੁਕਮ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਸਾਧੂਆਂ ਦੀ ਟੋਲੀ ਕੂਚ ਕਰ ਗਈ ਅਤੇ ਪਿੰਡ ਵਾਲਿਆਂ ਨੇ ਪਿੰਡ ਦੇ ਬਾਹਰ ਬਾਹਰ ਸ਼ਾਮ ਲਾਟ 'ਚ ਝਿੜੀ ਕੋਲ ਬਾਵੇ ਭਗਵਾਨ ਦਾਸ ਲਈ ਕੁਟੀਆ ਬਣਾ ਦਿੱਤੀ। ਆਲੇ ਦੁਆਲੇ ਜ਼ਮੀਨ ਸਾਫ਼ ਕਰਕੇ ਲਿਪ ਪੋਚ ਦਿੱਤੀ, ਨੇੜੇ ਖੂਹ ਲਗਵਾ ਦਿੱਤਾ। ਬਾਬਾ ਭਗਵਾਨ ਦਾਸ ਅੱਠੀ ਪੈਰੀਂ ਇੱਕ ਵਾਰੀ ਭੋਜਨ ਖਾਂਦਾ ਸੀ। ਪਿੰਡ ਦਾ ਹਰੇਕ ਘਰ ਆਪਣੀ ਵਾਰੀ ਸਿਰ ਚਾਹ ਪਾਣੀ ਹੱਥੀਂ ਮਿੱਸੀਆਂ ਰੋਟੀਆਂ ਨਾਲ, ਮੱਖਣੀ ਨਾਲ, ਚੋਪੜ ਕੇ ਅਤੇ ਨਾਲ ਲੱਸੀ ਦਾ ਗੜਵਾ ਅਤੇ ਇੱਕ ਗੰਢਾ ਭੇਜ ਦਿੰਦੇ। ਬਸ ਇਹੀ ਸਾਰਾ ਦਿਨ ਦਾ ਬਾਵੇ ਭਗਵਾਨ ਦਾਸ ਦਾ ਆਹਾਰ ਸੀ। ਦਿਨ ਭਰ ਉਹ ਆਏ ਗਏ ਬੁੜਿਆਂ ਠੇਰਿਆਂ ਨਾਲ ਕਥਾ ਵਾਰਤਾ ਵੀ ਕਰਦਾ ਰਹਿੰਦਾ। ਮਲੇਰਕੋਟਲੇ ਤੋਂ ਲਿਆ ਕੇ ਜੜੀ ਬੂਟੀਆਂ ਕੁੱਟ ਕੇ ਦਵਾਈਆਂ ਬਣਾ ਬਣਾ ਸ਼ੀਸ਼ੀਆਂ 'ਚ ਪਾ ਕੇ ਰੱਖਦਾ, ਜਾਂ ਕੁਟੀਆਂ ਦੇ ਆਲੇ ਦੁਆਲਿਓਂ ਹੋਰ ਜ਼ਮੀਨ ਸਾਫ਼ ਕਰਨ ਲੱਗ ਜਾਂਦਾ ਸਾਲ ਕੁ ਮਗਰੋਂ ਲੋਕਾਂ ਨੇ ਝਿੜੀ 'ਚ ਹਲਟੀ ਵੀ ਲਗਵਾ ਦਿੱਤੀ, ਜਿਹਨੂੰ ਗੇੜ ਕੇ ਉਹ ਕੁਟੀਆ ਦੇ ਆਲੇ ਦੁਆਲੇ ਬਣਾਈਆਂ ਕਿਆਰੀਆਂ ਭਰਦਾ ਰਹਿੰਦਾ, ਜਿਨ੍ਹਾਂ 'ਚ ਉਹਨੇ ਕਈ ਤਰ੍ਹਾਂ ਦੀਆਂ ਵੇਲਾਂ ਬੂਟੇ ਅਤੇ ਸਬਜ਼ੀਆਂ ਲਗਾ ਰੱਖੀਆਂ ਸਨ। ਉਹ ਸਬਜ਼ੀਆਂ ਭਾਜੀਆਂ ਮੱਥਾ ਟੇਕਣ ਆਈਆਂ ਮਾਈਆਂ ਬੀਬੀਆਂ ਨੂੰ ਮੁੱਠੀ ਕੁ ਪਤਾਸਿਆਂ ਦੇ ਨਾਲ ਦੇ ਛੱਡਦਾ। ਆਖਦੇ ਸਨ ਉਹਨਾਂ ਦੇ ਹੱਥ 'ਚ ਬੜੀ ਸ਼ਫਾ ਸੀ, ਬੜੀ ਛੇਤੀ ਉਹਦੀ ਦਵਾਈ ਅਸਰ ਕਰ ਜਾਂਦੀ ਸੀ। ਲੋਕਾਂ ਨੂੰ ਲੱਗਦਾ ਦਵਾਈ ਦੇ ਨਾਲ ਬਾਵੇ ਭਗਵਾਨ ਦਾਸ ਦੇ ਭਜਨ ਦਾ ਅਸਰ ਵੀ ਤਾਂ ਹੁੰਦਾ ਸੀ। 6 ਕੁ ਮਹੀਨੇ ਮਗਰੋਂ ਨਾਨੀ ਬਿਮਾਰ ਹੋ ਗਈ, ਸਖ਼ਤ ਬਿਮਾਰ। ਸਾਧੂ ਭਗਵਾਨ ਦਾਸ ਮਲੇਰਕੋਟਲੇ ਤੋਂ ਜਾ ਕੇ ਦਵਾਈ ਬਦਲ ਬਦਲ ਕੇ ਦਿੰਦਾ ਰਿਹਾ, ਪਰ ਸਭ ਬੇਅਸਰ। ਮੇਰੇ ਨਾਨਕੇ ਪਿੰਡ ਮਾਨਵੀ ਤੋਂ ਮਲੇਰਕੋਟਲਾ ਦਾਸਕੋ ਦੀ ਵਿੱਥ 'ਤੇ ਸੀ। ਅਖੀਰਲੇ ਦਿਨ ਜਦੋਂ ਨਾਨੀ ਬਹੁਤ ਬਿਮਾਰ ਸੀ ਤਾਂ ਸਾਧੂ ਭਗਵਾਨ ਦਾਸ ਮਲੇਰਕੋਟਲੇ ਦਵਾਈ ਬਦਲ ਕੇ ਲਿਆਉਣ ਲਈ 3 ਵਾਰੀ ਗਿਆ, ਉਹ ਵੀ ਪੈਦਲ, ਕਿਉਂਕਿ ਉਹਨਾਂ ਵੇਲਿਆਂ 'ਚ ਕਾਰਾਂ, ਬੱਸਾਂ ਜਾਂ ਮੋਟਰਸਾਈਕਲਾਂ ਨਹੀਂ ਸੀ ਹੁੰਦੇ। ਅਖੀਰਲੀ ਘੜੀ ਨਾਨੀ ਨੇ 5 ਸਾਲਾਂ ਦੀ ਆਪਣੀ ਧੀ, 3 ਸਾਲ ਦੇ ਇੱਕ ਪੁੱਤਰ ਅਤੇ 1.5 ਸਾਲ ਦੇ ਦੂਜੇ ਪੁੱਤਰ ਵੱਲ ਹੱਥ ਕਰਕੇ ਬਾਵੇ ਭਗਵਾਨ ਦਾਸ ਨੂੰ ਆਖਿਆ, ਵੀਰ ਮੇਰੇ ਜਵਾਕਾਂ ਦਾ ਖਿਆਲ ਰੱਖੀ, ਅਤੇ ਆਖ ਕੇ ਚੱਲ ਵਸੀ। ਪੱਥਰ ਬਣੀ ਮਰੀ ਪਈ ਨਾਨੀ ਹਰਕੁਰ ਦੇ ਮੂੰਹ ਵੱਲ ਤੱਕਦਿਆਂ ਬਾਵੇ ਭਗਵਾਨ ਦਾਸ ਨੂੰ ਲੱਗਿਆ, ਉਹ ਇੱਕ ਗ੍ਰਸਥਣ ਸੀ ਅਤੇ ਮੈਂ ਇੱਕ ਸਾਧੂ।
ਹੁਣ ਸਭ ਕੁਝ ਤਿਆਗ ਕੇ ਜਿਵੇਂ ਤੁਰੇ ਜਾਂਦੇ ਸਾਧੂਆਂ ਨਾਲ ਰਲ ਗਈ ਹੋਵੇ ਤੇ ਮੈਨੂੰ ਇੱਕ ਸਾਧੂ ਨੂੰ ਵੀਰ ਬੱਚਿਆਂ ਦਾ ਖਿਆਲ ਰੱਖੀ ਆਖ ਕੇ ਇੱਕ ਗ੍ਰਸਤੀ ਬਣਾ ਗਈ ਹੋਵੇ। ਬੀਬੀ ਨੇ ਦੱਸਿਆ ਹੁਣ ਰੋਟੀ ਟੁੱਕ ਕਰਨ ਲਈ ਨੈਣ ਆਉਂਦੀ ਸੀ ਤੇ 8ਵੇਂ ਦਿਨ ਨਾਨੀ ਦੀ ਭਰਜਾਈ ਨੇੜੇ ਦੇ ਪਿੰਡੋਂ ਆ ਕੇ ਬੱਚਿਆਂ ਨੂੰ ਨੁਹਾ ਧੁਆ ਜਾਂਦੀ, ਉਹਨਾਂ ਦੇ ਕੱਪੜੇ ਧੋ ਜਾਂਦੀ। ਹਰ ਰੋਜ਼ ਬਾਬਾ ਭਗਵਾਨ ਦਾਸ ਇਸ ਘਰ ਚੱਕਰ ਲਾਉਂਦਾ, ਨਾਨਾ ਜੀ ਨਾਲ ਪਰਮਾਰਥ ਦੀਆਂ ਗੱਲਾਂ ਕਰਦਾ, ਕਥਾ ਕਹਾਣੀਆਂ ਸੁਣਾਉਂਦਾ ਤੇ ਫਿਰ ਉਹਨੇ ਮੇਰੀ ਮਾਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪਹਿਲਾਂ 35 ਅੱਖਰ, ਫਿਰ ਭੁਲਾਵੇਂ ਅੱਖਰ, ਫਿਰ ਜੁੜਵੇਂ ਸ਼ਬਦ ਅਤੇ ਅਖੀਰ ਸਿਹਾਰੀ ਬਿਹਾਰੀ ਔਂਕੜਾਂ ਦੁਲੈਂਕੜਾਂ ਸਮਝਾਈਆਂ, ਫਿਰ ਸੰਥਿਆ ਦੇ 5 ਗ੍ਰੰਥੀ ਪੜ੍ਹਾਈ ਅਤੇ ਇਉਂ ਹੀ 5 ਬਾਣੀਆਂ ਮੂੰਹ ਜ਼ਬਾਨੀ ਯਾਦ ਕਰਵਾਈਆਂ ਅਤੇ ਸੰਥਿਆ ਦੇ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਾਇਆ। ਬੀਬੀ ਦੱਸਦੀ ਜਦੋਂ 15-16 ਸਾਲ ਦੀ ਹੋ ਗਈ ਤਾਂ ਨਾਨਾ ਜੀ ਵਾਰ ਲੱਭਣ ਲੱਗੇ। ਅਖੀਰ ਉੱਚੀ ਰੱਬੋ ਦੇ ਸਰਦਾਰ ਹਜੂਰਾ ਸਿੰਘ ਦੇ ਇੱਕੋ ਇੱਕ ਪੁੱਤਰ ਦੇ ਹੱਥ ਰੁਪਇਆ ਧਾਰ ਆਏ। ਰਿਸ਼ਤਾ ਕਰਕੇ ਨਾਨਾ ਜੀ ਜਿਵੇਂ ਛਾਲਾ ਮਾਰਦੇ ਆਏ ਆ ਕਿ ਅੱਜ ਤਾਂ ਰੱਬ ਨੂੰ ਹੱਥ ਲਾ ਆਏ ਆ। ਏਡੀ ਵੱਡੀ ਹਵੇਲੀ, ਹਵੇਲੀ ਦੇ ਵਿੱਚ ਕਿਤੇ ਰੰਗ ਬਿਰੰਗੇ ਸ਼ੀਸ਼ੇ, ਕਿਧਰੇ ਫੁੱਲ ਬੂਟਿਆਂ ਵਾਲੀਆਂ ਛੱਤਾਂ, ਕਿਤੇ ਛੱਤਾਂ ਤੋਂ ਲਟਕਦੇ ਟੋਕਰਿਆਂ ਜਿੱਡੀਆਂ ਜਿੱਡੀਆਂ ਬਲੌਰਾਂ ਦੀਆਂ ਛੱਤਰੀਆਂ। ਹੱਥ ਰੁਪਇਆ ਧਰ ਕੇ ਜਦੋਂ ਚਲੇ ਗਏ ਤਾਂ ਮੇਰੀ ਦਾਦੀ ਨੇ ਮੇਰੇ ਦਾਦੇ ਨੂੰ ਪੁੱਛਿਆ, ਏਡੇ ਵੱਡੇ ਚੰਗੇ ਘਰਾਂ ਦੇ ਰਿਸ਼ਤੇ ਤਾਂ ਤੁਹਾਡੇ ਨਾਕੇ ਹੇਠ ਨਹੀਂ ਸੀ ਆਉਂਦੇ, ਹੁਣ ਕਿਵੇਂ ਝੱਟ ਦੇ ਕੇ ਮੰਨ ਗਏ? ਬਾਬਾ ਜੀ ਨੇ ਦੱਸਿਆ ਇੱਕ ਸਾਧੂ ਲੜਕੀ ਦੇ ਬਾਪ ਦੇ ਨਾਲ ਆਇਆ ਸੀ। ਮੈਂ ਸਾਧੂ ਨੂੰ ਕਿਵੇਂ ਜਵਾਬ ਦੇ ਸਕਦਾ ਸੀ? ਨਾਲੇ ਉਹ ਦੱਸਦੇ ਸਨ ਲੜਕੀ ਗੁਰੂ ਮਹਾਰਾਜ ਦੀ ਪਾਠਣ ਹੈ ਅਤੇ ਇਉਂ ਮੇਰੀ ਮਾਂ ਦਾ ਇੱਕ ਵੱਡੇ ਘਰ ਰਿਸ਼ਤਾ ਹੋ ਗਿਆ। ਆਖਦੇ ਨੇ ਜਦੋਂ ਪਾਠ ਕਰਦੀ ਲੋਕ ਕੰਧਾਂ ਕੌਲਿਆਂ ਨਾਲ ਖੜ ਖੜ ਸੁਣਦੇ, ਇੰਨੀ ਸੁਰੀਲੀ ਅਤੇ ਮਿੱਠੀ ਆਵਾਜ਼ ਸੀ ਉਹਦੀ ਅਤੇ ਇੰਨਾ ਭਿੱਜ ਕੇ ਉਹ ਪਾਠ ਕਰਦੀ ਸੀ। ਅਸੀਂ ਭੈਣ ਭਾਈ ਜਦੋਂ ਵੱਡੇ ਹੋ ਗਏ, ਜਿਉਂ ਪਿਓ ਜਿਨ੍ਹਾਂ ਦਾ ਸ਼ਰਾਬ ਪੀਣ ਵਾਲਾ ਅਤੇ ਹਰ ਰੋਜ਼ ਸ਼ਿਕਾਰ 'ਤੇ ਚੜ੍ਹਿਆ ਰਹਿੰਦਾ ਸੀ, ਸਾਨੂੰ ਬੀਬੀ ਦਾ ਪਾਠ ਪੂਜਾ ਪੁੰਨ ਦਾਨ ਹਰ ਮੰਗਤੇ ਨੂੰ ਖੈਰ ਪਾਉਣੀ, ਹਰ ਭੁੱਖੇ ਨੂੰ ਰੋਟੀ ਖਵਾਉਣੀ ਅਤੇ ਹਰ ਇੱਕ ਸਾਧੂ ਦੇ ਪੈਰੀਂ ਹੱਥ ਲਾਉਣੇ ਕੁਝ ਅੱਖਰ ਦੇ ਵੀ ਸਨ। ਮੈਂ ਇੱਕ ਦਿਨ ਆਖਿਆ, ਬੀਬੀ ਤੂੰ ਹਰ ਸਾਧੂ ਦੇ ਪੈਰ ਛੂਹਣ ਲੱਗ ਜਾਂਦੀ ਹੈ, ਬਹੁਤੇ ਇਹਨਾਂ 'ਚੋਂ ਹੱਟੇ ਕੱਟੇ ਅਤੇ ਵਿਹਲੜ ਹੁੰਦੇ ਨੇ। ਬੀਬੀ ਹੈਰਾਨ ਹੋ ਕੇ ਮੇਰੇ ਵੱਲ ਝਾਕੀ ਅਤੇ ਆਖਣ ਲੱਗੀ, ਮੈਂ ਸਾਧੂ ਨੂੰ ਤਾਂ ਮੱਥਾ ਟੇਕਦੀ ਨਹੀਂ, ਉਹਦੇ ਸਾਧੂਪਣ ਨੂੰ ਮੱਥਾ ਟੇਕਦੀ ਹਾਂ। ਇਹ ਗੱਲ ਮੈਨੂੰ ਕਦੇ ਨਹੀਂ ਭੁੱਲੀ ਕਿ ਬੀਬੀ ਸਾਧੂ ਨੂੰ ਮੱਥਾ ਨਹੀਂ ਸੀ ਟੇਕਦੀ, ਸਾਧੂ ਜਿਸ ਗੱਲ ਦਾ ਪ੍ਰਤੀਕ ਸੀ ਉਹਨੂੰ ਨਮਸਕਾਰ ਕਰਦੀ ਸੀ। ਇਹ ਗੱਲ ਮੇਰੇ ਸੰਸਕਾਰਾਂ 'ਚ ਚਲੀ ਗਈ ਹੈ। ਇੱਕ ਅਜਿਹਾ ਜੁਗਨੂ ਹੈ ਜਿਹੜਾ ਕਾਲੀ ਬੋਲੀ ਰਾਤ ਵਿੱਚ ਟਿਮਟਿਮਾਉਂਦਾ ਕਦੇ ਨਾ ਕਦੇ ਮੈਨੂੰ ਦਿਸ ਪੈਂਦਾ। ਅੰਗ ਦੂਸਰਾ, ਜ਼ਿੰਦਗੀ 'ਚ ਅਨੇਕਾਂ ਲੋਕ ਸਾਨੂੰ ਮਿਲਦੇ ਨੇ ਪਰ ਉਹਨਾਂ ਵਿੱਚੋਂ ਕੁਝ ਕੁ ਸਾਡੀ ਯਾਦ, ਸਾਡੀ ਚੇਤਨਾ ਅਤੇ ਸਾਡੀ ਜੀਵਨ ਸ਼ੈਲੀ 'ਚ ਸਮਾ ਜਾਂਦੇ ਨੇ। ਜੇ ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਾਂ ਤਾਂ ਸਭ ਤੋਂ ਪਹਿਲਾਂ ਮੈਨੂੰ ਆਪਣੀ ਮਾਂ ਯਾਦ ਆਉਂਦੀ ਹੈ, ਦੁੱਧ ਰਿੜਕਦੀ, ਉੱਚੀ ਸੁਰੀਲੀ ਆਵਾਜ਼ 'ਚ ਪਾਠ ਕਰਦੀ, ਵਿਹੜੇ 'ਚ ਚਿੜੀਆਂ ਨੂੰ ਦਾਣੇ ਪਾਉਂਦੀ ਅਤੇ ਕੋਠੇ ਉੱਤੇ ਠੀਕਰੇ 'ਚ ਪਾਣੀ ਧਰਦੀ। ਉਹ ਆਖਦੀ ਸੀ ਪਾਠ ਦੀ ਆਵਾਜ਼ ਨਾਲ ਸਾਰਾ ਵਾਤਾਵਰਨ ਸ਼ੁੱਧ ਹੋ ਜਾਂਦਾ। ਮੇਰੀ ਦਾਦੀ ਭਾਵੇਂ ਭਲੀ ਔਰਤ ਸੀ ਪਰ ਬੀਬੀ ਦੱਸਦੀ ਸੀ ਕਿ ਜਦੋਂ ਮੈਂ ਵਿਆਹੀ ਆਈ, ਅੰਮਾ ਜੀ ਨੇ ਰਾਤ ਵੇਲੇ ਇੱਕ ਵੱਡਾ ਸਾਰਾ ਦੁੱਧ ਦਾ ਗਲਾਸ ਭਰ ਕੇ ਮੇਰੇ ਕੋਲ ਆ ਕੇ ਆਖਿਆ, ਲੈ ਬਹੂ ਪੀ ਲੈ। ਬੀਬੀ ਨੇ ਜਦੋਂ ਆਖਿਆ ਕਿ ਮੈਨੂੰ ਲੋੜ ਨਹੀਂ ਤਾਂ ਦਾਦੀ ਨੇ ਮਿਹਣੇ ਵਾਂਗ ਆਖਿਆ, ਜੈ ਖਾਣਿਆਂ ਦੇ ਘਰ ਜੇ ਕੁਝ ਦੇਖਿਆ ਹੋਵੇ ਤਾਂ ਤੇ ਤੈਨੂੰ ਦੁੱਧ ਪੀਣ ਦੀ ਆਦਤ ਹੋਵੇ, ਇੱਥੇ ਨਹੀਂ ਇਹ ਗੱਲ ਚੱਲਣੀ, ਸਾਰਾ ਟੱਬਰ ਹੀ ਰਾਤ ਨੂੰ ਦੁੱਧ ਪੀਂਦਾ। ਬੀਬੀ ਦੱਸਦੀ ਸੀ ਕਿ ਇਹ ਗੱਲ ਸੁਣ ਕੇ ਮੈਂ ਦੁੱਧ ਦਾ ਗਲਾਸ ਫੜ ਲਿਆ ਅਤੇ ਬੜੀ ਔਖੀ ਹੋ ਕੇ ਘੁੱਟ ਘੁੱਟ ਕਰਕੇ ਮਸਾਂ ਪੀਤਾ। ਉਹਨਾਂ ਦਿਨਾਂ 'ਚ ਬਿਜਲੀ ਨਹੀਂ ਸੀ ਹੁੰਦੀ, ਮੇਰੀ ਦਾਦੀ ਕੋਠੇ ਉੱਤੇ ਹਵਾ ਹਾਰੇ ਸੌਂਦੀ ਹੁੰਦੀ ਸੀ ਅਤੇ ਬਾਬਾ ਜੀ ਚੁਬਾਰੇ ਦੇ ਉੱਪਰ, ਬੀਬੀ ਬਾਪੂ ਜੀ ਹੇਠਾਂ ਡਿਉੜੀ 'ਚ ਸੌਂਦੀ ਸੀ। ਮੇਰੀ ਦਾਦੀ ਛੋਟੀ ਹੁੰਦੀ ਨੂੰ ਹੀ ਮੈਨੂੰ ਆਪਣੇ ਨਾਲ ਸੁਲਾ ਲੈਂਦੀ ਅਤੇ ਆਪਣਾ ਹੀ ਦੁੱਧ ਪਿਲਾਉਣ ਲੱਗ ਪਈ। ਰੱਬ ਦੀ ਕੁਦਰਤ ਉਹਦੇ ਦੁੱਧ ਉਤਰਨ ਲੱਗ ਪਿਆ, ਜਿਸ ਕਰਕੇ ਬਾਪੂ ਜੀ ਮੈਨੂੰ ਛੇੜਦੇ ਅਤੇ ਆਖਦੇ ਤਾਂ ਮੇਰੀ ਅੱਧੀ ਭੈਣ ਹੈ। ਇੱਕ ਦਿਨ ਬੀਬੀ ਨੇ ਮੈਨੂੰ ਸਿਖਾਇਆ ਕਿ ਤੂੰ ਮੇਰੇ ਕੋਲ ਹੇਠਾਂ ਸੌਂ ਜਾ, ਤੈਨੂੰ ਰਾਤ ਨੂੰ ਦਦੌੜੀ 'ਚੋਂ ਮਲਾਈ ਕੱਢ ਕੇ ਦਿਆਂਗੀ। ਮੈਂ ਦਾਦੀ ਨੂੰ ਆਖਿਆ ਅੱਜ ਨਹੀਂ ਮੈਂ ਉੱਤੇ ਸੌਣਾ। ਉਹਨੇ ਪੁੱਛਿਆ ਕਿਉਂ? ਮੈਂ ਦੱਸਿਆ ਮੈਂ ਅੱਜ ਹੇਠਾਂ ਸੌਵਾਂਗੀ ਤਾਂ ਬੀਬੀ ਮੈਨੂੰ ਦਦੌੜੀ 'ਚੋਂ ਮਲਾਈ ਕੱਢ ਕੇ ਦੇਗੀ। ਦਾਦੀ ਮੇਰੀ ਨੇ ਤਾਂ ਉਸੇ ਵੇਲੇ ਰੌਲਾ ਪਾ ਲਿਆ, ਆਖੇ ਮੈਂ ਵੀ ਸੋਚਾਂ ਮੱਖਣੀ ਕਿਉਂ ਘੱਟ ਆਉਂਦੀ ਹੈ, ਹਰ ਰੋਜ਼ ਮਲਾਈ ਕੱਢ ਕੇ ਖਾਂਦੀ ਹੋਊਗੀ। ਚੰਦ ਕੁਰ ਤਾਂ ਹੀ ਤਾਂ ਅੱਜ ਦੀਪ ਨੂੰ ਵੀ ਆਖਦੀ ਸੀ ਤੈਨੂੰ ਮਲਾਈ ਕੱਢ ਕੇ ਦੇਊਂਗੀ। ਬੀਬੀ ਨੇ ਬਥੇਰੀਆਂ ਸਹੁੰਆਂ ਖਾਧੀਆਂ ਕਿ ਮੈਂ ਕਦੇ ਮਲਾਈ ਨਹੀਂ ਖਾਧੀ, ਪਰ ਉਹਦੀ ਗੱਲ ਕੌਣ ਸੁਣਦਾ ਸੀ। ਹੁਣ ਮੈਂ ਸੋਚਦੀ ਹਾਂ ਕਿੰਨਾ ਔਖਾ ਹੈ ਉਹਨਾਂ ਕੁੜੀਆਂ ਨੂੰ ਸੱਚ ਸਾਬਤ ਕਰਨਾ ਜਿਨ੍ਹਾਂ ਨਾਲ ਕੁਝ ਗਲਤ ਵਾਪਰ ਜਾਂਦਾ।
ਦੂਜਾ ਮੈਨੂੰ ਆਪਣੇ ਬਾਬਾ ਜੀ ਯਾਦ ਆਉਂਦਾ ਹੈ ਜੋ ਸਬਾਤ 'ਚ ਢੋ ਵਾਲੇ ਤਖ਼ਤਪੋਸ਼ ਉੱਪਰ ਚਿੱਟੇ ਬਿਸਤਰੇ ਉੱਤੇ ਬੈਠੇ ਹੁੰਦੇ ਸਨ। ਉਹਨਾਂ ਨੇ ਚਿੱਟਾ ਕੁੜਤਾ ਪਜਾਮਾ ਦੁੱਧ ਚਿੱਟੀ ਪਗੜੀ ਨਾਲ ਕਾਲੀ ਜੈਕਟ ਅਤੇ ਕਾਲੇ ਪੰਪ ਪਾਏ ਹੁੰਦੇ ਸਨ। ਚਿੱਟੀ ਸਫੈਦ ਉਹਨਾਂ ਦੀ ਦਾੜ੍ਹੀ ਅਤੇ ਗੁਲਾਬੀ ਭਾ ਮਾਰਦਾ ਉਹਨਾਂ ਦਾ ਚਿਹਰਾ। ਸਾਰਾ ਦਿਨ ਉਹਨਾਂ ਕੋਲ ਲੋਕ ਆਈ ਜਾਂਦੇ ਜਾਈ ਜਾਂਦੇ। ਨਿੱਕੀ ਹੁੰਦੀ ਦੇ ਮੇਰੇ ਵਾਲ ਵਾਹੁਣ ਵੇਲੇ ਬੜੇ ਦੁਖਦੇ ਹੁੰਦੇ ਸੀ, ਇਸੇ ਲਈ ਬਾਬਾ ਜੀ ਆਪਣੇ ਕੋਲ ਬਿਠਾ ਕੇ ਆਪਣੇ ਕੰਘੇ ਨਾਲ ਹੌਲੀ ਹੌਲੀ ਮੇਰੇ ਵਾਲ ਵਾਹੁੰਦੇ। ਇੱਕ ਦਿਨ ਬਾਬਾ ਜੀ ਕੋਲ ਦੋ ਬੰਦੇ ਬੈਠੇ ਸੀ। ਜਦੋਂ ਇੱਕ ਹੋਰ ਬੰਦਾ ਉਹਨਾਂ ਨੂੰ ਮੋਹਰਾਂ ਵਾਪਸ ਕਰਕੇ ਗਿਆ, ਮੋਹਰਾਂ ਉੱਥੇ ਛੱਡ ਉਸ ਬਾਅਦ 'ਚੋਂ ਘਰ ਦੇ ਅੰਦਰ ਕੁਝ ਦੱਸਣ ਲਈ ਗਏ। ਜਦੋਂ ਵਾਪਸ ਆਏ ਤਾਂ ਮੋਹਰਾਂ ਗਾਇਬ ਸਨ, ਪਰ ਉਹਨਾਂ ਨੇ ਉੱਥੇ ਬੈਠੇ ਦੋਨਾਂ 'ਚੋਂ ਕਿਸੇ ਤੋਂ ਕੁਛ ਨਾ ਪੁੱਛਿਆ। ਮੇਰੀ ਦਾਦੀ ਨੂੰ ਜਦੋਂ ਬਾਬਾ ਜੀ ਨੇ ਇਹ ਗੱਲ ਦੱਸੀ ਤਾਂ ਉਹ ਆਖਣ ਲੱਗੀ, ਉਹਨਾਂ 'ਚੋਂ ਕਿਸੇ ਨੇ ਤਾਂ ਮੋਹਰਾਂ ਲਈਆਂ ਹੋਣਗੀਆਂ। ਬਾਬਾ ਜੀ ਬੋਲੇ, ਕੀ ਪਤਾ ਕੀ ਨਹੀਂ ਲਈਆਂ ਸਨ, ਜੇ ਦੂਜੇ ਤੋਂ ਪੁੱਛ ਬੈਠਦਾ ਉਹਨੇ ਬੁਰਾ ਮਨਾ ਜਾਣਾ ਸੀ। ਮੈਂ ਮੋਹਰਾਂ ਦੀ ਖਾਤਰ ਆਪਣਾ ਕੋਈ ਮਿੱਤਰ ਨਹੀਂ ਸੀ ਗੁਆਉਣਾ ਚਾਹੁੰਦਾ। ਮੈਨੂੰ ਉਹ ਗੱਲ ਕਦੇ ਨਹੀਂ ਭੁੱਲੀ ਕਿ ਕੁਝ ਰਿਸ਼ਤੇ ਬਹੁਤ ਕੀਮਤੀ ਹੁੰਦੇ ਨੇ। ਮੇਰੇ ਬਾਬਾ ਜੀ ਕਿਸੇ ਨੂੰ ਕੁਝ ਆਖਦੇ ਤਾਂ ਨਹੀਂ ਸਨ, ਪਰ ਸਾਰੇ ਉਹਨਾਂ ਤੋਂ ਡਰਦੇ ਸਨ। ਇਸੇ ਲਈ ਜਦੋਂ ਵੀ ਉਹਨਾਂ ਤੋਂ ਪੈਸੇ ਮੰਗਣੇ ਹੁੰਦੇ ਤਾਂ ਹਰ ਕੋਈ ਮੈਨੂੰ ਆਖਦਾ, ਜਾਂ ਆਪਣੇ ਬਾਬਾ ਜੀ ਤੋਂ ਪੈਸੇ ਲਿਆ ਦੇ। ਇਹ ਤੋਂ ਮਗਰੋਂ ਪਟਿਆਲੇ ਵਾਲੇ ਬੇਜੀ ਦੀ ਸੌਂਕਣ, ਜਿਨ੍ਹਾਂ ਨੂੰ ਅਸੀਂ ਵੱਡੇ ਬੇਜੀ ਆਖਦੇ ਸੀ, ਉਹ ਯਾਦ ਵਿੱਚ ਉੱਗੜਦੇ ਨੇ। ਛੋਟੀ ਦੀ ਭਤੀਜੀ ਹੋਣ ਕਰਕੇ ਉਹਨਾਂ ਨੂੰ ਮੈਂ ਚੰਗੀ ਨਹੀਂ ਸੀ ਲੱਗਦੀ। ਵੱਡੇ ਬੇਜੀ ਅਖੀਰ ਵੇਲੇ ਟਾਈਫਾਇਡ ਨਾਲ ਬਿਮਾਰ ਹੋ ਗਏ। ਬਹੁਤ ਦੇਖਭਾਲ ਕੀਤੀ। ਇੱਕ ਦਿਨ ਸਾਰਿਆਂ ਨੂੰ ਕਮਰੇ 'ਚੋਂ ਬਾਹਰ ਕੱਢ ਕੇ ਮੈਨੂੰ ਇਕੱਲੀ ਨੂੰ ਆਖਣ ਲੱਗੇ, ਤੂੰ ਰੱਬ ਨੂੰ ਆਖ ਮੈਨੂੰ ਮਾਫ਼ ਕਰ ਦੇਵੇ, ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ, ਹੁਣ ਤਾਂ ਮੇਰਾ ਮਰਨ ਨੂੰ ਵੀ ਦਿਲ ਨਹੀਂ ਕਰਦਾ। ਮੈਂ ਆਖਿਆ, ਮੈਨੂੰ ਤਾਂ ਤੁਹਾਡੇ ਨਾਲ ਕੋਈ ਗੁੱਸਾ ਨਹੀਂ। ਉਹ ਆਖਣ ਲੱਗੇ, ਫਿਰ ਵੀ ਤੂੰ ਮੇਰੇ ਸਾਹਮਣੇ ਸੱਚੇ ਦਿਲੋਂ ਅਰਦਾਸ ਕਰਕੇ ਰੱਬ ਮੈਨੂੰ ਮਾਫ਼ ਕਰ ਦੇਵੇ। ਮੈਂ ਉਹਨਾਂ ਦੇ ਸਾਹਮਣੇ ਹੀ ਰੱਬ ਨੂੰ ਅਰਦਾਸ ਕੀਤੀ ਕਿ ਰੱਬਾ ਵੱਡੇ ਬੇਜੀ ਦੀ ਹਰੇਕ ਭੁੱਲ ਚੁੱਕ ਮਾਫ਼ ਕਰ ਦੇ। ਅਰਦਾਸ ਤੋਂ ਮਗਰੋਂ ਕੌਮੇ 'ਚ ਚਲੇ ਗਏ ਅਤੇ 5ਵੇਂ ਦਿਨ ਕੌਮੇ 'ਚ ਹੀ ਗੁਜ਼ਰ ਗਏ। ਪੜ੍ਹਦੀ ਮੈਂ ਭੂਆ ਜੀ ਅਤੇ ਫੁੱਫੜ ਜੀ ਕੋਲ ਪਟਿਆਲੇ ਸੀ, ਪਰ ਛੁੱਟੀਆਂ 'ਚ ਹਮੇਸ਼ਾ ਪਿੰਡ ਜਾਣ ਦੀ ਕਾਹਲ ਹੁੰਦੀ ਸੀ। ਉੱਥੇ ਬਾਬਾ ਜੀ ਸਨ, ਬਾਪੂ ਜੀ ਸਨ, ਦਾਦੀ ਸੀ ਅਤੇ ਬੀਬੀ ਸੀ। ਦੋ ਉੱਥੇ ਸਾਡੇ ਨੌਕਰ ਸਨ, ਇੱਕ ਮਧਰੇ ਕੱਦ ਦਾ ਬੁੱਢਾ ਸਾਈਂ, ਦੂਜਾ 10-11 ਸਾਲ ਦਾ ਗਫੂਰ। ਸਾਈਂ ਨੂੰ ਪਿੰਡ 'ਚ ਕੋਈ ਨਹੀਂ ਸੀ ਰੱਖਦਾ ਕਿਉਂਕਿ ਰੋਟੀ ਬਹੁਤ ਖਾਂਦਾ ਸੀ। ਰਸ ਦਾ ਪੀਪਾ ਅਤੇ ਗੁੜ ਦੀ ਭੇਲੀ ਉਹ ਇੱਕੋ ਵੇਲੇ ਥਾਂ ਹੀ ਬੈਠਾ ਖਾ ਜਾਂਦਾ ਸੀ। ਉਸ ਲਈ ਬੀਬੀ 20 ਰੋਟੀਆਂ ਤਾਂ ਜ਼ਰੂਰ ਹੀ ਬਣਾਉਂਦੀ ਸੀ। ਫਿਰ ਵੀ ਜੇ ਮੇਰੀ ਦਾਦੀ ਨੇ ਪੁੱਛਣਾ, ਸਾਈਂ ਰੋਟੀ ਲੈ ਲਾ, ਤਾਂ ਉਹਨੇ ਆਖਣਾ, ਮੈਂ ਕਿਧਰੇ ਨਹੀਂ ਭੱਜਿਆ ਜਾਂਦਾ, ਪਹਿਲਾਂ ਟੱਬਰ ਨੂੰ ਖਵਾਓ। ਅਸਲ ਮਤਲਬ ਉਹਦਾ ਹੁੰਦਾ ਸੀ ਕਿ ਟੱਬਰ ਵਾਲੀਆਂ ਰੋਟੀਆਂ 'ਚੋਂ ਵੀ ਜੇ ਇੱਕ ਦੋ ਬਚ ਗਈਆਂ ਉਹ ਵੀ ਉਹਨੂੰ ਮਿਲ ਜਾਣਗੀਆਂ। ਕੋਠੀ ਵਿੱਚ ਗੁੜ ਰੱਖਿਆ ਹੁੰਦਾ ਸੀ ਅਤੇ ਕੋਠੀ ਨੂੰ ਜੰਦਰਾ ਮਾਰਿਆ ਹੁੰਦਾ। ਇੱਕ ਦਿਨ ਸਾਈਂ ਨੇ ਮੈਨੂੰ ਆਖਿਆ, ਜਦੋਂ ਅੰਮਾ ਤੈਨੂੰ ਕੋਠੀ ਵਿੱਚੋਂ ਕੁਝ ਕੱਢਣ ਨੂੰ ਚਾਬੀ ਦਿੰਦੀ ਹੁੰਦੀ ਹੈ ਤਾਂ ਗੁੜ ਦਾ ਵੱਡਾ ਸਾਰਾ ਡਲਾ ਕੱਢ ਕੇ ਪਿੱਛੇ ਮੇਰੇ ਵਾਲੇ ਨੀਰੇ ਰੱਖ ਆਇਆ ਕਰ, ਮੈਂ ਵੇਲੇ ਕੁ ਵੇਲੇ ਲੁੱਕ ਕੇ ਖਾ ਲਿਆ ਕਰਾਂਗਾ। ਮੈਂ ਹਰ ਰੋਜ਼ ਉਵੇਂ ਹੀ ਕਰਨਾ, ਪਰ ਇੱਕ ਦਿਨ ਦਾਦੀ ਨੂੰ ਪਤਾ ਲੱਗ ਗਿਆ। ਉਹ ਬੋਲੀ, ਵੇ ਸਾਈਂ ਇੰਨਾ ਖਾ ਪੀ ਕੇ ਤੈਨੂੰ ਸਬਰ ਨਹੀਂ। ਸਾਈਂ ਬੋਲਿਆ, ਅੰਮਾ ਮੈਂ ਤਾਂ ਜਿਵੇਂ ਜਨਮਾਂ ਜਨਮਾਤਰਾਂ ਦਾ ਭੁੱਖਾਂ। ਉਦੋਂ ਇਸ ਗੱਲ ਦੀ ਬਹੁਤੀ ਸਮਝ ਨਹੀਂ ਸੀ ਲੱਗੀ, ਪਰ ਹੁਣ ਉਹਦੀ ਇਹ ਗੱਲ ਕਈ ਵਾਰੀ ਯਾਦ ਆ ਜਾਂਦੀ ਹੈ ਕਿ ਅੰਮਾ ਮੈਂ ਤਾਂ ਜਿਵੇਂ ਜਨਮਾਂ ਜਨਮਾਤਰਾਂ ਦਾ ਭੁੱਖਾਂ। ਅੰਗ 4 ਮੇਰੀ ਦਾਦੀ ਦੱਸਦੀ ਹੁੰਦੀ ਸੀ ਕਿ ਜਦੋਂ ਮੇਰੀ ਦੂਜੀ ਕੁੜੀ ਹੋਈ ਤਾਂ ਮੇਰੀ ਸੱਸ ਆਖੇ, ਕੁੜੀ ਮਾਰੋ ਤਾਂ ਲੈ ਕੇ ਆਵਾਂਗੇ। ਪਰ ਦਾਦੀ ਦਾ ਬਾਪੂ ਆਖੇ, ਅੱਗੇ ਪਤਾ ਨਹੀਂ ਕਿਹੜੇ ਪਾਪ ਕੀਤੇ ਨੇ ਹਰਨਾਮ ਕੌਰ, ਤੇਰੇ ਮਗਰੋਂ ਰੱਬ ਨੇ ਕੋਈ ਜਵਾਕ ਹੀ ਨਹੀਂ ਦਿੱਤਾ। ਜਿੱਦਣ ਮਰ ਗਏ ਪਿੰਡ ਤੋਂ ਨਾ ਹੀ ਮੁੱਕ ਜਾਓ, ਅਸੀਂ ਨਹੀਂ ਇਹ ਪਾਪ ਕਰਨਾ। 2 ਸਾਲ ਮੈਂ ਪੇਕੇ ਬੈਠੀ ਰਹੀ, ਹਾਰ ਕੇ ਤੇਰੇ ਬਾਬਾ ਜੀ ਨੇ ਬੁੜੀ ਨੂੰ ਖਬਰੇ ਕਿਵੇਂ ਸਮਝਾਇਆ, ਤਾਂ ਜਾ ਕੇ ਤੇਰੇ ਬਾਬਾ ਜੀ ਮੈਨੂੰ ਲੈ ਕੇ ਆਇਆ। ਜਦੋਂ ਤੇਰਾ ਬਾਪੂ ਜੀ ਹੋਣ ਵਾਲਾ ਸੀ, ਬੁੜੀ ਆਖੇ ਮੈਂ ਨਹੀਂ ਐਤਕੀ ਪੇਕੀ ਭੇਜਦੀ, ਜੇ ਕੁੜੀ ਹੋ ਗਈ ਜੰਮਦੀ ਨੂੰ ਹੀ ਤੌਲੇ 'ਚ ਪਾ ਕੇ ਖੇਤ 'ਚ ਦੱਬ ਆਉਣਾ। ਮੈਂ ਸੋਚ ਸੋਚ ਹੀ ਡਰੀ ਜਾਵਾਂ, ਨਾਲੇ ਰੱਬ ਦੇ ਹਾੜੇ ਕੱਢਾਂ ਵੀ ਐਤਕੀ ਚੰਗੀ ਚੀਜ਼ ਦੇ ਦੇ। ਜਦ ਤੇਰਾ ਬਾਪੂ ਜੀ ਜੰਮਿਆ, ਬੁੜੀ ਦੁੱਧ 'ਚ ਘਿਓ ਪਾ ਪਾ ਕੇ ਮੈਨੂੰ ਪਿਲਾਏ, ਆਖੇ ਖਾਏਂਗੀ ਨਹੀਂ, ਜਵਾਕ ਲਈ ਦੁੱਧ ਕਿੱਥੋਂ ਉਤਰੂ। ਮੈਂ ਦਾਦੀ ਦੀਆਂ ਗੱਲਾਂ ਚੁੱਪ ਚਾਪ ਸੁਣਦੀ ਰਹਿੰਦੀ। ਹੁਣ ਦਾਦੀ ਭਾਵੇਂ ਕੁਛ ਨਹੀਂ ਸੀ ਆਖਦੀ, ਪਰ ਉਹੋ ਜਿਹਾ ਹੀ ਕਲੇਸ਼ ਇੱਥੇ ਖੜ੍ਹਾ ਹੋ ਗਿਆ ਸੀ। ਮੇਰੇ ਮਗਰੋਂ 4 ਧੀਆਂ ਹੋਰ ਹੋ ਗਈਆਂ। ਹਰ ਵਾਰੀ ਬਾਬਾ ਜੀ ਪੰਡਿਤਾਂ ਤੋਂ ਪੁੱਛਦੇ, ਸਪਤਾਹ ਕਰਾਉਂਦੇ, ਪੁੰਨ ਦਾਨ ਕਰਦੇ, ਪਰ ਕੁਛ ਨਾ ਬਣਦਾ। ਜੇ ਕੋਈ ਆਖਦਾ, ਸਰਦਾਰ ਜੀ ਰੱਬ ਪਤਾ ਨਹੀਂ ਕਿੱਥੇ ਭੁੱਲ ਗਿਆ, ਕੁੜੀਆਂ ਹੀ ਦੇਈ ਜਾਂਦਾ। ਬਾਬਾ ਜੀ ਆਖਦੇ, ਮੇਰੀਆਂ ਪੋਤੀਆਂ ਕਿਸੇ ਦੇ ਘਰ ਖਾਣ ਨਹੀਂ ਜਾਂਦੀਆਂ,
ਰੱਬ ਦੀ ਦਾਤ ਹੈ ਅਤੇ ਦਾਦੀ ਮੇਰੀ ਵਿੱਚੇ ਵਿੱਚ ਝੂਰਦੀ। ਉਹਨੇ ਇੱਕ ਦਿਨ ਹੀ ਸੀ ਆਖਿਆ ਕਿ ਕੋਈ ਕੁੜੀ ਮਾਰ ਦਿਓ। ਉਦੋਂ ਕੁੜੀਆਂ ਦਾ ਜਾਇਦਾਦ 'ਚ ਹਿੱਸਾ ਨਹੀਂ ਸੀ ਹੁੰਦਾ, ਧੀਆਂ ਜਿੰਨੀਆਂ ਮਰਜ਼ੀ ਹੁਣ ਬੰਦਾ ਔਤ ਹੀ ਸਮਝਿਆ ਜਾਂਦਾ ਸੀ। ਹੁਣ ਤਾਂ ਸ਼ਰੀਕ ਵੀ ਮਿਹੜੇ ਮਾਰਨ ਲੱਗ ਪਏ ਸਨ ਕਿ ਅਖੀਰ 'ਚ ਸਭ ਕੁਝ ਸਾਡਾ ਹੀ ਹੈ, ਅਤੇ ਬਾਪੂ ਜੀ ਲਈ ਰਿਸ਼ਤੇ ਵੀ ਆਉਣ ਲੱਗ ਪਏ ਸਨ ਕਿ ਖਬਰੇ ਇਸ ਲੜਕੀ ਦੇ ਭਾਗ 'ਚ ਪੁੱਤ ਦਾ ਮੂੰਹ ਦੇਖਣਾ ਨਾ ਹੋਵੇ, ਦੂਜੀ ਦੇ ਹੋ ਜਾਏ। ਬੀਬੀ ਬਥੇਰੀਆਂ ਸੁੱਖਣਾ ਸੁੱਖਦੀ, ਬਥੇਰਾ ਪਾਠ ਕਰਦੀ, ਇਕੱਲੀ ਬੈਠ ਬੈਠ ਰੋਂਦੀ, ਇਸ ਗੱਲੋਂ ਝੂਰਦੀ ਕਿ ਬਾਪੂ ਜੀ ਤਾਂ ਸਨ ਹੀ ਇਕੱਲੇ, ਦੂਜਾ ਕੋਈ ਭਾਈ ਨਹੀਂ ਸੀ, ਅੱਗੋਂ ਪੁੱਤਰ ਵੀ ਕੋਈ ਨਹੀਂ। ਆਖਰ ਜਦੋਂ ਬੀਰਾ ਪੈਦਾ ਹੋਇਆ ਤਾਂ ਬਾਬਾ ਜੀ ਇਸ ਜਹਾਨ ਤੋਂ ਜਾ ਚੁੱਕੇ ਸਨ। ਬਾਪੂ ਜੀ ਬਹੁਤ ਸ਼ਰਾਬ ਪੀਣ ਲੱਗ ਪਏ ਸਨ। ਅੱਜ ਸੋਚਦੀ ਹਾਂ ਕੁੜੀਆਂ ਨੂੰ ਮਾਰਨਾ ਪੰਜਾਬ ਲਈ ਕੋਈ ਨਵੀਂ ਗੱਲ ਨਹੀਂ, ਇਹਦੇ ਬਹੁਤ ਕਾਰਨ ਸਨ। ਕੁੜੀਆਂ ਦਾ ਜਾਇਦਾਦ ਵਿੱਚ ਹਿੱਸਾ ਨਾ ਹੋਣਾ, ਵਿਆਹ ਵੇਲੇ ਸਹੁਰਿਆਂ ਦੀਆਂ ਜਾਇਜ਼ ਨਜਾਇਜ਼ ਮੰਗਾਂ ਮਗਰੋਂ ਸਹੁਰਿਆਂ ਦਾ ਤੰਗ ਕਰਦੇ ਰਹਿਣਾ, ਉਸ ਤੋਂ ਵੀ ਜੇ ਪਿੱਛੇ ਜਾਈਏ ਤਾਂ ਧਾੜਵੀਆਂ ਤੋਂ ਨੂੰਹਾਂ ਧੀਆਂ ਨੂੰ ਬਚਾਉਣਾ, ਫਿਰ ਨਿੱਕੀ ਉਮਰੇ ਵਿਆਹ ਕਰਨਾ ਅਤੇ ਅਖੀਰ ਮਾਰ ਦੇਣ ਤੱਕ ਗੱਲ ਚਲੀ ਗਈ। ਵਕਤ ਦੇ ਬਦਲਣ ਨਾਲ ਹਾਲਾਤ ਬਦਲੇ, ਕੁਝ ਗੱਲਾਂ ਕੁੜੀਆਂ ਦੇ ਪੱਖ 'ਚ ਹੋ ਗਈਆਂ, ਉਹਨਾਂ ਦਾ ਜਾਇਦਾਦ 'ਚ ਹਿੱਸਾ ਹੋ ਗਿਆ, ਪੜ੍ਹਨ ਲਿਖਣ ਦੇ ਮੌਕੇ ਮਿਲਣ ਲੱਗੇ, ਬੇਫਿਕਰ ਹੋ ਕੇ ਉਹ ਨੌਕਰੀਆਂ ਕਰਨ ਲੱਗੀਆਂ। ਇਸ ਦੇ ਨਾਲ ਨਵੀਆਂ ਸਮੱਸਿਆਵਾਂ ਖੜੀਆਂ ਹੋ ਗਈਆਂ। ਹੁਣ ਸੰਯੁਕਤ ਪਰਿਵਾਰ ਨਹੀਂ ਰਹੇ, ਕੁੜੀਆਂ ਨੂੰ ਮੱਤ ਦੇਣ ਵਾਲੀਆਂ ਅਤੇ ਰਾਖੀ ਕਰਨ ਵਾਲੀਆਂ ਨਾਨੀਆਂ ਦਾਦੀਆਂ ਵੀ ਨਹੀਂ ਰਹੀਆਂ। ਰੱਬ ਸਮਾਜ ਅਤੇ ਪਰਿਵਾਰ ਦਾ ਭੈ ਨਾ ਰਹਿਣ ਕਰਕੇ ਬਹੁਤ ਸਾਰੀਆਂ ਕੁੜੀਆਂ ਆਪਹੁਦਰੀਆਂ ਵੀ ਹੋ ਗਈਆਂ। ਜੇ ਕੋਈ ਮੁਸ਼ਕਲ ਨਾਲ ਕੁੜੀ ਨੂੰ ਪਾਲਦਾ ਅਤੇ ਪੜ੍ਹਾਉਂਦਾ ਹੈ ਤਾਂ ਕੁੜੀ ਵੀ ਸਾਊ ਹੈ, ਫਿਰ ਉਹਦੇ ਵਿਆਹ ਦੀ ਸਮੱਸਿਆ। ਦਾਜ ਕਾਰਨ ਅਨੇਕਾਂ ਕੁੜੀਆਂ ਮਾਰ ਦਿੱਤੀਆਂ ਜਾਂਦੀਆਂ ਨੇ, ਛੱਡ ਦਿੱਤੀਆਂ ਜਾਂਦੀਆਂ ਨੇ, ਮਾਪਿਆਂ ਲਈ ਇੱਕ ਨਵੀਂ ਸਮੱਸਿਆ ਖੜੀ ਹੋ ਜਾਂਦੀ ਹੈ। ਸਰਕਾਰ ਜਿੰਨੇ ਮਰਜ਼ੀ ਕਾਨੂੰਨ ਬਣਾਏ, ਜਿੰਨੇ ਮਰਜ਼ੀ ਭਾਸ਼ਣ ਦਿੱਤੇ ਜਾਣ, ਜਦੋਂ ਤੱਕ ਬਹੁਤ ਕਰੜੀਆਂ ਸਜਾਵਾਂ ਅਤੇ ਕੁੜੀਆਂ ਨੂੰ ਪੜ੍ਹਾਈ ਦੇ ਨਾਲ ਮੋਰਲ ਅਤੇ ਫਿਜ਼ੀਕਲ ਐਜੂਕੇਸ਼ਨ ਦੇ ਕੇ ਤਕੜੀਆਂ ਨਹੀਂ ਬਣਾਇਆ ਜਾਂਦਾ, ਤਦ ਤੱਕ ਲੋਕਾਂ 'ਚ ਖੁਦ ਜਾਗਰਤੀ ਨਹੀਂ ਆਉਂਦੀ। ਇਹ ਸਮੱਸਿਆ ਇੱਕ ਵਿਕਰਾਲ ਰੂਪ ਧਾਰੀ ਖੜੀ ਰਹੇਗੀ। ਮੈਨੂੰ ਦਾਦੀ ਦੀ ਗੱਲ ਯਾਦ ਆਉਂਦੀ ਹੈ, ਜੇ ਉਹ ਆਪਣੀ ਕੁੜੀ ਨੂੰ ਮਾਰ ਦਿੰਦੀ ਤਾਂ ਸ਼ਾਇਦ ਮੇਰੀ ਮਾਂ ਨੂੰ ਵੀ ਕੁੜੀ ਮਾਰਨ ਲਈ ਆਖਿਆ ਜਾਂਦਾ, ਅਤੇ ਮੈਂ ਪਤਾ ਨਹੀਂ ਤੌਲੇ 'ਚ ਪਾ ਕੇ, ਹੱਥ 'ਚ ਪੂਣੀ ਫੜਾ ਕੇ, ਮੂੰਹ 'ਚ ਗੁੜ ਦੀ ਰੋੜੀ ਪਾ ਕੇ ਇਹ ਆਖ ਕੇ ਕਿਤੇ ਦੱਬ ਦੇਣੀ ਸੀ, ਗੁੜ ਖਾਈ ਪੂਣੀ ਕੱਤੀ, ਆਪ ਨਾਈ ਵੀਰ ਨੂੰ ਕੱਤੀ। ਅੰਗ ਚੌਥਾ। ਮਾਂ ਮੇਰੀ ਪਾਠ ਪੂਜਾ ਕਰਨ ਵਾਲੀ ਸਵੱਛ ਸ਼ਾਂਤ ਜਿਹੀ ਔਰਤ ਸੀ, ਹਰ ਗੱਲ ਨੂੰ ਜਰ ਜਾਣ ਵਾਲੀ ਅਤੇ ਪੀ ਜਾਣ ਵਾਲੀ। ਮੇਰੇ ਭੂਆ ਜੀ ਦੇ ਕੋਈ ਬੱਚਾ ਨਹੀਂ ਸੀ। ਫੁੱਫੜ ਜੀ ਦੀ ਮੌਤ ਤੋਂ ਮਗਰੋਂ ਮੇਰੀ ਮਾਂ ਅਤੇ ਬਾਕੀ ਭੈਣਾਂ ਅਤੇ ਭਰਾ ਵੀ ਪਟਿਆਲੇ ਆ ਗਏ ਸਾਡੇ ਕੋਲ। ਮੇਰੀ ਰੀਸ ਬਾਕੀ ਭੈਣ ਭਾਈ ਵੀ ਭੂਆ ਜੀ ਨੂੰ ਬੇਜੀ ਆਖਣ ਲੱਗ ਪਏ। ਮਾਂ ਨੇ ਇੱਕ ਵਾਰੀ ਸਮਝਾਇਆ, ਮੈਂ ਤਾਂ ਤੁਹਾਡੀ ਮਾਂ ਰਹਾਂਗੀ, ਪਰ ਆਪ ਵੀ ਭੂਆ ਜੀ ਨੂੰ ਵੀ ਬੇਜੀ ਆਖਿਆ ਕਰੋ ਅਤੇ ਸਾਰੇ ਕੰਮ ਉਹਨਾਂ ਤੋਂ ਹੀ ਪੁੱਛ ਕੇ ਕਰਿਆ ਕਰੋ, ਕਿਹਦੇ ਨਾਲ ਕਿਵੇਂ ਵਰਤਣਾ, ਕਿਹਦੇ ਨਾਲ ਕਿਹੋ ਜਿਹਾ ਲੈਣ ਦੇਣ ਕਰਨਾ, ਇਹ ਬੇਜੀ ਦੱਸਦੇ ਹੁੰਦੇ ਸਨ। ਉਂਝ ਮਾਂ ਜਿਵੇਂ ਧੀਆਂ ਬਾਰੇ ਚੌਕਸ ਰਹਿੰਦੀ ਸੀ, ਇੱਕ ਦਿਨ ਮੈਨੂੰ ਬੁਲਾ ਕੇ ਉਹਨੇ ਆਖਿਆ, ਬਾਪੂ ਜੀ ਤੁਹਾਡੇ ਹੈ ਨਹੀਂ, ਤਾਇਆ ਚਾਚਾ ਵੀ ਕੋਈ ਨਹੀਂ, ਇਹ ਪਿੰਡ ਵੀ ਨਹੀਂ ਜਿੱਥੇ ਕੋਈ ਆਪਣਾ ਹੋਵੇ, ਵੀਰਾ ਤੁਹਾਡਾ ਬਹੁਤ ਛੋਟਾ, ਬਸ ਇੱਕੋ ਗੱਲ ਦਾ ਖਿਆਲ ਰੱਖੀ, ਅਜਿਹਾ ਕਦੇ ਕੁਛ ਨਾ ਕਰੀ ਜਿਹੜਾ ਕਿਸੇ ਤੋਂ ਛੁਪਾਉਣਾ ਪਵੇ। ਮਾਂ ਦੇ ਲਫ਼ਜ਼ ਜ਼ਿੰਦਗੀ 'ਚ ਮੇਰੇ ਲਈ ਰਾਮਕਾਰ ਬਣ ਗਏ। ਮੈਨੂੰ ਇਹ ਲਫ਼ਜ਼ ਅੱਜ ਵੀ ਇਉਂ ਲੱਗਦੇ ਨੇ ਜਿਵੇਂ ਹਨੇਰੇ 'ਚ ਦੂਰ ਕੋਈ ਜੁਗਨੂੰ ਚਮਕ ਰਿਹਾ ਹੋਵੇ। ਮਾਂ ਦੀ ਇਹ ਗੱਲ ਬਹੁਤ ਕੀਮਤੀ ਹੈ। ਅੰਗ ਪੰਜਵਾਂ। ਬਚਪਨ ਦੀ ਇੱਕ ਹੌਲਨਾਕ ਯਾਦ ਵੀ ਹੈ। ਬਹੁਤ ਛੋਟੀ ਸੀ ਮੈਂ, ਸ਼ਾਇਦ 5-6 ਸਾਲ ਦੀ। ਮੇਰੇ ਤੋਂ ਛੋਟੀਆਂ ਦੋ ਭੈਣਾਂ ਹੋਰ ਵੀ ਸਨ। ਸਾਡੇ ਬਾਪੂ ਜੀ, ਬਾਬਾ ਜੀ ਅਤੇ ਇਕੱਲੇ ਇਕੱਲੇ ਪੁੱਤਰ ਸਨ। ਸਾਡੇ ਘਰ ਦੇ ਸਾਹਮਣੇ ਸਾਡੇ ਸ਼ਰੀਕਾਂ ਦਾ ਘਰ ਸੀ, ਜਿਹਦਾ ਨਾਂ ਗੋਦਾਵਰ ਸੀ ਅਤੇ ਉਹਦੇ 5 ਮੁੰਡੇ ਸਨ। ਤੁਕੜੇ ਨਰੋਏ ਜਵਾਨ, ਕਹਿੰਦੇ ਨੇ ਉਹਨਾਂ ਦੀ ਮਾਂ ਇੰਦੋ ਹੀ ਉਹਨਾਂ ਨੂੰ ਆਖਦੀ ਰਹਿੰਦੀ ਸੀ ਵੀ ਔਤ ਜਾਣੇ ਦਿਓ, ਮਾਰ ਕਿਉਂ ਨਹੀਂ ਦਿੰਦੇ ਸ਼ਰੀਕ ਨੂੰ, ਤੁਹਾਡੇ 'ਚੋਂ ਇੱਕ ਅੱਧਾ ਮਰ ਜੂ ਜਾਂ ਫਾਹੇ ਲੱਗ ਜੂ ਤਾਂ ਵੀ ਬਾਕੀ ਦੇ ਤਾਂ ਏਡੀ ਢੇਰੀ ਦੇ ਮਾਲਕ ਬਣ ਜਾਣਗੇ। ਇੱਕ ਦਿਨ ਆਥਣ ਵੇਲੇ ਸਾਡੇ ਘਰ ਤੋਂ ਥੋੜ੍ਹੀ ਦੂਰ ਸੱਥ 'ਚੋਂ ਇੱਕ ਮੁੰਡਾ ਭੱਜਿਆ ਸਾਡੇ ਘਰ ਆਇਆ ਅਤੇ ਮੇਰੀ ਦਾਦੀ ਨੂੰ ਆਖਣ ਲੱਗਿਆ, ਅੰਮਾ ਲੜਾਈ ਹੋ ਗਈ ਸੱਥ 'ਚ, ਚਾਚੇ ਨੂੰ ਮਾਰ ਦੇਣਗੇ। ਮੇਰੀ ਦਾਦੀ ਉਹ ਨਹੀਂ ਪਹਿ ਰਹੀ, ਸੱਥ ਵੱਲ ਨੂੰ ਭੱਜ ਪਈ। ਮਗਰੇ ਮਗਰ ਮੈਂ ਵੀ ਸੱਥ 'ਚ ਗੋਦਾਵਰ ਦੇ ਮੁੰਡਿਆਂ ਨੇ ਬਾਪੂ ਜੀ ਉੱਪਰ ਗੰਡਾਸਿਆਂ ਤਲਵਾਰਾਂ ਸੋਟੀਆਂ ਨਾਲ ਹਮਲਾ ਕਰਤਾ ਸੀ। ਇੱਕ ਤੋਂ ਗੰਡਾਸਾ ਖੋਹ ਕੇ ਬਾਪੂ ਜੀ ਨੇ ਉਹਨਾਂ ਨੂੰ ਝੰਬਣਾ ਤਾਂ ਸ਼ੁਰੂ ਕਰ ਦਿੱਤਾ ਸੀ,
ਪਰ ਉਹ ਵੀ ਕਿੰਨੀਆਂ ਸੱਟਾਂ ਮਾਰ ਗਏ ਸੀ। ਦਾਦੀ ਭੱਜ ਕੇ ਲਹੂ ਲੁਹਾਣ ਬਾਪੂ ਜੀ ਨੂੰ ਚੰਬੜ ਗਈ ਅਤੇ ਉੱਚੀ ਉੱਚੀ ਗਾਲਾਂ ਦੇਣ ਲੱਗ ਪਈ। ਪਿੰਡ ਦੇ ਹੋਰ ਲੋਕ ਵੀ ਇਕੱਠੇ ਹੋ ਗਏ ਸਨ ਅਤੇ ਗੋਦਾਵਰ ਦੇ ਮੁੰਡਿਆਂ ਨੂੰ ਬੁਰਾ ਭਲਾ ਆਖ ਰਹੇ ਸਨ। ਰਾਤ ਤੱਕ ਬਾਬਾ ਜੀ ਜਦੋਂ ਲੁਧਿਆਣੇ ਤੋਂ ਮੁੜ ਕੇ ਆਏ ਤਾਂ ਉਹਨਾਂ ਨੇ ਬਾਪੂ ਜੀ ਨੂੰ ਡਾਕਟਰੀ ਮੁਆਇਨਾ ਕਰਵਾਉਣ ਅਤੇ ਥਾਣੇ ਰਿਪੋਰਟ ਦੇਣ ਲਈ ਨਾਲ ਚੱਲਣ ਲਈ ਆਖਿਆ। ਬਾਬਾ ਜੀ ਨੂੰ ਆਪਣੇ ਰਸੂਖ ਦਾ ਪਤਾ ਸੀ। ਬਾਬਾ ਜੀ ਉਹਨਾਂ ਨੂੰ ਜੇਲ੍ਹ ਭਜਵਾ ਕੇ ਸਜ਼ਾ ਕਰਾਉਣੀ ਚਾਹੁੰਦੇ ਸਨ, ਪਰ ਬਾਪੂ ਜੀ ਨਹੀਂ ਮੰਨੇ। ਉਹ ਆਖਦੇ ਸਨ, ਮੈਂ ਬਦਲਾ ਆਪ ਲਵਾਂਗਾ। ਇਸ ਤੋਂ ਮਗਰੋਂ ਬਾਬਾ ਜੀ ਤੋਂ ਚੋਰੀਓਂ ਬਾਪੂ ਜੀ ਨੇ ਸ਼ਰਾਬ ਪੀਣੀ ਵੀ ਸ਼ੁਰੂ ਕਰਤੀ ਸੀ। ਕੁਝ ਚਿਰ ਮਗਰੋਂ ਜਦ ਬਾਬਾ ਜੀ ਗੁਜ਼ਰ ਗਏ ਤਾਂ ਬਾਪੂ ਜੀ ਕਾਫ਼ੀ ਜ਼ਿਆਦਾ ਪੀਣ ਲੱਗ ਪਏ ਸਨ। ਖਾਣ ਪੀਣ ਵਾਲੇ ਲੋਕ ਵੀ ਉਹਨਾਂ ਦੇ ਦੁਆਲੇ ਇਕੱਠੇ ਹੋਏ ਰਹਿੰਦੇ। ਇਸ ਤਰ੍ਹਾਂ ਸ਼ਾਇਦ ਉਹ ਸੁਰੱਖਿਅਤ ਮਹਿਸੂਸ ਕਰਦੇ ਸਨ। ਫਿਰ ਇੱਕ ਦਿਨ ਸਾਈਂ ਸਾਡੇ ਨੌਕਰ ਨੂੰ ਚੌਕੜੀਆਂ ਸੰਭਰਦਿਆਂ ਦੇਖ ਕੇ ਇੰਦੋ ਗੋਦਾਵਰ ਦੀ ਘਰਵਾਲੀ ਨੇ ਆਖਿਆ, ਕੋਈ ਨਾ ਸੰਭਰ ਲੈ, ਜਿਹੜਾ ਸੰਭਰਨਾ ਹੈ ਅਖੀਰ ਤਾਂ ਅਸੀਂ ਸਾਂਭਣਾ। ਮੇਰੀ ਦਾਦੀ ਨੇ ਇੰਦੋ ਦੇ ਘਰ ਜਾ ਕੇ ਗਾਲਾਂ ਦਿੱਤੀਆਂ ਅਤੇ ਆਖਿਆ, ਤੂੰ ਰੱਬ ਤੋਂ ਡਰ ਗਏ ਖਲਨੇ ਦੀ ਏ। ਉਸੇ ਦਿਨ ਬਾਪੂ ਜੀ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਕੇ ਬੰਦੇ ਲਾ ਕੇ ਸੱਤਾਂ ਵਿੱਚੋਂ ਦੋ ਚੁਬਾਰੇ ਢਾਹਤੇ। ਇਹ ਸਭ ਦੇਖਦਿਆਂ ਦਾਦੀ ਨੂੰ ਗਸ਼ ਪੈ ਗਈ ਸੀ ਅਤੇ ਉਹ ਬਹੁਤ ਰੋਈ ਸੀ। ਪਿੰਡ ਦੇ ਲੋਕ ਹੈਰਾਨ ਹੋਏ, ਇਹ ਸਭ ਦੇਖ ਰਹੇ ਸਨ ਅਤੇ ਆਖ ਰਹੇ ਸਨ, ਸਰਦਾਰ ਕਮਲਾ ਹੋ ਗਿਆ। ਇਹ ਤੋਂ ਮਗਰੋਂ ਬਾਪੂ ਜੀ ਨੇ ਲੋਕਾਂ ਨੂੰ ਆਖਤਾ ਸੀ, ਜਿਨ੍ਹਾਂ ਦੀਆਂ ਵੀ ਜ਼ਮੀਨਾਂ ਸਾਡੇ ਕੋਲ ਬੈ ਜਾਂ ਗਹਿਣੇ ਨੇ, ਉਹ ਜਿੰਨੇ ਜਿੰਨੇ ਵੀ ਪੈਸੇ ਸਰਦੇ ਨੇ ਦੇ ਕੇ ਛੁਡਾ ਲਓ, ਮੈਂ ਇਹ ਪਿੰਡ ਛੱਡ ਜਾਣਾ। ਜਿਨ੍ਹਾਂ ਤੋਂ ਪੈਸੇ ਬਣੇ ਉਹ ਲੈ ਕੇ ਆ ਗਏ, ਜਿਨ੍ਹਾਂ ਤੋਂ ਨਾ ਬਣੇ ਉਹਨਾਂ ਨੇ ਥੋੜ੍ਹੀ ਥੋੜ੍ਹੀ ਜ਼ਮੀਨ ਅਤੇ ਸਾਰੇ ਪੈਸੇ ਕਰਕੇ ਬਾਕੀ ਦੇ ਖੱਤੇ ਛੁਡਵਾ ਲਏ। ਬਾਪੂ ਜੀ ਸ਼ਾਇਦ ਉਸ ਘਰ ਜ਼ਮੀਨ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸਨ, ਜਿਹੜੀ ਉਹਨਾਂ ਦੀ ਜਾਨ ਦੀ ਖੌ ਬਣੀ ਰਹੀ ਸੀ। ਅੰਗ 6 ਵੱਡੇ ਸਾਰੇ ਗੇਟ ਵਾਲੀ ਪੱਕੀ ਸਬਾਤ ਵਿੱਚ ਢੋ ਵਾਲੇ ਤਖ਼ਤ ਪੁਰਸ਼ ਉੱਪਰ ਬੈਠੇ ਦਾਦਾ ਜੀ ਨੇ ਮੈਨੂੰ ਨਿੱਕੀ ਜਿਹੀ ਫਰਾਕ ਪਾਈ ਫਿਰਦੀ ਨੂੰ ਆਖਿਆ ਜਾਂ ਬਦਰੇ ਨੂੰ ਬੁਲਾ ਲਿਆ। ਬਦਰੇ ਗੁੱਜਰ ਦਾ ਘਰ ਨੇੜੇ ਸੀ। ਮੈਂ ਭੱਜੀ ਭੱਜੀ ਗਈ ਅਤੇ ਜਾ ਕੇ ਚੁੱਲ੍ਹੇ ਮੂਹਰੇ ਬੈਠਾ ਏ ਹੁੱਕਾ ਪੀ ਰਿਹਾ। ਬਦਰੇ ਨੂੰ ਆਖਿਆ, ਬਦਰਿਆ ਤੈਨੂੰ ਮੇਰੇ ਬਾਬਾ ਜੀ ਸੱਦੇ ਨੇ। ਉਹ ਮੇਰੇ ਵੱਲ ਝਾਕਿਆ ਤਾਂ ਸਹੀ ਪਰ ਬੋਲਿਆ ਕੁਛ ਨਹੀਂ। ਮੈਂ ਫਿਰ ਉੱਚੀ ਆਵਾਜ਼ 'ਚ ਆਖਿਆ, ਬਦਰਿਆ ਤੈਨੂੰ ਮੇਰੇ ਬਾਬਾ ਜੀ ਸੱਦੇ ਨੇ। ਜਦੋਂ ਫਿਰ ਵੀ ਨਾ ਬੋਲਿਆ, ਮੈਂ ਕਿਹਾ ਤੈਨੂੰ ਸੁਣਦਾ ਨਹੀਂ ਬਦਰਿਆ, ਬਾਬਾ ਜੀ ਸੱਦੇ ਨੇ। ਜਾ ਜਾ, ਕਿੰਨੇ ਕੁ ਬਾਬਾ ਜੀ ਨੇ ਜੋ ਸੱਦੇ ਨੇ, ਤੂੰ ਕਹਿ ਬਈ ਬਾਬਾ ਜੀ ਸੱਦਾ। ਉਹ ਖਿੱਚ ਕੇ ਬੋਲਿਆ। ਮੈਂ ਵਾਪਸ ਆ ਗਈ। ਝਟਕੂ ਮਗਰੋਂ ਬਦਰਾ ਵੀ ਆ ਗਿਆ, ਆਉਂਦਾ ਹੀ ਆਖਣ ਲੱਗਿਆ, ਸਰਦਾਰ ਜੀ ਹੁਣ ਤਾਂ ਤੂੰ ਕਹਿਣਾ ਤੇਰੀ ਪੋਤੀ ਪਟਿਆਲੇ ਪੜ੍ਹਦੀ ਹੈ, ਅਕਲ ਤਾਂ ਇਹਨੂੰ ਡੱਕੇ ਦੀ ਨਹੀਂ, ਨਾ ਬਾਬਾ ਨਾ ਤਾਇਆ ਨਾ ਚਾਚਾ। ਆਖਦੀ ਹੈ ਬਦਰਿਆ ਤੈਨੂੰ ਬਾਬਾ ਜੀ ਸੱਦੇ ਨੇ ਜਿਵੇਂ ਮੇਰੀ ਅੰਮਾ ਹੁੰਦੀ ਹੈ। ਬਾਬਾ ਜੀ ਜ਼ਰਾ ਕੁ ਹੱਸ ਕੇ ਚੁੱਪ ਕਰ ਗਏ। ਬੜੇ ਵਰ੍ਹਿਆਂ ਮਗਰੋਂ ਮੈਨੂੰ ਇਸ ਗੱਲ ਦੀ ਸਮਝ ਲੱਗੀ ਕਿ ਪਿੰਡ 'ਚ ਹਰ ਕੋਈ ਹਰ ਕਿਸੇ ਦਾ ਕੁਛ ਨਾ ਕੁਛ ਲੱਗਦਾ ਹੁੰਦਾ ਹੈ। ਇਸੇ ਲਈ ਬੀਬੀ ਸਿਆਮੋ ਨੈਣ ਨੂੰ ਵੀ ਅੰਮਾ ਜੀ ਆਖਦੀ ਹੁੰਦੀ ਸੀ। ਇਸੇ ਖਾਤਰ ਪਿੰਡ ਦੀ ਕੁੜੀ ਸਾਰੇ ਪਿੰਡ ਦੀ ਕੁੜੀ ਹੁੰਦੀ ਸੀ ਅਤੇ ਪਿੰਡ ਦੀ ਨੂੰਹ ਸਾਰੇ ਪਿੰਡ ਦੀ ਨੂੰਹ। ਕਿਸੇ ਇੱਕ ਘਰ ਖੁਸ਼ੀ ਦਾ ਮੌਕਾ ਹੋਣਾ ਸਾਰੇ ਪਿੰਡ ਲਈ ਉਹ ਸਾਂਝਾ ਮੌਕਾ ਹੁੰਦਾ ਸੀ। ਕਿਸੇ ਇੱਕ ਘਰ ਮਰਗ ਹੋ ਜਾਣੀ ਸਾਰੇ ਪਿੰਡ ਦੇ ਆਦਮੀ ਅਤੇ ਬੁੱਢਿਆਂ ਨੇ ਉਸ ਘਰ ਬੈਠਣ ਜਾਣਾ। ਕਿਸੇ ਦੇ ਘਰ ਵਿਆਹ ਹੁੰਦਾ ਰਲ ਕੇ ਗੀਤ ਗਾਏ ਜਾਂਦੇ, ਕਿਸੇ ਦੇ ਘਰ ਮਰਗ ਹੁੰਦੀ ਰਲ ਕੇ ਕੀਰਨੇ ਪਾਏ ਜਾਂਦੇ। ਸਾਰਾ ਪਿੰਡ ਜਿਵੇਂ ਇੱਕ ਸਾਂਝਾ ਪਰਿਵਾਰ ਹੋਵੇ। ਸ਼ਹਿਰਾਂ 'ਚ ਇਸੇ ਲਈ ਬੇਹਿਆਈ ਵੱਧ ਗਈ ਹੈ ਕਿ ਉੱਥੇ ਕੋਈ ਕਿਸੇ ਦਾ ਕੁਛ ਨਹੀਂ ਲੱਗਦਾ। ਕਿਸੇ ਨਾਲ ਕੁਛ ਵੀ ਵਾਪਰ ਜਾਏ ਦੂਜੇ ਦਾ ਉਸ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਕਿਸੇ ਦਾ ਮੁੰਡਾ ਜਾਂ ਕੁੜੀ ਕਿਸੇ ਗਲਤ ਰਸਤੇ ਪੈ ਜਾਏ ਕੋਈ ਉਹਨਾਂ ਨੂੰ ਰੋਕਦਾ ਟੋਕਦਾ ਨਹੀਂ ਅਤੇ ਨਾ ਹੀ ਉਹਨਾਂ ਦੇ ਘਰ ਕੋਈ ਦੱਸਣ ਜਾਂਦਾ। ਹੋਰ ਵੱਡੇ ਸ਼ਹਿਰਾਂ 'ਚ ਅਤੇ ਬਾਹਰਲੇ ਮੁਲਕਾਂ 'ਚ ਤਾਂ ਗੱਲ ਇੱਥੋਂ ਤੱਕ ਅੱਪੜ ਗਈ ਹੈ ਕਿ ਸਾਲਾਂ ਬੱਧੀ ਇੱਕ ਥਾਂ ਰਹਿੰਦਿਆਂ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਕਿ ਤੁਹਾਡੇ ਗੁਆਂਢ 'ਚ ਕੌਣ ਰਹਿ ਰਿਹਾ। ਕੋਈ ਗੱਲ ਸੁਣਾਉਂਦਾ ਸੀ ਕਿ ਅਮਰੀਕਾ 'ਚ ਕਿਸੇ ਦੇ ਘਰ ਪਾਰਟੀ ਚੱਲ ਰਹੀ ਸੀ, ਅੱਧੀ ਕੁ ਰਾਤ ਫੋਨ ਆਇਆ। ਘਰ ਦੇ ਮਾਲਕ ਨੇ ਘਰ ਤੋਂ ਬਾਹਰ ਨਿਕਲ ਕੇ ਮੋਬਾਈਲ 'ਤੇ ਸੁਣਿਆ ਕਿ ਉਹਦਾ ਇੱਕੋ ਇੱਕ ਪੁੱਤਰ ਲੰਡਨ ਕਿਸੇ ਦੂਸਰੇ ਸ਼ਹਿਰ ਐਕਸੀਡੈਂਟ ਨਾਲ ਮਰ ਗਿਆ। ਉਹਨੇ ਹਸਪਤਾਲ ਵਾਲਿਆਂ ਨੂੰ ਫੋਨ ਕਰਕੇ ਉਹਦੇ ਸੰਸਕਾਰ ਦਾ ਪ੍ਰਬੰਧ ਕਰ ਦਿੱਤਾ ਅਤੇ ਦੱਸਿਆ, ਤੁਸੀਂ ਸੰਸਕਾਰ ਕਰਦੇ ਹੋ, ਮੈਂ ਨਹੀਂ ਪਹੁੰਚ ਸਕਦਾ। ਆ ਕੇ ਉਹ ਫਿਰ ਪਾਰਟੀ 'ਚ ਸ਼ਾਮਿਲ ਹੋ ਗਿਆ। ਤੀਸਰੇ ਚੌਥੇ ਦਿਨ ਉਸ ਪਾਰਟੀ 'ਚ ਸ਼ਾਮਿਲ ਇੱਕ ਪੰਜਾਬੀ ਨੂੰ ਜਦੋਂ ਪਤਾ ਲੱਗਿਆ ਉਹਨੂੰ ਬੜਾ ਧੱਕਾ ਲੱਗਿਆ ਅਤੇ ਉਹ ਪਾਰਟੀ ਦੇਣ ਵਾਲੇ ਭਾਈ ਕੋਲ ਗਿਆ, ਅਫਸੋਸ ਜ਼ਾਹਰ ਕੀਤਾ ਅਤੇ ਆਖਿਆ, ਉਸੇ ਵੇਲੇ ਸਾਨੂੰ ਕਿਉਂ ਨਾ ਦੱਸਿਆ? ਤਾਂ ਭਾਈ ਆਖਣ ਲੱਗਾ, ਜੋ ਵਾਪਰਨਾ ਸੀ ਉਹ ਤਾਂ ਵਾਪਰ ਚੁੱਕਿਆ ਸੀ, ਅਸੀਂ ਕੁਝ ਨਹੀਂ ਸੀ ਕਰ ਸਕਣਾ। ਮੈਂ ਸੋਚਿਆ ਹੁਣ ਤੁਹਾਡਾ ਸਾਰਿਆਂ ਦਾ ਪਾਰਟੀ ਦਾ ਮਜ਼ਾ ਕਿਉਂ ਖਰਾਬ ਕੀਤਾ ਜਾਏ। ਕ੍ਰੀਮੇਸ਼ਨ ਦੀਆਂ ਸਭ ਡਿਟੇਲਸ ਮੈਂ ਫੋਨ ਉੱਪਰ ਸਮਝਾ ਦਿੱਤੀਆਂ ਸਨ
ਉਸ ਪੰਜਾਬੀ ਨੂੰ ਗੱਲ ਸੁਣ ਕੇ ਐਡਾ ਸਦਮਾ ਲੱਗਿਆ। ਉਸ ਬੰਦੇ ਦੇ ਮੂੰਹ ਵੱਲ ਦੇਖਦਾ ਰਿਹਾ ਕਿ ਕੀ ਇਹ ਇਨਸਾਨ ਹੈ ਜਾਂ ਪੱਥਰ। ਪੱਛਮ ਦੇ ਲੋਕ ਕਿਸੇ ਵੀ ਰਿਸ਼ਤੇ 'ਚ ਇੰਨਾ ਇਨਵੋਲਵ ਨਹੀਂ ਹੁੰਦੇ ਕਿ ਉਹਦੀ ਅਣਹੋਂਦ ਉਹਦੀ ਜ਼ਿੰਦਗੀ 'ਤੇ ਸੱਟ ਮਾਰੇ। ਇਸੇ ਕਰਕੇ ਕਾਮੂ ਦੇ ਨੋਵਲ ਆਊਟਸਾਈਡਰ 'ਚ ਨਾਇਕ ਆਖਦਾ ਹੈ, ਮਾਂ ਕੱਲ੍ਹ ਮਰੀ ਸੀ ਜਾਂ ਸ਼ਾਇਦ ਪਰਸੋਂ। ਅੰਗ 7 ਬੀਰਾ ਅਤੇ ਮਨਜੀਤ ਨਿੱਕੇ ਨਿੱਕੇ ਸਨ ਜਦੋਂ ਬਾਪੂ ਜੀ ਗੁਜ਼ਰ ਗਏ ਅਤੇ ਬੀਬੀ ਨੇ ਆਪਣੇ ਆਪ ਨੂੰ ਅੰਤਾਂ ਦੇ ਪਾਠ 'ਚ ਗੁਆ ਲਿਆ। ਮਨਜੀਤ ਤਾਂ ਮਾੜਾ ਮੋਟਾ ਆਪ ਵੀ ਤਿਆਰ ਹੋ ਜਾਂਦੇ, ਪਰ ਬੀਰੇ ਨੂੰ ਹਮੇਸ਼ਾ ਮੈਂ ਹੀ ਤਿਆਰ ਕਰਦੀ ਹੋਈ ਮੈਂ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੀ ਰਹਿੰਦੀ। ਬੀਰੇ ਨੂੰ ਅੰਗਰੇਜ਼ੀ ਸਿਖਾਉਣ ਲਈ ਮੈਂ ਉਹਨੂੰ ਕਈ ਸ਼ਬਦਾਂ ਦੀ ਪੰਜਾਬੀ ਅਤੇ ਕਈ ਦੀ ਅੰਗਰੇਜ਼ੀ ਪੁੱਛਦੀ ਰਹਿੰਦੀ। ਇੱਕ ਦਿਨ ਮੈਂ ਉਹਨੂੰ ਪੁੱਛਿਆ, ਸੜਕਾਂ ਉੱਪਰ ਜੋ ਲਿਖਿਆ ਹੁੰਦਾ ਡੈਡ ਸਲੋ, ਇਹਦਾ ਕੀ ਮਤਲਬ ਹੁੰਦਾ? ਉਹਨੇ ਉੱਤਰ ਦਿੱਤਾ, ਇਹ ਆਖਦੇ ਨੇ ਹੌਲੀ ਮਰੋ। ਫਿਰ ਮੈਂ ਇੱਕ ਦਿਨ ਉਹਨੂੰ ਪੁੱਛਿਆ, ਵੀਰੇ ਪਲੀਜ਼ ਦਾ ਕੀ ਮਾਇਨਾ ਹੁੰਦਾ? ਉਹ ਹੱਸ ਪਿਆ ਅਤੇ ਆਖਣ ਲੱਗਾ, ਲੈ ਤੁਹਾਨੂੰ ਪਲੀਜ਼ ਦਾ ਮਾਇਨਾ ਵੀ ਨਹੀਂ ਆਉਂਦਾ, ਪਲੀਜ਼ ਦਾ ਮਾਇਨਾ ਹੁੰਦਾ ਹੜੇ ਹੜੇ। ਉਹ ਦੋਵੇਂ ਮਾਡਰਨ ਸਕੂਲ ਪੜ੍ਹਦੇ ਹੁੰਦੇ ਸਨ। ਮਨਜੀਤ ਨੂੰ ਸਾਈਕਲ ਦੇ ਪਿੱਛੇ ਬਿਠਾ ਕੇ, ਬੀਰੇ ਨੂੰ ਅੱਗੇ ਡੰਡੇ 'ਤੇ ਬਿਠਾ, ਗੇਂਦਾ ਰਾਮ ਸਾਡਾ ਬੁੱਢਾ ਨੌਕਰ ਉਹਨਾਂ ਨੂੰ ਸਕੂਲ ਛੱਡਣ ਜਾਂਦਾ ਹੁੰਦਾ ਸੀ। ਇੱਕ ਦਿਨ ਸਕੂਲ ਜਾਂਦਾ ਹੋਇਆ ਬੀਰਾ ਉਹਨੂੰ ਆਖਣ ਲੱਗਾ, ਜੇ ਗੇਂਦਾ ਰਾਮ ਸਾਡੇ ਸਕੂਲ 'ਚ ਕੋਈ ਮਰ ਜਾਏ ਤਾਂ ਛੁੱਟੀ ਹੋ ਜਾਂਦੀ ਹੈ। ਮਨਜੀਤ ਨੇ ਵੀ ਇਸ ਗੱਲ ਦੀ ਹਾਮੀ ਭਰੀ। ਗੇਂਦਾ ਰਾਮ ਨੂੰ ਉੱਥੇ ਹੀ ਖੜ੍ਹੇ ਰਹਿਣ ਦੀ ਹਦਾਇਤ ਦੇ ਕੇ ਉਹ ਭੱਜੇ ਭੱਜੇ ਸਕੂਲ ਦੇ ਅੰਦਰ ਗਏ ਅਤੇ ਭੈੜਾ ਜਿਹਾ ਮੂੰਹ ਬਣਾ ਕੇ ਗੇਂਦਾ ਰਾਮ ਨੂੰ ਆਖਣ ਲੱਗੇ, ਗੇਂਦਾ ਰਾਮ ਸਾਡੀ ਤਾਂ ਪ੍ਰਿੰਸੀਪਲ ਦਾ ਘਰ ਵਾਲਾ ਮਰ ਗਿਆ, ਇਸ ਲਈ ਛੁੱਟੀ ਹੋ ਗਈ ਹੈ, ਅਸੀਂ ਤੇਰੇ ਨਾਲ ਹੀ ਵਾਪਸ ਘਰ ਚੱਲਦੇ ਹਾਂ। ਇਹ ਆਖ ਕੇ ਉਹ ਗੇਂਦਾ ਰਾਮ ਦੇ ਨਾਲ ਹੀ ਘਰ ਵਾਪਸ ਆ ਮੁੜੇ। ਘਰ ਪਹੁੰਚੇ ਤਾਂ ਮੈਂ ਪੁੱਛਿਆ, ਮੁੜ ਕਿਉਂ ਆਏ? ਤਾਂ ਉਹਨਾਂ ਦੱਸਿਆ, ਸਾਡੀ ਪ੍ਰਿੰਸੀਪਲ ਦਾ ਘਰ ਵਾਲਾ ਮਰ ਗਿਆ ਅਤੇ ਸਕੂਲ ਛੁੱਟੀ ਹੋ ਗਈ ਹੈ। ਮੈਂ ਪੁੱਛਿਆ, ਕੌਣ ਹੈ ਤੁਹਾਡੇ ਸਕੂਲ ਦੀ ਪ੍ਰਿੰਸੀਪਲ? ਵੀਰਾ ਆਖਣ ਲੱਗਿਆ, ਉਹੀ ਮਿਸ ਰਾਜਦਾਨ ਹੈ। ਮੈਂ ਇੱਕ ਇੱਕ ਚਪੇੜ ਦੋਵਾਂ ਦੇ ਮਾਰੀ ਅਤੇ ਆਖਿਆ, ਮਿਸ ਰਾਜਦਾਨ ਦਾ ਘਰ ਵਾਲਾ ਕਿੱਥੋਂ ਆ ਗਿਆ? ਮਿਸ ਤਾਂ ਆਖਦੀ ਉਹਨੂੰ ਨੇ ਜਿਹਦਾ ਵਿਆਹ ਨਾ ਹੋਇਆ ਹੋਵੇ ਅਤੇ ਉਹਨਾਂ ਨੂੰ ਵਾਪਸ ਸਕੂਲ ਭੇਜਿਆ। ਦਰਸ਼ਨ ਵੀਰੇ ਨਿੱਕੇ ਹੁੰਦੇ ਦਾ ਦੋਸਤ ਸੀ, ਵੱਡੇ ਹੁੰਦੇ ਤੱਕ ਵੀ ਰਿਹਾ। ਇੱਕ ਵਾਰੀ ਦੋਨੋਂ ਜਣੇ ਫੌਜ 'ਚ ਜੰਮੂ ਸੈਕਿੰਡ ਲੈਫਟੀਨੈਂਟ ਲੱਗੇ ਹੋਏ ਸਨ। ਵੀਰੇ ਨੂੰ ਕੱਪੜਿਆਂ ਦਾ ਬਹੁਤ ਸ਼ੌਕ ਸੀ ਅਤੇ ਬੜੇ ਸੰਭਾਲ ਕੇ ਰੱਖਦਾ ਸੀ। ਗੁਰਦੁਆਰਾ ਸਿੰਘ ਸਭਾ ਕੋਲ ਉਹਦੇ ਖਾਸ ਟੇਲਰ ਭਾਈ ਸਨ, ਉਹਨਾਂ ਨੂੰ ਉਹਦਾ ਮੇਚ ਵੀ ਪਤਾ ਸੀ ਅਤੇ ਜਦੋਂ ਆਖਦਾ ਉਦੋਂ ਸਿਉਂ ਵੀ ਦਿੰਦਾ ਸੀ। ਦਰਸ਼ਨ ਛੁੱਟੀ ਆਇਆ ਤਾਂ ਮੈਂ 3 ਨਵੀਆਂ ਪੈਂਟਾਂ ਅਤੇ 3 ਹੀ ਨਵੇਂ ਕੋਟ ਬਣਵਾਏ, ਮੈਚਿੰਗ 3 ਨਵੀਆਂ ਪੱਗਾਂ ਰੰਗਵਾਈਆਂ ਅਤੇ ਇੱਕ ਬੈਗ 'ਚ ਪਾ ਕੇ ਦਰਸ਼ਨ ਨੂੰ ਆਖਿਆ, ਵੀਰੇ ਨੂੰ ਦੇ ਦੇ। ਇਹ ਮੈਨੂੰ ਚੇਤਾ ਹੀ ਨਾ ਰਿਹਾ ਕਿ ਵੀਰੇ ਨੂੰ ਪੁੱਛ ਲਵਾਂ ਕਿ ਕੱਪੜੇ ਪਹੁੰਚ ਗਏ ਕਿ ਨਹੀਂ। ਦਰਸ਼ਨ ਰੋਜ਼ ਨਵੇਂ ਕੱਪੜੇ ਪਾਉਣ ਲੱਗਿਆ ਤਾਂ ਵੀਰੇ ਨੇ ਆਖਿਆ, ਇਸ ਵਾਰੀ ਬੜੇ ਸੋਹਣੇ ਕੱਪੜੇ ਸੁਆ ਕੇ ਲਿਆਇਆ। ਤਾਂ ਦਰਸ਼ਨ ਬੋਲਿਆ, ਤੂੰ ਵਿੱਚੋਂ ਕੋਈ ਪਾਉਣੇ ਹੋਣ ਤਾਂ ਪਾ ਲੈ, ਆਪਣਾ ਕੀ ਵੰਡਿਆ ਹੋਇਆ? ਵੀਰੇ ਨੇ ਆਖਿਆ, ਰਹਿਣ ਦੇ, ਮੈਂ ਛੁੱਟੀ ਜਾਵਾਂਗਾ ਤਾਂ ਬਣਵਾ ਲਿਆਵਾਂਗਾ। 5 ਮਹੀਨੇ ਮਗਰੋਂ ਜਦੋਂ ਵੀਰਾ ਛੁੱਟੀ ਆਉਣ ਲੱਗਿਆ ਤਾਂ ਦਰਸ਼ਨ ਨੇ ਆਖਿਆ, ਇਹ ਕੱਪੜੇ ਤੇਰੇ ਹੀ ਸਨ, ਭੈਣ ਜੀ ਨੇ ਤੈਨੂੰ ਦੇਣ ਲਈ ਦਿੱਤੇ ਸਨ। ਮੈਂ ਸੋਚਿਆ ਆਪਣਾ ਕੀ ਵੰਡਿਆ ਹੋਇਆ, ਤੂੰ ਭੈਣ ਜੀ ਨੂੰ ਆ ਕੇ ਹੋਰ ਸਵਾ ਲਈ। ਮੈਨੂੰ ਤਾਂ ਇਹ ਗੱਲ ਚੰਗੀ ਨਾ ਲੱਗੀ, ਪਰ ਵੀਰਾ ਆਖਣ ਲੱਗਿਆ, ਛੱਡੋ ਭੈਣ ਜੀ, ਕੱਪੜਿਆਂ ਦਾ ਕੀ ਹੁੰਦਾ, ਮੈਨੂੰ ਹੋਰ ਬਣਵਾ ਦਿਓ। ਦਰਸ਼ਨ ਦੀ ਬੀਬੀ ਤੋਂ ਕੁਝ ਵੀ ਮੰਗੋ ਚਿਮਟਾ ਖੜਕਾਉਣ ਲੱਗ ਪੈਂਦੀ ਹੈ, ਬਈ ਦੱਸਦੀ ਹਾਂ ਤੈਨੂੰ ਪਤਾ। ਅੰਗ 8 ਕਾਂਤੀ ਨਾਰਾਇਣ ਜੋ ਕਿ ਆਯੁਰਵੈਦਿਕ ਕਾਲਜ ਦਾ ਡਾਇਰੈਕਟਰ ਸੀ, ਉਹਦੇ ਪਿਤਾ ਜੀ ਪਟਿਆਲੇ ਦੇ ਰਾਜਵੈਦ ਸਨ। ਬੇਬੇ ਜੀ ਦੱਸਦੇ ਹੁੰਦੇ ਸਨ ਕਿ ਜਦੋਂ ਫੁੱਫੜ ਜੀ ਕੋਤਵਾਲ ਸਨ ਅਤੇ ਡਾਕੂਆਂ ਮਗਰ ਕੋਠੇ ਕੋਠੇ ਨੱਠੇ ਜਾਂਦੇ, ਇੱਕ ਕੋਠੇ ਤੋਂ ਹੇਠਾਂ ਡਿੱਗ ਪਏ ਸਨ। ਉਹ ਸੱਟਾਂ ਦੇ ਨਾਲ ਪਿੱਠ ਉੱਤੇ ਅਜਿਹਾ ਕੁਝ ਵੱਜਿਆ ਸੀ ਅਤੇ ਬੜਾ ਵੱਡਾ ਜ਼ਖਮ ਹੋ ਗਿਆ ਸੀ। ਉਸ ਵੇਲੇ ਡਾਕਟਰਾਂ ਤੋਂ ਸੰਭਲ ਦੇ ਨਾਂ ਦੇਖ ਰਾਜਵੈਦ ਜੀ ਨੂੰ ਸੱਦਿਆ ਗਿਆ ਸੀ। ਉਹਨਾਂ ਨੇ ਪੁੱਠੇ ਪਾ ਕੇ ਫੁੱਫੜ ਜੀ ਦੀ ਪਿੱਠ ਦੇ ਆਖਦੇ ਨੇ ਬੜਾ ਕੀਮਤੀ ਤੇਲ ਪਾਉਂਦੇ ਰਹੇ ਅਤੇ ਸੋਨੇ ਦੇ ਵਰਕਾਂ ਵਾਲੀਆਂ ਗੋਲੀਆਂ ਖਾਣ ਨੂੰ ਵੀ ਦਿੰਦੇ ਰਹੇ। 1.5 ਮਹੀਨੇ ਮਗਰੋਂ ਫੁੱਫੜ ਜੀ ਵਰਦੀ ਪਾ ਕੇ ਮੁੜ ਤਿਆਰ ਬਰ ਤਿਆਰ ਹੋ ਗਏ ਸਨ। ਸ਼ੁਕਰਾਨੇ ਵਜੋਂ ਕਾਫ਼ੀ ਕੁਛ ਵੈਦ ਜੀ ਲਈ ਅਤੇ ਉਹਨਾਂ ਦੀ ਘਰਵਾਲੀ ਲਈ ਬੇਬੇ ਜੀ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਦੇਣ ਗਏ। ਵੈਦ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਆਖਿਆ, ਦਵਾਈਆਂ ਤੁਸੀਂ ਆਪ ਖਰੀਦ ਕੇ ਲਿਆਉਂਦੇ ਰਹੇ ਹੋ, ਮੇਰਾ ਧਰਮ ਨਹੀਂ ਕੁਛ ਲੈਣ ਦਾ। ਫੁੱਫੜ ਜੀ ਨੇ ਉਹਨਾਂ ਦੀ ਘਰਵਾਲੀ ਵੱਲ ਹੱਥ ਕਰਕੇ ਆਖਿਆ, ਤੁਸੀਂ ਨਾ ਲਓ, ਮੈਂ ਤਾਂ ਆਪਣੀ ਭੈਣ ਨੂੰ ਦੇ ਕੇ ਚੱਲਿਆ। ਉਹ ਕਿਸੇ ਕਾਰਨ ਆਪਣੇ ਭਰਾ ਨਾਲ ਨਾਰਾਜ਼ ਸੀ ਅਤੇ ਵਰਤਦੀ ਨਹੀਂ ਸੀ। ਬੋਲੀ, ਜੇ ਭਰਾ ਬਣਨਾ ਤਾਂ ਸੱਚਮੁੱਚ ਦਾ ਭਰਾ ਬਣੀ, ਮੈਨੂੰ ਅੱਜ ਦੇ ਦਿਨ ਲਈ ਭਰਾ ਨਹੀਂ ਚਾਹੀਦਾ। ਫੁੱਫੜ ਜੀ ਨੇ ਉੱਠ ਕੇ ਪੈਰੀਂ ਹੱਥ ਲਾਇਆ ਅਤੇ ਆਖਿਆ, ਅੱਜ ਤੋਂ ਬੋਬੋ ਮੇਰੀ ਭੈਣ ਹੋਈ। ਸਾਰੇ ਉਹਨੂੰ ਬੋਬੋ ਆਖਦੇ ਹੁੰਦੇ ਸਨ ਅਤੇ ਫਿਰ ਬੇਬੇ ਜੀ ਨੇ ਵੀ ਪੈਰੀਂ ਹੱਥ ਲਾਏ।
ਇਸ ਤੋਂ ਮਗਰੋਂ ਜਦੋਂ ਸਾਡੀ ਕੋਠੀ ਆਉਂਦੀ ਉਹਦੀਆਂ ਬੜੀਆਂ ਖਾਤਰਾਂ ਹੁੰਦੀਆਂ ਅਤੇ ਜਾਣ ਵੇਲੇ ਬੂਬੋ ਨੂੰ ਕਿੰਨਾ ਹੀ ਕੁਝ ਦਿੱਤਾ ਜਾਂਦਾ। ਮਗਰੋਂ ਉਹਦੇ ਮੁੰਡੇ ਕੁੜੀਆਂ ਦੇ ਵਿਆਹ ਅਤੇ ਨਾਨਕ ਛੱਕਾਂ ਵੀ ਫੁੱਫੜ ਜੀ ਨੇ ਭਰੀਆਂ। ਮਾੜੀਆਂ ਮੋਟੀਆਂ ਨਾਨਕ ਛੱਕਾਂ ਨਹੀਂ, ਆਪਣੇ ਅਤੇ ਵੈਦ ਜੀ ਦੇ ਸਟੈਂਡਰਡ ਦੀਆਂ। ਬੂਬੋ ਦਾ ਬੜਾ ਰੋਹਬ ਸੀ। ਜੇ ਬੂਬੋ ਨੂੰ ਕੋਈ ਗੱਲ ਪਸੰਦ ਨਾ ਹੁੰਦੀ ਤਾਂ ਬੜੇ ਰੋਹਬ ਨਾਲ ਆਖਦੀ, ਮੇਰੇ ਭਰਾ ਦੀ ਐਡੀ ਸਰਦਾਰੀ, ਵੱਡੀ ਵਹੁਟੀ ਤਾਂ ਜਮ੍ਹਾਂ ਜੱਟੀ ਲੱਗਦੀ ਹੈ, ਛੋਟੀ ਹੈਗੀ ਹੈ ਮਾੜੀ ਮੋਟੀ ਸੁਣੱਖੀ। ਕੋਈ ਉਹਦੀ ਗੱਲ ਦਾ ਬੁਰਾ ਨਾ ਮਨਾਉਂਦਾ। ਉਹਦੇ ਆਈ 'ਤੇ ਸਾਰਾ ਟੱਬਰ ਭੱਜਿਆ ਫਿਰਦਾ। ਹੌਲੀ ਹੌਲੀ ਰਾਜ ਵੈਦ ਜੀ, ਬੋਬੋ, ਕਾਂਤੀ, ਨਰੈਣ, ਉਹਦਾ ਵੱਡਾ ਭਾਈ ਅਤੇ ਭੈਣ ਰੱਬ ਨੂੰ ਪਿਆਰੇ ਹੁੰਦੇ ਗਏ, ਪਰ ਉਹਨਾਂ ਦੀ ਆਸ ਔਲਾਦ ਨਾਲ ਵਰਤ ਵਿਹਾਰ ਚੱਲਦੇ ਰਹੇ। ਕਾਂਤੀ ਨਰੈਣ ਦੇ ਵੇਲੇ ਜਿੱਥੇ ਦੇਸੀ ਦਵਾਈਆਂ ਤਿਆਰ ਹੁੰਦੀਆਂ ਸੀ, ਉਹਨਾਂ ਦੇ ਇੰਚਾਰਜ ਬੜੇ ਸਿਆਣੇ ਅਤੇ ਗਾਂਧੀ ਭਗਤ ਇੱਕ ਵੈਦ ਜੀ ਪਰਮਾਨੰਦ ਹੁੰਦੇ ਸਨ। ਬੇਬੇ ਜੀ ਨਾਲ ਇੱਕ ਦੋ ਵਾਰੀ ਦਵਾਈ ਲੈਣ ਇਹਨਾਂ ਵੈਦ ਜੀ ਦੇ ਘਰ ਗਈ। ਇਹਨਾਂ ਦਾ ਘਰ ਮਾਲਵਾ ਸਿਨਮਾ ਦੇ ਪਿੱਛੇ ਇੱਕ ਨਿੱਕਾ ਜਿਹਾ ਕੁਆਟਰ ਸੀ। ਹੌਲੀ ਹੌਲੀ ਵੈਦ ਜੀ ਬੁੱਢੇ ਹੋ ਕੇ ਰਿਟਾਇਰ ਹੋ ਗਏ, ਪਰ ਆਪਣੇ ਪੇਸ਼ੇ 'ਚ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਸੀ। ਘਰ ਮਰੀਜ਼ ਦਿਖਾਉਣ ਆ ਜਾਂਦੇ, ਦਵਾਈਆਂ ਲਿਖ ਦਿੰਦੇ, ਜੇ ਕੋਈ ਪੈਸੇ ਦੇ ਜਾਂਦਾ ਰੱਖ ਲੈਂਦੇ, ਮੰਗਦੇ ਕਿਸੇ ਤੋਂ ਨਹੀਂ। ਕੁੜੀ BA ਕਰਾ ਕੇ ਵਿਆਹਤੀ ਸੀ, ਮੁੰਡਾ ਅਜੇ ਪੜ੍ਹਦਾ ਸੀ। ਮੈਂ ਯੂਨੀਵਰਸਿਟੀ 'ਚ ਨੌਕਰੀ ਕਰਦੀ ਸੀ। ਇੱਕ ਦਿਨ ਸਵੇਰੇ ਸਵੇਰੇ ਪਤਾ ਲੱਗਿਆ ਵੈਦ ਜੀ ਦਾ ਜਵਾਈ, ਜਿਹੜਾ ਇਨਕਮ ਟੈਕਸ 'ਚ ਇੰਸਪੈਕਟਰ ਸੀ, ਕਿਸੇ ਦੇ ਘਰ ਰੇਡ 'ਤੇ ਗਿਆ, ਅੱਗੋਂ ਭਾਪੇ ਨੇ ਗੋਲੀ ਮਾਰਤੀ, ਉੱਥੇ ਹੀ ਮਰ ਗਿਆ। 20-25 ਸਾਲ ਪੁਰਾਣੀ ਗੱਲ ਹੈ। ਘਰ ਮੇਰੇ ਕੋਲ ਉਸ ਵੇਲੇ 400 ਰੁਪਏ ਸਨ। ਫਟਾਫਟ ਲੈ ਕੇ ਮੈਂ ਵੈਦ ਜੀ ਕੋਲ ਚਲੀ ਗਈ ਅਤੇ ਆਖਿਆ ਤੁਹਾਨੂੰ ਲੋੜ ਹੋਏਗੀ। ਝੱਕਦਿਆਂ ਵੈਦ ਜੀ ਨੇ ਪੈਸੇ ਰੱਖ ਲਏ। ਮਗਰੋਂ ਇੱਕ ਦਿਨ ਵੈਦ ਜੀ ਨੇ ਦੱਸਿਆ, ਉਸ ਦਿਨ ਜੇ ਤੂੰ 400 ਰੁਪਏ ਨਾ ਦੇ ਕੇ ਜਾਂਦੀ ਤਾਂ ਘਰ 'ਚ ਕੋਈ ਵੀ ਪੈਸਾ ਨਹੀਂ ਸੀ। ਮੈਨੂੰ ਲੱਗਿਆ ਇਮਾਨਦਾਰ ਬੰਦਿਆਂ ਦਾ ਇਹੀ ਹਾਲ ਹੁੰਦਾ। ਅੰਗ 9 1994 'ਚ ਬੀਰਾ ਜਦੋਂ ਖਤਮ ਹੋ ਗਿਆ, ਮੇਰੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ। ਰੋਣ ਤੋਂ ਬਿਨਾਂ ਕੁਝ ਸੁੱਝਦਾ ਹੀ ਨਹੀਂ ਸੀ। ਉਸ ਵੇਲੇ ਤਾਂ ਇੰਜੈਕਸ਼ਨ ਲਗਾ ਕੇ ਡਾਕਟਰਾਂ ਨੇ ਸੰਭਾਲ ਲਿਆ, ਪਰ ਮਗਰੋਂ ਜੀ ਡੋਬੇ ਸੋਕੇ ਹੋਇਆ ਰਹਿੰਦਾ ਅਤੇ ਮੇਰਾ ਮਨ ਕਰਦਾ ਰੋ ਰੋ ਕੇ ਬੀਰੇ ਨੂੰ ਹਾਕਾ ਮਾਰਾਂ। ਸਿਮਰਨ ਮੇਰਾ ਬੇਟਾ ਉਦੋਂ ਛੋਟਾ ਜਿਹਾ ਸੀ। ਇੱਕ ਦਿਨ ਮੇਰੇ ਗੱਲ 'ਚ ਬਾਹਾਂ ਪਾ ਕੇ ਆਖਣ ਲੱਗਾ, ਮੰਮੀ ਤੁਸੀਂ ਇੰਨਾ ਜ਼ਿਆਦਾ ਰੋਂਦੇ ਹੋ, ਇੱਥੋਂ ਤਾਂ ਮੈਂ ਮਰ ਜਾਂਦਾ, ਮਾਮਾ ਜੀ ਜਿਉਂਦੇ ਰਹਿੰਦੇ। ਉਹਨੂੰ ਮੈਂ ਘੁੱਟ ਕੇ ਗੱਲ ਨਾਲ ਲਾ ਲਿਆ ਅਤੇ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਅਸੀਂ ਆਪਣੇ ਦੁੱਖ 'ਚ ਕਈ ਵਾਰੀ ਇੰਨਾ ਗਰਕ ਹੋ ਜਾਂਦੇ ਹਾਂ ਕਿ ਸਾਨੂੰ ਪਤਾ ਨਹੀਂ ਚੱਲਦਾ ਦੂਸਰਿਆਂ 'ਤੇ ਇਹਦਾ ਕੀ ਅਸਰ ਹੋ ਰਿਹਾ। ਅਜਿਹੇ ਵੇਲੇ ਜਾਣ ਵਾਲੇ ਤੋਂ ਵੱਧ ਪਿੱਛੇ ਰਹਿ ਗਿਆਂ ਬਾਰੇ ਸੋਚਣਾ ਹੁੰਦਾ। ਇਹ ਸੋਚ ਕੇ ਮੈਂ ਆਪਣੇ ਆਪ ਨੂੰ ਰੋਣ ਤੋਂ ਰੋਕਣ ਲੱਗੀ। ਇਹਨਾਂ ਹੀ ਦਿਨਾਂ 'ਚ ਮੇਰੀ ਜੀਭ ਦੇ ਸੈਂਟਰ 'ਚ ਇੱਕ ਛੋਲਿਆਂ ਦੇ ਦਾਣੇ ਜਿੰਨੀ ਗੱਠ ਹੋ ਗਈ। ਉਹ ਸਖਤ ਸੀ ਅਤੇ ਦੁਖਦੀ ਵੀ ਨਹੀਂ ਸੀ। ਡਾਕਟਰ ਬਲਵੰਤ ਸਿੰਘ ਨੂੰ ਦਿਖਾਈ, ਉਹ ਪਰੇਸ਼ਾਨ ਜਿਹਾ ਲੱਗਦਾ ਸੀ, ਪਰ ਮੈਨੂੰ ਆਖਣ ਲੱਗਾ ਕੋਈ ਗੱਲ ਨਹੀਂ, ਬਹੁਤੀ ਗੱਲ ਹੋਊਗੀ, ਇਹਨੂੰ ਕੱਟ ਕੇ ਕੱਢ ਦਿਆਂਗੇ। ਮੈਂ ਪਰੇਸ਼ਾਨ ਜੀ ਹੋ ਗਈ, ਲੱਗਿਆ ਸ਼ਾਇਦ ਡਾਕਟਰ ਕੈਂਸਰ ਦੀ ਗੱਲ ਕਰ ਰਿਹਾ। ਵੈਦ ਜੀ ਨੂੰ ਜਾ ਕੇ ਮੈਂ ਦੱਸਿਆ, ਉਹ ਮੈਨੂੰ ਕਿਸੇ ਭੁਲੇਖੇ 'ਚ ਨਹੀਂ ਸੀ ਰੱਖਣਾ ਚਾਹੁੰਦੇ। ਆਖਣ ਲੱਗੇ, ਅਜਿਹੇ ਮਰੀਜ਼ ਦੀ ਉਮਰ 5-6 ਮਹੀਨੇ ਤੋਂ ਵੱਧ ਨਹੀਂ ਹੁੰਦੀ। ਮੈਂ ਘਰ ਆ ਗਈ, ਕਿਸੇ ਨੂੰ ਕੁਛ ਨਾ ਦੱਸਿਆ, ਪਰ ਮੇਰਾ ਇੱਕ ਵਿਦਿਆਰਥੀ ਜੋ ਅੱਜ ਕੱਲ੍ਹ ਲੈਕਚਰਾਰ ਲੱਗਿਆ ਹੋਇਆ ਸੀ, ਬਾਈ ਚਾਂਸ ਆ ਗਿਆ। ਮੇਰੇ ਮੂੰਹ ਵੱਲ ਝਾਕ ਕੇ ਪੁੱਛਣ ਲੱਗਾ, ਮੈਡਮ ਕੀ ਗੱਲ, ਠੀਕ ਨਹੀਂ ਲੱਗਦੇ? ਪਹਿਲੇ ਮੈਂ ਟਾਲਣ ਦੀ ਕੋਸ਼ਿਸ਼ ਕੀਤੀ, ਫਿਰ ਮੈਂ ਉਹਨੂੰ ਜੀਭ ਦੀ ਗੱਠ ਬਾਰੇ ਦੱਸਤਾ। ਉਹ ਆਪਣੇ ਦੋਸਤ ਹੋਮਿਓਪੈਥ ਕੋਲ ਲੈ ਗਿਆ ਅਤੇ 10 ਦਿਨ ਦੀ ਦਵਾਈ ਲੈ ਆਇਆ। ਆਖਣ ਲੱਗਿਆ 10 ਦਿਨਾਂ 'ਚ ਠੀਕ ਹੋ ਜਾਊ। 4-5 ਦਿਨ ਦਵਾਈ ਖਾਣ ਮਗਰੋਂ ਗੱਠ ਰੀਠੇ ਜਿੱਡੀ ਹੋ ਗਈ। ਮੈਂ ਉਸੇ ਵਿਦਿਆਰਥੀ ਨੂੰ ਫੋਨ ਕਰਕੇ ਦੱਸਿਆ, ਗੱਠ ਤਾਂ ਸਗੋਂ ਵੱਧ ਗਈ, ਹੁਣ ਤਾਂ ਉੱਪਰ ਵੀ ਮੂੰਹ 'ਚ ਲੱਗਦੀ ਹੈ। ਹੋਮਿਓਪੈਥ ਨੇ ਆਖਿਆ, ਇੱਕ ਵਾਰੀ ਮੈਡਮ ਨੂੰ ਇੱਥੇ ਲੈ ਆ। ਮੈਂ ਚਲੀ ਗਈ ਅਤੇ ਪੁੱਛਣ ਲੱਗਾ, ਪਿਛਲੇ 1-2 ਸਾਲਾਂ 'ਚ ਕੋਈ ਵੱਡੀ ਘਟਨਾ ਜਾਂ ਹਾਦਸਾ ਤਾਂ ਨਹੀਂ ਵਾਪਰਿਆ? ਵੀਰੇ ਦੀ ਗੱਲ ਕਰਨ ਦੀ ਥਾਂ ਮੈਨੂੰ ਫਿਰ ਰੋਣਾ ਆ ਗਿਆ ਅਤੇ ਰੋਂਦਿਆਂ ਵੀਰੇ ਬਾਰੇ ਦੱਸਿਆ। ਉਹਨੇ ਦਵਾਈ ਬਦਲ ਕੇ ਦੇ ਦਿੱਤੀ ਜੋ 10 ਦਿਨ ਖਾਣੀ ਸੀ, ਪਰ 3-4 ਦਿਨ ਮੈਂ ਕੁਰਲੀ ਕਰਨ ਲੱਗੀ ਤਾਂ ਕੁਰਲੀ ਖੂਨ ਦੀ ਆਈ। 2-3 ਵਾਰੀ ਕੁਰਲੀ ਕੀਤੀ, ਖੂਨ ਆਉਣੋਂ ਹਟ ਗਿਆ। ਪਹਿਲੇ ਤਾਂ ਮੈਂ ਘਬਰਾਈ ਕਿ ਮੇਰੇ ਅੰਦਰੋਂ ਖੂਨ ਆਉਣ ਲੱਗ ਪਿਆ, ਪਰ ਜੀਭ ਦੀ ਗੱਠ ਨੂੰ ਜਦੋਂ ਹੱਥ ਲਾ ਕੇ ਦੇਖਿਆ ਉਹ ਗਾਇਬ ਸੀ। ਨਾ ਉੱਥੇ ਕੋਈ ਜ਼ਖਮ ਸੀ, ਨਾ ਤਕਲੀਫ, ਗੱਠ ਜਿਵੇਂ ਖੂਨ ਬਣ ਕੇ ਵਹਿ ਗਈ ਸੀ। ਹੋਮਿਓਪੈਥ ਨੂੰ ਜਾ ਕੇ ਪੁੱਛਿਆ ਕਿ ਇਹ ਕੀ ਹੋਇਆ। ਉਹਨੇ ਦੱਸਿਆ, ਤੁਸੀਂ ਜਿਹੜਾ ਰੋਣਾ ਜ਼ਬਰਦਸਤੀ ਰੋਕਦੇ ਸੀ, ਉਸੇ ਨੇ ਇਹ ਰੂਪ ਧਾਰਿਆ ਸੀ। ਵਕਤ ਸਿਰ ਨਾ ਸਮਝ ਲੱਗਦੀ ਤਾਂ ਕੈਂਸਰ ਬਣ ਜਾਣਾ ਸੀ। ਇਸ ਤੋਂ ਮਗਰੋਂ ਮੈਂ ਡਾਕਟਰ ਬਲਵੰਤ ਸਿੰਘ ਅਤੇ ਵੈਦ ਜੀ ਨੂੰ ਦੱਸਿਆ ਕਿ ਮੈਂ ਠੀਕ ਹੋ ਗਈ ਹਾਂ। ਡਾਕਟਰ ਸਾਹਿਬ ਆਖਣ ਲੱਗੇ, ਇਹ ਤਾਂ ਕਮਾਲ ਹੋ ਗਈ। ਵੈਦ ਜੀ ਆਖਣ ਲੱਗੇ, ਮੈਂ ਵੀ ਸੋਚਦਾ ਸੀ ਤੇਰੇ ਵਰਗੀ ਸ਼ੁੱਧ ਆਤਮਾ ਨਾਲ ਇਹ ਨਹੀਂ ਵਾਪਰਨਾ ਚਾਹੀਦਾ। ਵੈਦ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਬੇਹੱਦ ਤਸੱਲੀ ਹੋਈ। ਅੰਗ 10
ਮਾਂ ਨੂੰ ਗੁਰੂ ਘਰ 'ਚ ਬਹੁਤ ਸ਼ਰਧਾ ਸੀ। ਕਿੱਧਰੋਂ ਵੀ ਗੁਰੂ ਗ੍ਰੰਥ ਸਾਹਿਬ 'ਚ ਵਿੱਚੋਂ ਕੋਈ ਇੱਕ ਸ਼ਲੋਕ ਬੋਲ ਦਿੰਦਾ ਅੱਗੋਂ ਪੂਰਾ ਕਰ ਦਿੰਦੇ। ਉਹਨਾਂ ਦਾ ਇਹ ਵੀ ਜੀ ਕਰਦਾ ਸੀ ਕਿ ਉਹਨਾਂ ਦੇ ਧੀਆਂ ਪੁੱਤਾਂ ਨੂੰ ਵੀ ਗੁਰੂ ਘਰ 'ਚ ਇੰਨੀ ਸ਼ਰਧਾ ਹੋਵੇ। ਇੱਕ ਵਾਰੀ ਮੈਨੂੰ ਅਤੇ ਮੇਰੀ ਸਹੇਲੀ ਜਸਪਾਲ ਨੂੰ ਆਖਣ ਲੱਗੇ, ਤੁਸੀਂ ਮੇਰੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਾ ਕੇ ਤਾਂ ਦੇਖੋ, ਗਿਆਨੀ ਨਿਰੰਜਨ ਸਿੰਘ ਕਥਾ ਕਰਦੇ ਨੇ, ਸਾਹਮਣੇ ਬੈਠੇ ਇਉਂ ਲੱਗਦੇ ਨੇ ਜਿਵੇਂ ਸਮਰਥਕ ਗੁਰੂ ਜੀ ਹੋ। ਮਾਂ ਰੋਜ਼ ਪੈਦਲ ਤੁਰ ਕੇ ਨੀਲਾ ਭਵਨ ਕੋਲ ਸਾਡੀ ਕੋਠੀ 'ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚਦੀ ਸੀ। ਮਾਂ ਨੇ ਕਈ ਵਾਰ ਆਖਿਆ, ਕਥਾ ਵੇਲੇ ਜਿਵੇਂ ਅੰਮ੍ਰਿਤ ਬਰਸਦਾ ਹੋਵੇ। ਮੈਂ ਅਤੇ ਜਸਪਾਲ ਹੁਣੇ ਹੁਣੇ ਕਾਲਜ ਲੈਕਚਰਾਰ ਲੱਗੀਆਂ ਸੀ, ਦੁਨੀਆ ਬੜੀ ਜਵਾਨ ਦਿਸਦੀ ਸੀ। ਕਈ ਦਿਨ ਅਸੀਂ ਮਾਂ ਦੀਆਂ ਗੱਲਾਂ ਨੂੰ ਨਾ ਗੌਲਿਆ। ਫਿਰ ਇੱਕ ਦਿਨ ਜਸਪਾਲ ਆਖਣ ਲੱਗੇ, ਆਪਾਂ ਮਾਂ ਨਾਲ ਚੱਲ ਕੇ ਵੇਖੀਏ ਤਾਂ ਸਹੀ। ਅਸੀਂ ਮਾਂ ਨਾਲ ਚਲੀਆਂ ਗਈਆਂ। ਗਿਆਨੀ ਜੀ ਗੁਰਬਾਣੀ ਦੇ ਸ਼ਲੋਕਾਂ ਦੀ ਵਿਆਖਿਆ ਕਰ ਰਹੇ ਸਨ। ਇੱਕ ਇੱਕ ਗੱਲ ਨੂੰ ਬੜੀ ਠਰਮੇ ਨਾਲ, ਬੜੀ ਸਹਿਜ ਨਾਲ ਕਈ ਕਈ ਵਾਰੀ ਦੁਹਰਾਉਂਦੇ ਅਤੇ ਸਮਝਾਉਂਦੇ। ਇਹ ਕਥਾ ਸਧਾਰਨ ਲੋਕਾਂ ਲਈ ਸੀ। ਜਸਪਾਲ ਨੇ ਉਕਤਾ ਕੇ ਕਈ ਵਾਰ ਇੱਧਰ ਉੱਧਰ ਦੇਖਿਆ ਅਤੇ ਮੈਨੂੰ ਵੀ ਇਹਨਾਂ ਦਾ ਰਾਓ ਬੋਰ ਕਰ ਰਿਹਾ ਸੀ। ਮਸਾਂ ਇੱਕ ਘੰਟਾ ਪੂਰਾ ਕੀਤਾ, ਕਥਾ ਖਤਮ ਹੋਈ। ਮੱਥਾ ਟੇਕ ਕੇ ਅਸੀਂ ਘਰ ਵੱਲ ਜਦੋਂ ਆ ਰਹੇ ਸੀ, ਮਾਂ ਸਾਡੇ ਵੱਲ ਵੇਖ ਕੇ ਆਖਣ ਲੱਗੀ, ਦੇਖਿਆ ਕਿੰਨਾ ਰਸ ਹੈ ਇਸ ਕਥਾ ਵਿੱਚ। ਅੱਖਾਂ ਬੰਦ ਕਰਕੇ ਸੁਣੋ, ਜਿਵੇਂ ਸੱਚਮੁੱਚ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ। ਅੱਖਾਂ ਖੋਲ੍ਹੋ ਤਾਂ ਸਾਹਮਣੇ ਗਿਆਨੀ ਜੀ, ਜਿਵੇਂ ਕੋਈ ਗੁਰੂ ਜੀ ਬੈਠੇ ਹੋ। ਅਸੀਂ ਮਾਂ ਦੀਆਂ ਗੱਲਾਂ ਦਾ ਕੋਈ ਉੱਤਰ ਨਾ ਦਿੱਤਾ। ਉਹ ਫਿਰ ਉਹੀ ਗੱਲਾਂ ਕਰ ਰਹੇ ਸਨ ਅੰਮ੍ਰਿਤ ਦੀ ਵਰਖਾ ਦੀਆਂ। ਘਰ ਜਾ ਕੇ ਜਸਪਾਲ ਨੇ ਮੈਨੂੰ ਪੁੱਛਿਆ, ਤੈਨੂੰ ਕਿਵੇਂ ਲੱਗਿਆ? ਮੈਂ ਆਖਿਆ, ਜਿਵੇਂ ਤੈਨੂੰ। ਅਤੇ ਅਸੀਂ ਦੋਵੇਂ ਹੱਸ ਪਈਆਂ। ਮਾਂ ਨੂੰ ਆਪਣੀ ਗੱਲ ਦਾ ਹੁੰਗਾਰਾ ਨਾ ਮਿਲਣਾ ਅਜੀਬ ਲੱਗ ਰਿਹਾ ਸੀ। ਆਖਣ ਲੱਗੇ, ਬਾਣੀ 'ਚੋਂ ਰਸ ਲੱਭਣਾ ਹਰੇਕ ਦੀ ਕਿਸਮਤ 'ਚ ਨਹੀਂ ਹੁੰਦਾ। ਉਦੋਂ ਮਾਂ ਦੀਆਂ ਗੱਲਾਂ ਦੀ ਸਮਝ ਨਹੀਂ ਸੀ ਲੱਗਦੀ, ਹੁਣ ਵਰ੍ਹਿਆਂ ਦੇ ਵਰ੍ਹੇ ਲੰਘ ਜਾਣ ਮਗਰੋਂ ਫਰੀਦ ਦੇ ਆਖਣ ਵਾਂਗ ਅੱਗਾ ਨੇੜੇ ਆਇਆ ਪਿੱਛਾ ਰਿਹਾ ਦੂਰ, ਤਾਂ ਮਾਂ ਦੀਆਂ ਗੱਲਾਂ ਸਮਝ ਵੀ ਲੱਗਦੀਆਂ ਨੇ ਅਤੇ ਠੀਕ ਵੀ ਲੱਗਦੀਆਂ ਨੇ। ਇਹਨਾਂ ਹੀ ਦਿਨਾਂ 'ਚ ਮੇਰੀ ਵਲੈਤ ਵਾਲੀ ਭੈਣ ਬੱਚਿਆਂ ਸਮੇਤ ਪਟਿਆਲੇ ਆਈ। ਸਭ ਤੋਂ ਛੋਟੇ 7 ਕੁ ਸਾਲ ਦੇ ਬੇਟੇ ਬਿੰਦੀ ਨੂੰ ਮਾਂ ਵਡਿਆ ਕੇ ਗੁਰਦੁਆਰੇ ਲੈ ਗਈ। ਰਾਹ 'ਚ ਉਹਨੂੰ ਦੱਸਦੀ ਰਹੀ ਕਿ ਆਪਾਂ ਜਿੱਥੇ ਜਾਵਾਂਗੇ ਉਹ ਰੱਬ ਦਾ ਘਰ ਹੈ। ਰੱਬ ਦੇ ਘਰ 'ਤੇ ਉੱਥੇ ਆਉਣ ਵਾਲੇ ਲੋਕਾਂ ਬਾਰੇ ਮਾਂ ਦੇ ਦਿਲ 'ਚ ਬਹੁਤ ਇੱਜ਼ਤ ਸੀ। ਉਹਨੇ ਆਪਣੀ ਜੁੱਤੀ ਅਤੇ ਬਿੰਦੀ ਦੇ ਬੂਟ ਬਾਹਰ ਹੀ ਖੋਲ੍ਹ ਦਿੱਤੇ, ਫਿਰ ਪੈਰ ਧੋ ਕੇ ਬਿੰਦੀ ਦਾ ਹੱਥ ਫੜ ਕੇ ਉਹਦੇ ਸਿਰ 'ਤੇ ਰੁਮਾਲ ਦੇ ਕੇ ਅੰਦਰ ਮੱਥਾ ਟਿਕਾਉਣ ਲੈ ਗਈ। ਮੱਥਾ ਟੇਕਣ ਮਗਰੋਂ ਪ੍ਰਸ਼ਾਦ ਮਿਲਿਆ, ਮਾਂ ਨੇ ਆਖਿਆ ਖਾ ਲੈ। ਬਿੰਦੀ ਬੋਲਿਆ, ਸਪੂਨ ਕਿੱਥੇ ਹੈ? ਮਾਂ ਨੇ ਆਪਣੇ ਹੱਥ ਨਾਲ ਪ੍ਰਸ਼ਾਦ ਉਹਦੇ ਮੂੰਹ 'ਚ ਪਾ ਦਿੱਤਾ ਅਤੇ ਫਿਰ ਆਪਣੀ ਚੁੰਨੀ ਨਾਲ ਉਹਦੇ ਹੱਥ ਪੂੰਝ ਦਿੱਤੇ। ਬਿੰਦੀ ਹੈਰਾਨ ਹੋਇਆ ਆਲੇ ਦੁਆਲੇ ਵੇਖ ਰਿਹਾ ਸੀ। ਫਿਰ ਮੈਂ ਉਹਨੂੰ ਸਰੋਵਰ 'ਤੇ ਲੈ ਗਈ। ਉਹਨੇ ਮਾਂ ਦੇ ਆਖਿਆ ਹੱਥ ਪੈਰ ਤਾਂ ਸਰੋਵਰ 'ਚ ਧੋ ਲਏ, ਆਪਣੇ ਉੱਪਰ ਜਲ ਵੀ ਛਿੜਕ ਲਿਆ। ਪਰ ਮਾਂ ਨੇ ਜਦੋਂ ਸਰੋਵਰ 'ਚੋਂ ਘੁੱਟ ਪੀਣ ਲਈ ਆਖਿਆ ਤਾਂ ਬਿੰਦੀ ਨੇ ਆਲੇ ਦੁਆਲੇ ਨਹਾਉਂਦੇ ਲੋਕਾਂ ਨੂੰ ਦੇਖ ਸਰੋਵਰ ਦਾ ਜਲ ਛੱਕਣ ਤੋਂ ਨਾਂਹ ਕਰ ਦਿੱਤੀ ਅਤੇ ਬੋਲਿਆ, ਇਟਸ ਡਰਟੀ ਵਾਟਰ। ਨਾ ਕਮਲਿਆ, ਇਉਂ ਨਹੀਂ ਆਖੀਦਾ। ਆਖ ਕੇ ਮਾਂ ਉਹਨੂੰ ਵਾਪਸ ਮੱਥਾ ਟੇਕ ਕੇ ਬਾਹਰ ਲੈ ਆਈ। ਬਾਹਰ ਆ ਕੇ ਦੇਖਿਆ ਬਿੰਦੀ ਦੇ ਬੂਟ ਕੋਈ ਚੁੱਕ ਕੇ ਲੈ ਗਿਆ ਸੀ। ਉਹਨੂੰ ਨੰਗੇ ਪੈਰੀਂ ਘਰ ਆਉਣਾ ਪਿਆ, ਜੋ ਉਹਨੂੰ ਬਹੁਤ ਔਖਾ ਲੱਗ ਰਿਹਾ ਸੀ। ਅਗਲੇ ਦਿਨ ਆਥਣ ਵੇਲੇ ਬਿੰਦੀ ਨੇ ਮਾਂ ਨੂੰ ਆਖਿਆ, ਗੁਰਦੁਆਰੇ ਚੱਲੀਏ। ਮਾਂ ਖਿੜ ਗਈ ਕਿ ਬਿੰਦੀ ਨੂੰ ਗੁਰਦੁਆਰੇ ਜਾਣਾ ਕਿੰਨਾ ਚੰਗਾ ਲੱਗਿਆ ਸੀ। ਕਮਲ, ਮੇਰੀ ਭੈਣ ਨੇ ਪੁੱਛਿਆ, ਤੂੰ ਅੱਜ ਗੁਰਦੁਆਰੇ ਕੀ ਕਰਨ ਜਾਏਂਗਾ? ਬਿੰਦੀ ਨੇ ਬੜੀ ਸੰਜੀਦਗੀ ਨਾਲ ਆਖਿਆ, ਅੱਜ ਅਸੀਂ ਉੱਥੋਂ ਕਿਸੇ ਦੇ ਬੂਟ ਚੁੱਕ ਕੇ ਲਿਆਵਾਂਗੇ। ਮਾਂ ਨੂੰ ਲੱਗਿਆ, ਪਾਪੀ ਲੋਕ ਇਹ ਵੀ ਨਹੀਂ ਸੋਚਦੇ ਵੀ ਜਿਸ ਬੱਚੇ ਦੇ ਅਸੀਂ ਬੂਟ ਚੋਰੀ ਕੀਤੇ ਨੇ ਉਹ ਰੱਬ ਦੇ ਘਰ ਬਾਰੇ ਕੀ ਸੋਚੇਗਾ। ਅੰਗ 11 ਸਾਡੀ ਸ਼ਹਿਰ ਵਾਲੀ ਕੋਠੀ ਤੋਂ ਕੁਝ ਵਿੱਥ 'ਤੇ ਧੋਬੀਆਂ ਦਾ ਘਰ ਸੀ। ਬਹੁਤ ਗਰੀਬ ਦੇਖ ਇਹ 2 ਕਮਰਿਆਂ ਦਾ ਥਾਂ ਵੀ ਉਹਨਾਂ ਨੂੰ ਬੇਜੀ ਨਹੀਂ ਦਿੱਤਾ ਸੀ। ਕੱਪੜੇ ਧੋਣ ਪ੍ਰੈਸ ਕਰਨ ਤੋਂ ਬਿਨਾਂ ਧੋਬੀ ਧੋਬਣ ਉਹਨਾਂ ਦੇ ਮੁੰਡੇ ਨੂੰਹਾਂ ਸਭ ਸਾਡੇ ਘਰ ਲੋੜ ਥੋੜ੍ਹੇ ਵੇਲੇ ਆਏ ਰਹਿੰਦੇ। ਉਹਨਾਂ ਦੀ ਛੋਟੀ ਨੂੰਹ ਮੁੰਨੀ ਦੇ 3ਰੀ ਕੁੜੀ ਹੋ ਗਈ। ਉਹ ਭੈੜਾ ਜਿਹਾ ਮੂੰਹ ਬਣਾ ਕੇ ਬੇਜੀ ਨੂੰ ਦੱਸਣ ਲੱਗੀ, ਕਿਆ ਕਰਾਂ ਬੇਜੀ, ਇਹ ਫਿਰ ਕੁੜੀ ਹੋ ਗਈ। ਉਹਨਾਂ ਦਿਨਾਂ 'ਚ ਮੇਰੀ ਵਲੈਤ ਵਾਲੀ ਭੈਣ ਆਪਣੇ ਬੱਚਿਆਂ ਸਮੇਤ ਆਈ ਹੋਈ ਸੀ। ਉਹਦਾ ਸਭ ਤੋਂ ਛੋਟਾ ਬੇਟਾ ਬਿੰਦੀ 6-7 ਸਾਲ ਦਾ ਨਿਰਾ ਅੰਗਰੇਜ਼ ਸੀ। ਗੋਰੇ ਚਿੱਟੇ ਮਾਂ ਪਿਓ ਸਨ ਅਤੇ ਉਹ ਜੰਮਿਆ ਵੀ ਵਲੈਤ ਸੀ। ਮੈਂ ਆਖਿਆ, ਮੁੰਨੀ ਨੂੰ ਫਿਕਰ ਨਾ ਕਰ, ਆਪਾਂ ਤੇਰੀ ਇਸ ਕੁੜੀ ਦਾ ਵਿਆਹ ਕਮਲ ਦੇ ਸਭ ਤੋਂ ਛੋਟੇ ਮੁੰਡੇ ਬਿੰਦੀ ਨਾਲ ਕਰ ਦਿਆਂਗੇ। ਉਹ ਝੱਟ ਮੇਰੇ ਵੱਲ ਹੱਥ ਕਰਕੇ ਬੋਲੀ, ਹੈ ਹੈ ਬੀਬਾ ਜੀ, ਹਮਾਰੇ ਧੋਬੀ ਕਿਆ ਮਰ ਗਏ ਜੋ ਹਮ ਬਿੰਦੀ ਗੈਲ ਛੋਕਰੀ ਕਾ ਵਿਆਹ ਕਰੇਂਗੇ। ਮੈਨੂੰ ਹਾਸਾ ਆ ਗਿਆ।
कमल आखन लगी, लो जी बिंदी नूं तां मुन्नी रिजैक्ट कर गई। इसे गल तो मैनूं बेजी दी कही गल याद आई कि एक वारी एक साधु दी भगती च भंगणा पै गई सी। उन्हें अपने पुत्र नूं आख्या, कुछ चिर मैनूं सूर दी जून जाना पैना, फलाने वेले फलाने थां मैं सूर दा बच्चा होवांगा ते मेरे मत्थे ते काला टिक्का मेरी निशानी होएगी। तू मैनूं मार दई, मेरी ओह जून कट्टी जाऊगी। वक्त पा के इसे तरह होया। उस साधु का मुंडा जदों उस सूर दे बच्चे नूं मारन गया तो हथ बन के खड़ो गया कि ना मारना, हुण इहो जून प्यारी है। ਇਹ ਕਥਾ ਕਹਾਣੀਆਂ ਵੀ ਸਿੰਬੋਲਿਕ ਤੌਰ 'ਤੇ ਜ਼ਿੰਦਗੀ ਦੇ ਸੱਚ ਨੂੰ ਹੀ ਬਿਆਨ ਕਰਦੀਆਂ ਹਨ। ਅੰਗ 12। ਮੈਂ ਕਲਾਸ 'ਚ ਇੱਕ ਦਿਨ ਪ੍ਰੋਫੈਸਰ ਨੂੰ ਪੁੱਛ ਲਿਆ ਕਿ ਸਰ ਵਾਹਿਗੁਰੂ ਦਾ ਕੀ ਮਾਨਾ ਹੁੰਦਾ। ਉਹਨੂੰ ਸ਼ਾਇਦ ਆਪ ਨੂੰ ਵੀ ਪਤਾ ਨਹੀਂ ਸੀ, ਜਿਸ ਕਰਕੇ ਖਿੱਚ ਗਿਆ ਅਤੇ ਆਖਣ ਲੱਗਾ, MA 'ਚ ਤੂੰ ਪੜ੍ਹਦੀ ਹੈ, ਤੈਨੂੰ ਵਾਹਿਗੁਰੂ ਦਾ ਮਾਨਾ ਵੀ ਨਹੀਂ ਆਉਂਦਾ। ਮੈਂ ਨਹੀਂ ਸੀ ਸੋਚਿਆ ਤੂੰ ਐਡੀ ਨਲਾਇਕ ਹੈ, ਜਾਂ ਮੇਰੀ ਕਲਾਸ 'ਚੋਂ ਚਲੀ ਜਾ। ਮੈਂ ਉੱਠ ਕੇ ਬਾਹਰ ਆ ਗਈ। ਕੁਛ ਪਲ ਖੜੀ ਸੋਚਦੀ ਰਹੀ ਅਤੇ ਠੰਡ 'ਚ ਖੜੀ ਨੂੰ ਮੈਨੂੰ ਛਿੱਕਾਂ ਆਉਣ ਲੱਗ ਪਈਆਂ ਸਨ। ਮੈਂ ਚੁੱਪ ਕਰਕੇ ਫਿਰ ਵਾਪਸ ਜਾ ਕੇ ਆਪਣੀ ਕਲਾਸ 'ਚ ਬੈਠ ਗਈ। ਤੂੰ ਵਾਪਸ ਕਿਉਂ ਆ ਗਈ, ਪ੍ਰੋਫੈਸਰ ਨੇ ਫਿਰ ਤਾੜ ਕੇ ਪੁੱਛਿਆ। ਮੈਂ ਆਖਿਆ, ਸਰ ਮੈਨੂੰ ਛਿੱਕਾਂ ਆਈਆਂ ਸੀ, ਮੈਂ ਸੋਚਿਆ ਤੁਸੀਂ ਮੈਨੂੰ ਯਾਦ ਕਰ ਰਹੇ ਹੋ। ਮੇਰੀ ਇਸ ਗੱਲ 'ਤੇ ਸਾਰੀ ਕਲਾਸ ਹੱਸ ਪਈ ਅਤੇ ਪ੍ਰੋਫੈਸਰ ਖਿੱਚ ਕੇ ਕਲਾਸ ਨੂੰ ਛੱਡ ਗਿਆ। ਆਥਣੇ ਉਹ ਮੇਰੀ ਸ਼ਿਕਾਇਤ ਲਗਾਉਣ ਲਈ ਘਰ ਆ ਗਿਆ ਅਤੇ ਮੈਨੂੰ ਆਖਣ ਲੱਗਾ, ਜੇ ਕੁਝ ਪੁੱਛਣਾ ਸੀ ਤਾਂ ਕਲਾਸ 'ਚੋਂ ਬਾਹਰ ਆ ਕੇ ਪੁੱਛ ਲੈਂਦੀ। ਅੰਗ 13। ਯੂਨੀਵਰਸਿਟੀ 'ਚ ਲੈਕਚਰਾਰ ਦੀਆਂ ਦੋ ਅਸਾਮੀਆਂ ਨਿਕਲੀਆਂ ਸਨ। ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਨੂੰ ਪੁੱਛਣ ਲਈ ਗਈ ਕਿ ਮੈਂ ਅਪਲਾਈ ਕਰ ਦਿਆਂ। ਉਹ ਆਖਣ ਲੱਗੇ, ਅਪਲਾਈ ਤਾਂ ਕਰ ਦੇ, ਜੇ ਨਾ ਸਿਲੈਕਟ ਹੋਈ ਤਾਂ ਉਦਾਸ ਨਾ ਹੋਈ। ਮੈਂ ਆਖਿਆ, ਮੈਂ ਯੂਨੀਵਰਸਿਟੀ ਦੀ ਟੋਪਰ ਹਾਂ, ਸਿਲੈਕਟ ਕਿਉਂ ਨਾ ਹੋਵਾਂਗੀ। ਉਂਝ ਤਾਂ ਯੂਨੀਵਰਸਿਟੀ ਦੇ VC ਭਾਈ ਜੋਤ ਸਿੰਘ ਖਰੇ ਬੰਦੇ ਨੇ, ਉਂਝ ਵੀ ਪਤਾ ਹੋਰ ਕਿਹੜੇ ਕਿਹੜੇ ਲੋਕ ਇੰਟਰਵਿਊ 'ਤੇ ਆਉਂਦੇ ਨੇ। ਸੁਣਿਆ 300 ਬੰਦੇ ਨੇ ਅਪਲਾਈ ਕੀਤਾ ਸੀ ਅਤੇ 45 ਨੂੰ ਇੰਟਰਵਿਊ 'ਤੇ ਸੱਦਣਾ। ਮੈਂ ਕੁਝ ਝਿਜਕੀ ਤਾਂ ਸਹੀ, ਪਰ ਅਪਲਾਈ ਕਰ ਦਿੱਤਾ। ਇੰਟਰਵਿਊ ਵਾਲੇ ਦਿਨ ਮੈਂ ਵੀ ਕੈਂਡੀਡੇਟਸ ਵਿੱਚ ਬਾਰਾਂਦਰੀ ਵਾਲੀ ਯੂਨੀਵਰਸਿਟੀ ਦੇ ਆਫਿਸ 'ਚ ਬੈਠੀ ਸੀ। ਡਾਕਟਰ ਗੁਰਭਗਤ ਹਮੇਸ਼ਾ ਵਾਂਗ ਆਪਣੀ ਚੜ੍ਹਦੀ ਕਲਾ 'ਚ 5-7 ਦੋਸਤ ਮਿੱਤਰਾਂ ਨਾਲ ਉੱਥੇ ਪਹੁੰਚੇ, ਉਹ ਵੀ ਕੈਂਡੀਡੇਟ ਸਨ। ਮੇਰੇ ਵੱਲ ਹੱਥ ਕਰਕੇ ਸਭ ਦੇ ਸਾਹਮਣੇ ਆਖਣ ਲੱਗੇ, ਲਓ ਜੀ ਇਹੋ ਜਿਹੇ ਲੋਕ ਵੀ ਇੰਟਰਵਿਊ ਦੇਣ ਆ ਜਾਂਦੇ ਨੇ। ਉਸ ਵੇਲੇ ਮੈਨੂੰ ਇੰਨੀ ਸ਼ਰਮ ਲੱਗੀ ਕਿ ਜੇ ਧਰਤੀ ਵੇਲ ਦੇਵੇ ਤਾਂ ਮੈਂ ਵਿੱਚੇ ਨਿਗਰ ਜਾਵਾਂ ਜਾਂ ਫਿਰ ਇੱਥੋਂ ਉੱਠ ਕੇ ਭੱਜ ਜਾਵਾਂ। ਪਰ ਨਾ ਧਰਤੀ ਨੇ ਵੇਲ ਦਿੱਤੀ, ਨਾ ਮੈਂ ਉੱਠ ਕੇ ਭੱਜੀ। ਇੰਟਰਵਿਊ ਹੋ ਗਈ। ਜਦੋਂ ਰਿਜ਼ਲਟ ਨਿਕਲਿਆ ਤਾਂ ਮੈਂ ਅਤੇ ਡਾਕਟਰ ਜੱਗੀ ਸਿਲੈਕਟ ਹੋ ਗਏ ਸੀ ਅਤੇ ਡਾਕਟਰ ਗੁਰਭਗਤ ਰਿਜੈਕਟ ਹੋ ਗਏ ਸਨ। ਅੰਗ 14। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ 'ਚ ਲੈਕਚਰਾਰ ਸੀ। ਸ਼ਹਿਰੋਂ ਯੂਨੀਵਰਸਿਟੀ ਆਉਣ ਲੱਗਿਆ ਮੈਂ ਬੱਸ 'ਚ ਜਿਸ ਸੀਟ ਉੱਪਰ ਬੈਠੀ ਸੀ, ਨਾਲ ਵਾਲੀ ਸੀਟ ਉੱਪਰ ਬੈਠੀ ਜਨਾਨੀ ਨੇ ਆਖਿਆ, ਮੈਂ ਤਾਂ ਚੰਡੀਗੜ੍ਹ ਜਾਣਾ, ਤੁਸੀਂ ਕਿੱਥੇ ਜਾਣਾ? ਯੂਨੀਵਰਸਿਟੀ, ਮੈਂ ਆਖਿਆ। ਇੱਥੇ ਇੱਕ ਦਲੀਪ ਕੌਰ ਟਿਵਾਣਾ ਵੀ ਪੜ੍ਹਾਉਂਦੀ ਹੈ, ਬਹੁਤ ਭੈੜੀ ਹੈ, ਤੁਸੀਂ ਜਾਣਦੇ ਹੋ? ਉਹਨੇ ਆਖਿਆ। ਕੀ ਗੱਲ ਹੋ ਗਈ, ਮੈਂ ਪੁੱਛਿਆ। ਕੀ ਦੱਸਾਂ, ਸਾਡਾ ਨਿਕਲਦਾ ਅਖਬਾਰ ਇੰਤਕਾਮ, ਉਸ ਵਿੱਚ ਉਹਦੇ ਬਾਰੇ ਕਿਸੇ ਨੇ ਕੁਝ ਲਿਖ ਕੇ ਦੇ ਦਿੱਤਾ ਸੀ, ਮੇਰੇ ਘਰ ਵਾਲੇ ਨੇ ਛਾਪਤਾ। ਕਿਉਂ ਨਾ ਛਾਪਦੇ, ਅਗਲੇ ਨੇ ਪੈਸੇ ਦਿੱਤੇ ਸੀ, ਇਹ ਵੱਧ ਦੇ ਦਿੰਦੀ, ਅਸੀਂ ਉਹਦੇ ਉਲਟ ਛਾਪ ਦਿੰਦੇ। ਉਲਟਾ ਮੇਰੇ ਘਰ ਵਾਲੇ ਨੂੰ ਕੁੱਟਣ ਮੁੰਡੇ ਭੇਜਤੇ, ਉਹ ਤਾਂ ਮਸਾਂ ਹੱਥ ਜੋੜ ਕੇ ਬੱਚਿਆਂ ਅਤੇ ਨਾਲੇ ਇਸ ਭੈੜੀ ਤੋਂ ਮਾਫ਼ੀ ਮੰਗਣੀ ਪਈ। ਤੁਹਾਨੂੰ ਜਾਣਦੀ ਹੈ? ਉਹਨੇ ਫਿਰ ਪੁੱਛਿਆ। ਨਹੀਂ, ਪਰ ਹੈ ਉਹਦੀ ਮਾੜੀ ਗੱਲ, ਜੇ ਤੁਹਾਡੇ ਘਰ ਵਾਲੇ ਨੂੰ ਕੁੱਟਣ ਉਹਨੇ ਮੁੰਡੇ ਭੇਜਤੇ, ਮੈਂ ਆਖਿਆ। ਥੋੜ੍ਹੇ ਚਿਰ ਮਗਰੋਂ ਯੂਨੀਵਰਸਿਟੀ ਆ ਗਈ। ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਇਹ ਸਾਰੀ ਗੱਲ ਸੁਣ ਕੇ। ਮੈਂ ਨਾ ਅਖਬਾਰ ਦੇਖਿਆ ਸੀ, ਨਾ ਖਬਰ ਪੜ੍ਹੀ ਸੀ, ਨਾ ਹੀ ਮੁੰਡੇ ਭੇਜੇ ਸੀ। ਮੈਂ ਇਹ ਸਾਰੀ ਗੱਲ ਦਾ ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਇੱਕ ਅਖਬਾਰ 'ਚ ਖਬਰ ਛਪੀ ਸੀ ਕਿ ਟਿਵਾਣਾ ਨੇ ਆਪਣੀ ਜਮਾਤ ਵਿੱਚ ਗੁਰੂਆਂ ਦੇ ਉਲਟ ਬਹੁਤ ਕੁਝ ਆਖਿਆ। ਰੋਸ ਵਜੋਂ ਮੁੰਡੇ ਕੁੜੀਆਂ ਜਮਾਤ ਛੱਡ ਕੇ ਚਲੇ ਗਏ ਅਤੇ ਨਾਲ ਹੀ ਅਖਬਾਰ 'ਚ ਵਾਈਸ ਚਾਂਸਲਰ ਨੂੰ ਆਖਿਆ ਗਿਆ ਸੀ ਕਿ ਅਜਿਹੀ ਘਟੀਆ ਟੀਚਰ ਨੂੰ ਯੂਨੀਵਰਸਿਟੀ 'ਚੋਂ ਕੱਢ ਦੇਣਾ ਚਾਹੀਦਾ। ਅਖਬਾਰ ਦੀਆਂ ਸਿਰਫ 50 ਕਾਪੀਆਂ ਛਪਦੀਆਂ ਸਨ ਅਤੇ 4 ਕੁ ਸਫ਼ੇ ਦਾ ਅਖਬਾਰ ਸੀ। ਉਹ ਐਜੂਕੇਸ਼ਨ ਮਿਨਿਸਟਰ, ਚਾਂਸਲਰ, VC, DC ਆਦਿ ਸਭ ਨੂੰ ਅਖਬਾਰ ਭੇਜਿਆ ਗਿਆ ਸੀ। VC ਨੇ ਮੇਰੇ ਤੋਂ ਪੁੱਛਣ ਦੀ ਥਾਂ ਪੁੱਛ ਪੜਤਾਲ ਮੁੰਡੇ ਕੁੜੀਆਂ ਤੋਂ ਕੀਤੀ। ਇਹਨਾਂ ਗੱਲਾਂ 'ਚ VC ਨਾਰੰਗ ਕਾਫ਼ੀ ਸਮਝਦਾਰ ਸੀ। ਉਹਨਾਂ ਦੱਸਿਆ ਅਜਿਹੀ ਕੋਈ ਗੱਲ ਨਹੀਂ ਵਾਪਰੀ, ਪਰ ਮੁੰਡੇ ਕੁੜੀਆਂ ਨੂੰ ਅਖਬਾਰ ਬਾਰੇ ਪਤਾ ਲੱਗ ਗਿਆ। ਉਹਨਾਂ ਨੇ ਮੈਨੂੰ ਦੱਸਣ ਦੀ ਥਾਂ ਸ਼ਹਿਰ 'ਚ ਜਾ ਕੇ ਅਖਬਾਰ ਦਾ ਐਡੀਟਰ ਘੇਰ ਲਿਆ। ਉਹਨੇ ਹੱਥ ਜੋੜ ਕੇ ਆਖਿਆ ਕਿ ਗਲਤੀ ਹੋ ਗਈ, ਮੈਨੂੰ ਤਾਂ ਇਹ ਖਬਰ ਛਾਪਣ ਦੇ ਪੈਸੇ ਮਿਲੇ ਸੀ।
मैं अखबार राही गलती मन के माफ़ी मंग लवांगा, मैनू मारियो ना, मैं तो पहले ही कैंसर का मरीज हाँ। पता लग्या रीडर दियां पोस्टां निकलियां हुई सन ते मैं भी कैंडीडेट सी। एक एक्सपर्ट भी 25 मिनट मेरे को अंग्रेजी साहित्य बारे ही पुछदा रहा। खुशकिस्मती नूं उदों मैं बहुत पढ़ती रहिंदी सी, ठीक जवाब दिंदी रही। आखिर मैनू यह दसना पिया कि किधरे तुसीं मैनू अंग्रेजी दे रीडर लई ते नहीं सोच रहे। वह बोलिया, नहीं नहीं असी तां तेरी बड़ी इज्जत करते हैं, पर सिलैक्शन वेले VC ने आख्या इस वारी मैनू एक हिंदू नूं रख लैण दिओ, इहदे लई मैं पोस्ट क्रिएट करके रख लवांगा। रिजल्ट की वेट करदिआं बाहर पौड़ियां उत्ते बैठी नूं डॉक्टर MS रंधावा ने कोलों लंघदिआं VC दे सामने ही मैनू इह गल दसी। विश्वनाथ तिवाड़ी नूं रख्या गया सी जिन्हें मगरों ज्वाइन नहीं सी कीता। उही पोस्ट फिर एडवरटाइज़ हुई, मैं फिर अप्लाई किया, इंटरव्यू दिल्ली सी। इस वारी मैनू इंटरव्यू ते भी नहीं सद्या गया। मैं VC नारंग नूं पुछया कि मैनू इंटरव्यू ते क्यों नहीं सद्या। वो आखन लगे इसलिए कि तू उंजी एड्डी दूर इंटरव्यू देने लई जाएंगी तो खज्जल खुआर होएंगी, क्योंकि इस पोस्ट लई बहुत वड्डी सिफारिश आई है तो किसी होर नूं रखना है। मेरे कोल ते ना ही VC कोल इस गल दा जवाब सी, पर मैं हैरान सी इस सब कुछ की हो रहा है। इन्हां ही दिनां च इंटर यूनिवर्सिटी सैमीनार रख्या गया। पंजाबी कहानी दे विकास ते पेपर लिखण लई मैनूं आख्या गया। डॉक्टर अतर सिंह सैमीनार दे इंचार्ज सन। मैं मिन्नत वांग आख्या भी मैनू आलोचना करनी नहीं आउंदी, पर यह सारे लोग तो यही दिखाउणा चाहुंदे सन। हार के मैं पेपर लिखिया भाभी मैना तो मैना भाभी तक पंजाबी कहानी का विकास, कि भाभी मैना कहानी च औरत का समाजिक आपा पहले है तो निजी आपा पिछों, तो होर 3 कहानियां लैके कहानी का विकास दसदियां। अखीर च मैना भाभी कहानी बारे दसिया जिथे मैना पहले है तो भाभी मगरों, भाव उहदा निज पहला ते समाजिक आपा मगरों। ये पेपर जदों मैं पढ़िया तो डॉक्टर निक्की ने आख्या मैं पिछले 10 सालों एडा वधिया पेपर नहीं सुनिया। डॉक्टर हरजीत गिल ने आख्या पेपर अजिहा ही लिखना चाहिए। अगले दिन प्रोफेसर मोहन सिंह आखन लगे कल डॉक्टर अतर सिंह ने डॉक्टर आलूवालिया मेरे को गए सी ते पुछदे सी टिवाणा नूं पेपर कि नहीं लिख के दिता, तो मैं सचमुच ही आलोचना वल खास ध्यान नहीं दिता। अंग 15वां। मैं एक कहानी लिखी 13 कमरा मेरा कमरा, यह सोच के कि 50 साल में इन्हां कमरियां च कौन बैठे होणगे ते लोग किहो जिहे होणगे। इस कहानी च मैं दोनों कमरियां वालियां दा रिश्ता बड़ा खूबसूरत बयान किया सी। शरारती विद्यार्थियों ने मेरे उस नाल वाले कमरे वाले बंदे नूं जिन्हूं मैं चंगी नहीं सी लगती जाके आख्या वेखो मैडम ने तुहाडे उपर किन्नी वधिया कहानी लिखी है। वो आखन लग्या मैनूं पता है ये मेरे उत्ते नहीं लिखी, पर जे कहानी मेरे उत्ते लिखी है तो मैं मैडम लई कुछ भी करन नूं तैयार हाँ। शरारती विद्यार्थियों ने यही गल आके मैनूं दसी। मैं आख्या प्रोफेसर साहब नूं आखो ये कहानी मैं उन्हां उपर ही लिखी है, जे ओह मेरे लई कुछ भी करन नूं तैयार हन तां आखो खूह च छाल मार देण। शरारती विद्यार्थियों ने यह गल भी उन्होंने जाके दसी तो आखन लगा मैं आखदा सी ना ये कहानी मेरे ते नहीं लिखी गई। उसे प्रोफेसर ने एक वारी VC कोल मेरी शिकायत ला दी कि मैं सारे पीरियड नहीं लैंदी। VC ने मीटिंग दे विच ही सब दे सामने मैंने पूछा टिवाणा तुसी पीरियड सारे नहीं लैंदे। मैं आख्या कौन कहंदा तुहानू मैं पीरियड सारे नहीं लैंदी, तुसी हाजरियां वाला रजिस्टर चैक कर लो जां विद्यार्थियों नूं पुछ लो। VC ने झट उस प्रोफेसर वल हथ करके आख्या ये आखते ने। मैं उस प्रोफेसर वल मूँह करके पुछया तुहानू किवें पता मैं पीरियड नहीं लैंदी। वो जिवें इस पुछ गिछ तो घबरा गया तो आखन लगा सर ना ही ये साडे नाल कोई गलबात करते ने, ना कैंटीन चाह पीन जाते ने, ना किसी के घर आन जान रखिया, फिर यहोजियां गलत फहमियां तो होनिया ही हुई। उहदी ये दलील ते VC मुस्कुरा पिया तो उन्हें हस के मैनू आख्या तेरी ये गल चंगी नहीं टिवाणा। फिर उन्हें कहना शुरू कर दिता कि टिवाणा तो मुंडे कुड़ियां नूं चाह पिला के मगर ला लैंदी है। मैं चाह पिलाउणी बंद कर दिती। एक दिन मैनूं आखन लगा तुसीं अजकल मुंडे कुड़ियां नूं चाह नहीं पिलाउंदे। मैं हस के आख्या मैं सोचा हुण मुंडे कुड़ियां नूं बिना चाह तो ही मगर लगावांगी। अंग 16वां। मैं जदों यूनिवर्सिटी ज्वाइन की तो होर लड़कियां यूनिवर्सिटी च नौकरी नहीं सी करदियां, पर हौली हौली राह इन्ना पद्धरा हो गया कि अज अनेक लड़कियां बेखौफ हो के यूनिवर्सिटी विच ते होर थावां ते नौकरियां करदियां ने। यूनिवर्सिटी च पढ़ाउंदियां एक काफ़ी उम्र दे सियाणे बयाणे प्रोफेसर ने मैनूं आख्या मैं तेरे नाल जरूरी गल करनी है।
ਮੈਨੂੰ ਤੂੰ ਬੜੀ ਸਮਝਦਾਰ ਲੜਕੀ ਲੱਗਦੀ ਹੈ। ਮੈਂ ਸਿਰਫ ਤੇਰੇ ਨਾਲ ਹੀ ਇਹ ਗੱਲ ਕਰ ਸਕਦਾ। ਮੈਂ ਘਰ ਆ ਜਾਵਾਂ? 4 ਵਜੇ ਆਵਾਂ ਕਿ 5 ਵਜੇ? ਮੈਂ ਆਖਿਆ ਜਿੰਨੇ ਵਜੇ ਮਰਜ਼ੀ ਆ ਜਾਇਓ। 4 ਵਜੇ ਪਹੁੰਚ ਗਿਆ। ਮੈਂ ਉਹਨੂੰ ਡਰਾਇੰਗ ਰੂਮ 'ਚ ਬਿਠਾਇਆ। ਬੇਜੀ ਨੇ ਬਿਸਕਿਟ ਅਤੇ ਚਾਹ ਭੇਜ ਦਿੱਤੇ। ਚਾਹ ਪੀਂਦਿਆਂ ਉਹ ਦੱਸਣ ਲੱਗਿਆ, ਬਹੁਤ ਸਾਲ ਹੋਏ ਇੱਕ ਬਹੁਤ ਸੋਹਣੀ ਕੁੜੀ ਮੇਰੀ ਦੋਸਤ ਸੀ, ਉਹ ਮੈਨੂੰ ਬਹੁਤ ਚਿੱਠੀਆਂ ਲਿਖਦੀ ਰਹਿੰਦੀ ਸੀ, ਮੈਂ ਵੀ ਲਿਖਦਾ ਰਹਿੰਦਾ ਸੀ। ਫਿਰ ਸਾਡੀ ਇਹ ਦੋਸਤੀ ਸਾਰੇ ਹੱਦਾਂ ਬੰਨੇ ਪਾਰ ਕਰ ਗਈ ਅਤੇ ਉਹਦੇ ਘਰ ਇੱਕ ਕੁੜੀ ਪੈਦਾ ਹੋਈ ਜੋ ਹੂ ਬਹੂ ਉਹਦੇ ਆਪਣੇ ਵਰਗੀ ਸੀ। ਉਹਦਾ ਵਿਆਹ ਕਿਤੇ ਹੋਰ ਹੋ ਗਿਆ ਸੀ। ਇਸ ਗੱਲ ਨੂੰ 18-20 ਸਾਲ ਹੋ ਗਏ ਨੇ। ਹੁਣ ਉਹ ਕੁੜੀ ਜਵਾਨ ਹੋ ਗਈ ਹੈ। ਉਹਨੇ ਮਾਂ ਦੇ ਟਰੰਕ 'ਚੋਂ ਮੇਰੀਆਂ ਚਿੱਠੀਆਂ ਵੀ ਪੜ੍ਹ ਲਈਆਂ ਨੇ ਅਤੇ ਇੱਕ ਅੱਧੀ ਵਾਰੀ ਮੈਨੂੰ ਮਿਲਣ ਵੀ ਆ ਗਈ ਹੈ। ਹੁਣ ਉਹ ਆਖਦੀ ਹੈ ਕਿ ਉਹ ਮੈਨੂੰ ਓਨਾ ਹੀ ਪਿਆਰ ਕਰਦੀ ਹੈ ਜਿੰਨਾ ਉਹਦੀ ਮਾਂ ਕਰਦੀ ਸੀ, ਅਤੇ ਨਾਲੇ ਆਖਦੀ ਹੈ ਕਿ ਮੈਨੂੰ ਵੀ ਮੇਰੀ ਮਾਂ ਵਾਲੀ ਥਾਂ ਦਿਓ, ਮੈਂ ਵੀ ਤੁਹਾਡੇ ਨਾਲ ਉਹੀ ਰਿਸ਼ਤਾ ਬਣਾਉਣਾ ਚਾਹੁੰਦੀ ਹਾਂ ਜੋ ਮੇਰੀ ਮਾਂ ਦਾ ਤੁਹਾਡੇ ਨਾਲ ਸੀ। ਇਸ ਗੱਲੋਂ ਮੈਂ ਬੜੀ ਦੁਬਧਾ 'ਚ ਹਾਂ। ਉਹ ਮੇਰੀ ਹੀ ਤਾਂ ਧੀ ਹੈ ਅਤੇ ਮੇਰੇ ਨਾਲ ਉਹ ਆਪਣੀ ਮਾਂ ਵਾਲਾ ਰਿਸ਼ਤਾ ਬਣਾਉਣਾ ਚਾਹੁੰਦੀ ਹੈ। ਤੂੰ ਸਮਝਦਾਰ ਲੜਕੀ ਹੈ, ਤੂੰ ਹੀ ਦੱਸ ਮੈਂ ਕੀ ਕਰਾਂ। ਮੈਂ ਆਖਿਆ, ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ। ਇਹ ਸੁਣ ਕੇ ਖੀਖੀ ਕਰਦਾ ਉਹ ਬੰਦਾ ਚਾਹ ਦਾ ਕੱਪ ਉੱਥੇ ਹੀ ਰੱਖ ਖੜਾ ਹੋ ਗਿਆ। ਅੱਛਾ ਮੈਂ ਚੱਲਦਾ, ਆ ਕੇ ਚਲਾ ਗਿਆ। ਮੈਂ ਨਹੀਂ ਜਾਣਦੀ ਉਹਦੀ ਇਹ ਕਹਾਣੀ ਸੱਚੀ ਸੀ ਜਾਂ ਝੂਠੀ। ਇਹ ਵੀ ਨਹੀਂ ਜਾਣਦੀ ਕਿ ਉਹ ਸਭ ਕੁਝ ਮੈਨੂੰ ਹੀ ਕਿਉਂ ਦੱਸਣਾ ਚਾਹੁੰਦਾ ਸੀ। ਮੈਨੂੰ ਇੰਨਾ ਜ਼ਰੂਰ ਪਤਾ ਕਿ ਉਸ ਵੇਲੇ ਮੈਨੂੰ ਇਹ ਸੁੱਝਿਆ ਸੀ ਕਿ ਉਹ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੇ। ਉਹਦੀ ਸ਼ਾਇਦ ਮੇਰੇ ਜਵਾਬ ਨਾਲ ਤਸੱਲੀ ਨਹੀਂ ਸੀ ਹੋਈ। ਕੁਛ ਦਿਨਾਂ ਮਗਰੋਂ ਯੂਨੀਵਰਸਿਟੀ ਦੇ ਗਰਾਊਂਡ 'ਚ ਤੁਰੀ ਜਾਂਦੀ ਨੂੰ ਖੜ੍ਹੀ ਕਰਕੇ ਆਖਣ ਲੱਗਿਆ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ। ਮੈਂ ਆਖਿਆ, ਦੱਸੋ। ਆਖਣ ਲੱਗਿਆ, ਨਾਵਲਕਾਰ ਮੈਂ, ਨਾਟਕਕਾਰ ਮੈਂ, ਕਵੀ ਮੈਂ, ਆਲੋਚਕ ਮੈਂ, ਤੂੰ ਅਜੇ ਯੂਨੀਵਰਸਿਟੀ 'ਚ ਲੈਕਚਰਾਰੀ ਹੈ ਅਤੇ ਰੀਡਰ ਮੈਂ, ਤੂੰ ਮੇਰੀ ਇੱਜ਼ਤ ਕਿਉਂ ਨਹੀਂ ਕਰਦੀ? ਮੈਂ ਆਖਿਆ, ਠੀਕ ਹੈ, ਨਾਵਲਕਾਰ ਤੁਸੀਂ, ਨਾਟਕਕਾਰ ਤੁਸੀਂ, ਕਵੀ ਤੁਸੀਂ, ਆਲੋਚਕ ਤੁਸੀਂ ਅਤੇ ਰੀਡਰ ਤੁਸੀਂ, ਪਰ ਮੈਨੂੰ ਤੁਸੀਂ ਇਨਸਾਨ ਵਧੀਆ ਨਹੀਂ ਲੱਗਦੇ। ਉਹ ਖੀਖੀ ਕਰਕੇ ਹੱਸਿਆ ਅਤੇ ਬੋਲਿਆ, ਜੱਟ ਕੀ ਜਾਣੇ ਲੌਂਗਾਂ ਦਾ ਭਾਅ, ਅਤੇ ਤੁਰ ਗਿਆ। ਅੰਗ 17 ਸੰਤ ਸਿੰਘ ਸੇਖੋਂ ਦੀਆਂ 3 ਧੀਆਂ ਮੇਰੀਆਂ ਸਟੂਡੈਂਟ ਸਨ, ਇਸੇ ਕਰਕੇ ਉਹਨਾਂ ਜਿੱਡੀ ਹੀ ਸਮਝ ਉਹ ਮੈਨੂੰ ਮੇਰਾ ਨਾਂ ਲੈ ਕੇ ਬੁਲਾਉਂਦਾ ਸੀ। ਇੰਗਲੈਂਡ ਇੱਕ ਪੰਜਾਬੀ ਕਾਨਫਰੰਸ ਹੋਈ, ਮੈਨੂੰ ਯੂਨੀਵਰਸਿਟੀ ਵੱਲੋਂ ਸ਼ਾਮਲ ਹੋਣ ਲਈ ਭੇਜਿਆ ਗਿਆ। ਬਾਈ ਚਾਂਸ ਮੇਰੀ ਟਿਕਟ ਵੀ ਉਸੇ ਜਹਾਜ਼ ਦੀ ਸੀ ਜਿਸ 'ਚ ਸੇਖੋਂ ਦੀ ਸੀ। ਹੋਰ ਵੀ ਕਈ ਲੇਖਕ ਉਸ ਜਹਾਜ਼ 'ਚ ਸਨ। ਮੇਰੀ ਸੀਟ ਗਬਲੀਆਂ ਸੀਟਾਂ ਵਿੱਚ ਸੀ ਅਤੇ ਸੇਖੋਂ ਦੀ ਇੱਕ ਪਾਸੇ ਦੀ ਬਾਰੀ ਕੋਲ ਦੀ ਸੀਟ ਸੀ। ਕੁਝ ਦੇਰ ਹਵਾਈ ਜਹਾਜ਼ ਦੇ ਉੱਡਣ ਮਗਰੋਂ ਜਦੋਂ ਹਵਾਈ ਜਹਾਜ਼ ਸਾਗਰ ਉੱਪਰੋਂ ਲੰਘ ਰਿਹਾ ਸੀ, ਮੈਂ ਕੁਦਰਤ ਦੀ ਵਿਸ਼ਾਲਤਾ ਬਾਰੇ ਸੋਚ ਰਹੀ ਸੀ ਤਾਂ ਸੇਖੋਂ ਨੇ ਦੂਰੋਂ ਹੀ ਆਵਾਜ਼ ਦੇ ਕੇ ਮੈਨੂੰ ਆਖਿਆ, ਦਲੀਪ ਮੈਂ ਪਗੜੀ ਢਾਹ ਕੇ ਬੰਨ ਲਵਾਂ? ਮੈਂ ਉਸ ਵੱਲ ਝਾਕੀ ਤਾਂ ਸਹੀ ਪਰ ਜਵਾਬ ਕੋਈ ਨਾ ਦਿੱਤਾ। ਉਹਨੇ ਪਗੜੀ ਢਾਹ ਕੇ ਬਗੈਰ ਸ਼ੀਸ਼ੇ ਤੋਂ ਹੀ ਮੁੜ ਬੰਨ ਲਈ। ਪਗੜੀ ਨੂੰ ਸਵਾਰਦਿਆਂ ਉਹਨੇ ਉੱਚੀ ਆਵਾਜ਼ 'ਚ ਫਿਰ ਮੈਨੂੰ ਆਖਿਆ, ਦਲੀਪ ਮੇਰੀ ਪਗੜੀ ਠੀਕ ਹੈ? ਇਸ ਵਾਰ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਆਖਿਆ, ਜੇ ਹੋਰ ਕੋਈ ਗੱਲ ਕੀਤੀ ਮੈਂ ਤੁਹਾਨੂੰ ਚੁੱਕ ਕੇ ਜਹਾਜ਼ ਤੋਂ ਥੱਲੇ ਮਾਰਨਾ। ਸਾਰੇ ਪੰਜਾਬੀ ਉੱਚੀ ਉੱਚੀ ਹੱਸ ਪਏ। ਅੰਗਰੇਜ਼ ਸਵਾਰੀਆਂ ਬਿਟ ਬਿਟ ਝਾਕਣ ਕਿ ਇਹਨਾਂ ਨੂੰ ਕੀ ਹੋ ਗਿਆ। ਅਸੀਂ ਲੰਡਨ ਪਹੁੰਚ ਗਏ। ਅਗਲੇ ਦਿਨ ਕਾਨਫਰੰਸ ਸ਼ੁਰੂ ਹੋ ਗਈ। ਅਸੀਂ ਸਾਰੇ ਹਾਲ 'ਚ ਬੈਠੇ ਸੀ ਅਤੇ ਸੇਖੋਂ ਨੇ ਪਰਚਾ ਪੜ੍ਹਨਾ ਸੀ। ਜਿਸ ਵੱਡੇ ਬੰਦੇ ਨੇ ਪ੍ਰਿਜ਼ਾਈਡ ਕਰਨਾ ਸੀ ਉਹ ਪਹੁੰਚਣੋਂ ਖੁੰਝ ਗਿਆ ਸੀ। ਥੋੜ੍ਹੇ ਚਿਰ ਉਡੀਕਣ ਤੋਂ ਮਗਰੋਂ ਮਾਈਕ 'ਤੇ ਅਨਾਊਂਸਮੈਂਟ ਹੋਈ ਕਿ ਉਸ ਸੈਸ਼ਨ ਦੀ ਪ੍ਰਧਾਨਗੀ ਡਾਕਟਰ ਦਲੀਪ ਕੌਰ ਟਿਵਾਣਾ ਕਰਨਗੇ। ਨਾ ਕਰਨ ਦਾ ਤਾਂ ਉਹਨਾਂ ਮੌਕਾ ਹੀ ਨਹੀਂ ਸੀ ਦਿੱਤਾ। ਘਬਰਾਈ ਜੀ ਮੈਂ ਜਾ ਕੇ ਸਟੇਜ 'ਤੇ ਬੈਠ ਗਈ। ਸੇਖੋਂ ਨੇ ਪੇਪਰ ਪੜ੍ਹਿਆ। ਮੈਂ ਕੁਝ ਨੁਕਤਿਆਂ ਬਾਰੇ ਗੱਲ ਕੀਤੀ ਅਤੇ ਫਿਰ ਆਖਿਆ, ਉਮੀਦ ਨਹੀਂ ਸੀ ਕਿ ਸੇਖੋਂ ਸਾਹਿਬ ਐਡਾ ਮਾੜਾ ਪੇਪਰ ਪੜ੍ਹਨਗੇ। ਇਹ ਗੱਲ ਨਹੀਂ ਕਿ ਸੇਖੋਂ ਸਾਹਿਬ ਵਧੀਆ ਪੇਪਰ ਨਹੀਂ ਸੀ ਲਿਖ ਸਕਦੇ ਜਾਂ ਇਹਨਾਂ ਨੂੰ ਕੁਛ ਆਉਂਦਾ ਜਾਂਦਾ ਨਹੀਂ। ਗੱਲ ਇਹ ਹੈ ਕਿ ਇਹ ਆਡੀਅੰਸ ਨੂੰ ਕੁਛ ਨਹੀਂ ਸਮਝਦੇ। ਮਨ 'ਚ ਸੋਚਦੇ ਨੇ ਇਹਨਾਂ ਦਾ ਕੀ ਹੈ, ਇਹਨਾਂ ਦੇ ਸਾਹਮਣੇ ਜੋ ਮਰਜ਼ੀ ਬੋਲ ਆਓ। ਇਹ ਤੋਂ ਮਗਰੋਂ ਮੈਂ ਸਾਰਿਆਂ ਦਾ ਧੰਨਵਾਦ ਕਰਕੇ ਸਟੇਜ 'ਤੇ ਉਤਰਨ ਹੀ ਵਾਲੀ ਸੀ ਕਿ ਸੇਖੋਂ ਸਾਹਿਬ ਨੇ ਕਾਲੇ ਕਾਲੇ ਸਟੇਜ 'ਤੇ ਆ ਕੇ ਮਾਈਕ ਫੜ ਕੇ ਆਖਿਆ, ਜੋ ਟਿਵਾਣਾ ਨੇ ਆਖਿਆ ਮੈਂ ਉਹਦੇ ਨਾਲ 100% ਸਹਿਮਤ ਹਾਂ। ਲੋਕਾਂ ਨੇ ਤਾੜੀਆਂ ਮਾਰੀਆਂ ਅਤੇ ਹੱਸ ਪਏ। ਸੇਖੋਂ ਸਾਹਿਬ ਆਪ ਵੀ ਤਾੜੀਆਂ ਮਾਰ ਰਹੇ ਸਨ ਅਤੇ ਹੱਸ ਰਹੇ ਸਨ। ਕੁਝ ਸਾਲ ਮਗਰੋਂ ਲੇਖਕਾਂ ਵੱਲੋਂ ਸੋਚਿਆ ਗਿਆ ਕਿ ਸੇਖੋਂ ਸਾਹਿਬ 'ਤੇ ਅਭਿਨੰਦਨ ਗ੍ਰੰਥ ਤਿਆਰ ਕੀਤਾ ਜਾਏ ਅਤੇ ਨਾਲ ਹੀ 1 ਲੱਖ ਦੀ ਥੈਲੀ ਭੇਂਟ ਕੀਤੀ ਜਾਏ। ਅਭਿਨੰਦਨ ਗ੍ਰੰਥ ਤਿਆਰ ਕਰਨ ਦੀ ਡਿਊਟੀ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਲੱਗੀ ਅਤੇ ਪੈਸੇ ਇਕੱਠੇ ਕਰਨ ਦੀ ਮੇਰੀ। ਮੈਂ ਪ੍ਰੋਫੈਸਰ ਪ੍ਰੀਤਮ ਸਿੰਘ ਹਰ ਕੰਮ ਨੂੰ ਪਰਫੈਕਸ਼ਨ ਤੱਕ ਲਿਜਾ ਕੇ ਕਰਦੇ ਸਨ।
ਇਸ ਲਈ ਅਭਿਨੰਦਨ ਗ੍ਰੰਥ ਤਿਆਰ ਹੋਣ ਨੂੰ ਦੇਰ ਲੱਗ ਰਹੀ ਸੀ। ਮੈਂ ਜਿਸ ਜਿਸ ਨੂੰ ਵੀ ਚਿੱਠੀ ਪਾਈ ਪੈਸੇ ਪਹੁੰਚ ਗਏ ਸਨ ਅਤੇ ਲੱਖ ਰੁਪਇਆ ਤਿਆਰ ਹੋ ਗਿਆ ਸੀ। ਇੱਕ ਦਿਨ ਉਹਨਾਂ ਦੀ ਬੇਟੀ ਮੇਰੇ ਕੋਲ ਆਈ। ਉਹਨੇ ਆ ਕੇ ਦੱਸਿਆ, ਪਾਪਾ ਜੀ ਬਿਮਾਰ ਹਨ, ਹਸਪਤਾਲ 'ਚ ਦਾਖਲ ਹਨ, ਤੁਹਾਨੂੰ ਯਾਦ ਕਰਦੇ ਸਨ, ਆਖਦੇ ਸਨ ਟਿਵਾਣਾ ਮੈਨੂੰ ਮਿਲ ਜਾਏ। ਜਦੋਂ ਉਹਨੇ ਦੱਸਿਆ ਕਿ ਕਾਫ਼ੀ ਬਿਮਾਰ ਹਨ ਤਾਂ ਮੈਂ ਤਿਆਰ ਹੋ ਕੇ ਉਹਦੇ ਨਾਲ ਹੀ ਹਸਪਤਾਲ ਗਈ। ਉਹਨਾਂ ਦੇ ਕਮਰੇ 'ਚ ਉਹਨਾਂ ਦੀ ਦੂਜੀ ਬੇਟੀ ਅਤੇ ਪਤਨੀ ਸਨ। ਉਹਨਾਂ ਦਾ ਹਾਲ ਚਾਲ ਪੁੱਛਣ ਮਗਰੋਂ ਮੈਂ ਉਹਨਾਂ ਨੂੰ ਪੁੱਛਿਆ, ਤੁਸੀਂ ਐਡੇ ਬਿਮਾਰ ਤਾਂ ਨਹੀਂ ਲੱਗਦੇ, ਤੁਸੀਂ ਮੈਨੂੰ ਕਾਹਦੇ ਲਈ ਖਾਸ ਬੁਲਾਇਆ? ਤਾਂ ਆਖਣ ਲੱਗੇ, ਤੁਸੀਂ ਲੋਕਾਂ ਨੇ ਅਭਿਨੰਦਨ ਗ੍ਰੰਥ ਤਿਆਰ ਕਰਵਾ ਕੇ ਮੈਨੂੰ ਲੱਖ ਰੁਪਇਆ ਵੀ ਤਾਂ ਦੇਣਾ ਸੀ। ਮੈਂ ਕਿਹਾ, ਪੈਸੇ ਤਾਂ ਤਿਆਰ ਨੇ ਪਰ ਗ੍ਰੰਥ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇਰ ਲਾ ਰਹੇ ਨੇ। ਇਹ ਸੁਣ ਕੇ ਸੇਖੋ ਸਾਹਿਬ ਬੋਲੇ, ਇੰਜ ਕਰ, ਲੱਖ ਰੁਪਈਆ ਪਾ ਕੇ ਤੂੰ ਮੈਨੂੰ ਥੈਲੀ ਭੇਟ ਕਰ ਜਾ, ਅਭਿਨੰਦਨ ਗ੍ਰੰਥ ਆਪੇ ਤਿਆਰ ਹੁੰਦਾ ਰਹੂ। ਸੁਣ ਕੇ ਮੈਂ ਹੱਸ ਪਈ ਅਤੇ ਨਾਲ ਹੀ ਮੈਨੂੰ ਯਾਦ ਆਇਆ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਦੀ ਮੀਟਿੰਗ ਸਮੇਂ ਮੈਂ ਆਖਿਆ ਸੀ ਕਿ ਸ਼੍ਰੋਮਣੀ ਸਾਹਿਤਕਾਰ ਨੂੰ 5,000 ਦੀ ਥਾਂ 51,000 ਮਿਲਣਾ ਚਾਹੀਦਾ। ਕਾਫ਼ੀ ਬਹਿਸ ਹੋਈ, ਨਾਮ ਨੂੰ ਪੈਸਿਆਂ ਨਾਲ ਨਹੀਂ ਤੁਲਣਾ ਚਾਹੀਦਾ, ਇਨਾਮ ਤਾਂ ਇਨਾਮ ਹੁੰਦਾ। ਮੈਂ ਆਖਿਆ, ਨੋਬਲ ਪ੍ਰਾਈਜ਼ ਵੀ ਇਸੇ ਲਈ ਏਡੀ ਮਾਨਤਾ ਹੈ ਕਿਉਂਕਿ ਉਸ ਨਾਲ ਪੈਸੇ ਬਹੁਤ ਜ਼ਿਆਦਾ ਹਨ। ਅਖੀਰ ਮੇਰੀ ਸਲਾਹ ਮੰਨ ਕੇ ਇਨਾਮ ਦੀ ਰਾਸ਼ੀ ਵਧਾ ਦਿੱਤੀ ਗਈ। ਮੀਟਿੰਗ ਖਤਮ ਹੋਣ ਤੋਂ ਮਗਰੋਂ ਚਾਹ ਪੀਣ ਵੇਲੇ ਸੇਖੋ ਸਾਹਿਬ ਮੈਨੂੰ ਆਖਣ ਲੱਗੇ, ਤੂੰ ਖਾਮ ਖਾ ਕਿਉਂ ਇੰਨਾ ਲੜਦੀ ਸੀ? ਨਾ 51,000 ਤੈਨੂੰ ਮਿਲਣੇ ਨੇ ਨਾ ਮੈਨੂੰ, ਕਿਉਂਕਿ ਸਾਨੂੰ ਦੋਨਾਂ ਨੂੰ 5,000 ਦੀ ਰਾਸ਼ੀ ਵਾਲਾ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ ਮਿਲ ਚੁੱਕਿਆ। ਮੈਂ ਹੱਸ ਕੇ ਆਖਿਆ, ਮੈਂ ਸਰਕਾਰ ਨੂੰ ਚਿੱਠੀ ਲਿਖ ਦਿਆਂਗੀ ਕਿ ਸੇਖੋ ਸਾਹਿਬ ਨੂੰ 5,000 ਕੱਟ ਕੇ ਬਾਕੀ ਬੈਲੈਂਸ ਰਾਸ਼ੀ ਭੇਜੀ ਜਾਵੇ। ਅੰਗ 18। ਰੌਸ਼ਨ ਲਾਲ ਅਹੂਜਾ ਦੀ ਇੱਕ ਗੱਲ ਮੈਨੂੰ ਬਹੁਤ ਵਾਰੀ ਯਾਦ ਆਉਂਦੀ ਹੈ। ਉਹ ਬੜੇ ਦਾਨੇ, ਸਿਆਣੇ ਅਤੇ ਬਜ਼ੁਰਗ ਵਿਦਵਾਨ ਸਨ। ਇੱਕ ਦਿਨ ਮੇਰੇ ਕੋਲ ਬੈਠੀਆਂ ਗੱਲਾਂ ਕਰਦਿਆਂ ਮੈਂ ਉਹਨਾਂ ਕੋਲ ਜਿਵੇਂ ਕਈ ਗੱਲਾਂ ਦੇ ਗਿਲੇ ਕੀਤੇ ਕਿ ਬਹੁਤੇ ਲੋਕ ਕਿਸੇ ਗੱਲ ਬਾਰੇ ਵੀ ਸੋਚਦੇ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਸਾਰਾ ਕੁਝ ਅਸੀਂ ਕਾਹਦੇ ਲਈ ਕਰੀ ਜਾਂਦੇ ਹਾਂ, ਪਤਾ ਨਹੀਂ ਕਿਵੇਂ ਵਧੀਆ ਕਿਤਾਬਾਂ ਖਰੀਦਣ ਅਤੇ ਪੜ੍ਹੇ ਤੋਂ ਬਿਨਾਂ ਸਾਰੀ ਜਾਂਦੇ ਨੇ। ਇੱਕ ਪ੍ਰੋਫੈਸਰ ਆਖਦਾ ਸੀ ਕਿ ਮੈਂ ਪਿਛਲੇ 12 ਸਾਲਾਂ ਤੋਂ ਕੋਈ ਕਿਤਾਬ ਨਹੀਂ ਪੜ੍ਹੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਗਿਆਨ ਨਹੀਂ, ਅਤੇ ਗੁਰੂ ਗ੍ਰੰਥ ਸਾਹਿਬ ਮੈਂ 12 ਸਾਲ ਪਹਿਲਾਂ ਪੜ੍ਹ ਲਿਆ ਸੀ। ਮੇਰੀਆਂ ਇਹ ਗੱਲਾਂ ਸੁਣ ਕੇ ਡਾਕਟਰ ਰੋਸ਼ਨ ਲਾਲ ਅਹੂਜਾ ਆਖਣ ਲੱਗੇ, ਬੀਬੀ ਇਹ ਦੁਨੀਆ ਤੂੰ ਤਾਂ ਨਹੀਂ ਬਣਾਈ ਜੋ ਤੇਰੀ ਮਰਜ਼ੀ ਦੀ ਹੋਵੇ, ਦੁਨੀਆ ਜਿਹੋ ਜਿਹੀ ਵੀ ਹੈ ਉਸ ਵਿੱਚ ਤੁਸੀਂ ਕਿਵੇਂ ਜੀਣਾ ਬਸ ਇਹ ਧਿਆਨ ਰੱਖੋ। ਡਾਕਟਰ ਅਹੂਜਾ ਦਾ ਇਹ ਫਿਕਰ ਆ ਕਿ ਦੁਨੀਆ ਮੈਂ ਤਾਂ ਨਹੀਂ ਬਣਾਈ, ਜ਼ਿੰਦਗੀ 'ਚ ਮੈਨੂੰ ਬਹੁਤ ਥਾਈ ਸਹਾਈ ਹੋਇਆ। ਵਿਦਵਾਨਾਂ 'ਚੋਂ ਡਾਕਟਰ ਮੋਹਨ ਸਿੰਘ ਦੀਵਾਨਾ ਦੀ ਬਹੁਤ ਕਦਰ ਕਰਦੀ ਹਾਂ। ਉਹ ਭਾਰਤੀ ਅਤੇ ਵਿਦੇਸ਼ੀ ਕਈ ਬੋਲੀਆਂ ਦਾ ਮਾਹਿਰ, ਵੱਡਾ ਵਿਦਵਾਨ ਸੀ, ਪਰ ਲੋਕਾਂ ਨਾਲ ਉਹਦਾ ਵਤੀਰਾ ਬੜਾ ਖਰਵਾ ਸੀ। ਉਹ ਆਖਦਾ ਸੀ, ਮੀਡੀਓਕਰ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੇ। ਉਹ ਵੀ ਆਖਦਾ ਸੀ, ਪੁੱਤਰ ਨੇ ਮੇਮ ਨਾਲ ਵਿਆਹ ਕਰਾ ਲਿਆ ਅਤੇ ਧੀ ਨੇ ਅੰਗਰੇਜ਼ ਨਾਲ, ਇਸ ਲਈ ਅਸਲੀ ਧੀ ਤੂੰ ਹੀ ਹੈ ਮੇਰੀ ਜਿਹਨੇ ਪੰਜਾਬੀ 'ਚ ਕੰਮ ਕੀਤਾ। ਅੰਗ 19। ਅੰਮ੍ਰਿਤਸਰ ਯੂਨੀਵਰਸਿਟੀ ਵੱਲੋਂ ਮੈਨੂੰ ਇੱਕ ਕਹਾਣੀ ਸੰਗ੍ਰਹਿ ਐਡਿਟ ਕਰਨ ਲਈ ਆਖਿਆ ਗਿਆ। ਜਦੋਂ ਮੈਂ ਉਹ ਸੰਗ੍ਰਹਿ ਤੈਅ ਕੀਤਾ ਤਾਂ ਜਸਵੰਤ ਸਿੰਘ ਵਿਰਦੀ ਦੀ ਕਹਾਣੀ ਕੰਡਿਆਂ 'ਤੇ ਤੁਰਨਾ ਸੰਗ੍ਰਹਿ 'ਚ ਪਾ ਦਿੱਤੀ। ਉਸ 'ਚ ਇੱਕ ਲਫ਼ਜ਼ ਅਜਿਹਾ ਸੀ ਜਿਹਨੇ ਮੈਨੂੰ ਅਸਲੀ ਮਾਇਨੇ ਨਹੀਂ ਸੀ ਪਤਾ। ਅੰਮ੍ਰਿਤਸਰ ਜਦੋਂ ਉਸ ਕਹਾਣੀ 'ਤੇ ਇਤਰਾਜ਼ ਕੀਤਾ ਗਿਆ ਤਾਂ ਮੈਨੂੰ ਜਦੋਂ ਲਫ਼ਜ਼ ਦੇ ਮਾਇਨੇ ਪਤਾ ਲੱਗੇ ਤਾਂ ਮੈਂ ਬਹੁਤ ਸ਼ਰਮਸਾਰ ਹੋਈ। ਹੁਣ ਵੀ ਕਦੇ ਜਦੋਂ ਇਹ ਗੱਲ ਯਾਦ ਆ ਜਾਂਦੀ ਹੈ ਤਾਂ ਸ਼ਰਮਿੰਦਗੀ ਮਹਿਸੂਸ ਕਰਦੀ ਹਾਂ। ਇਵੇਂ ਪੁਰਾਣੀ ਗੱਲ ਹੈ, ਪ੍ਰੋਫੈਸਰ ਮੋਹਨ ਸਿੰਘ ਨੂੰ ਯੂਨੀਵਰਸਿਟੀ ਵੱਲੋਂ ਨਾਨਕਾਇਨ ਲਿਖਣ ਲਈ ਫੈਲੋਸ਼ਿਪ ਦਿੱਤੀ ਗਈ ਸੀ। ਉਹ ਇੰਪੋਰਟਿਡ ਮੀਟਿੰਗਾਂ ਵਿੱਚ ਵੀ ਅਕਸਰ ਹੁੰਦੇ ਸਨ। ਮੈਂ ਯੂਨੀਵਰਸਿਟੀ ਲਈ 2 ਕਿਤਾਬਾਂ ਐਡਿਟ ਕੀਤੀਆਂ, ਬਾਬਾਣੀਆਂ ਕਹਾਣੀਆਂ ਅਤੇ ਪੁੱਤ ਸਪੁੱਤ ਕਰੇਨ, ਜਿਸ ਡਾਕਟਰ ਮੋਹਨ ਸਿੰਘ ਦੀਵਾਨੇ ਦੀ ਵੀ ਕਹਾਣੀ ਪਾ ਲਈ। ਮੀਟਿੰਗ ਵੇਲੇ ਪ੍ਰੋਫੈਸਰ ਮੋਹਨ ਸਿੰਘ ਆਖਣ ਲੱਗੇ, ਦੀਵਾਨੇ ਵਾਲੀ ਕਹਾਣੀ ਕੱਢ ਦਿਓ। ਮੈਂ ਆਖਿਆ, ਮੈਂ ਕਹਾਣੀਆਂ ਪੜ੍ਹੀਆਂ ਵੀ ਬਹੁਤ ਹਨ ਅਤੇ ਕਹਾਣੀ 'ਤੇ PhD ਵੀ ਕੀਤੀ ਹੈ, ਅਤੇ ਮੈਂ ਜਾਣਦੀ ਹਾਂ ਮੋਹਨ ਸਿੰਘ ਦੀਵਾਨਾ ਦੀ ਕਹਾਣੀ ਇਸ ਸੰਗ੍ਰਹਿ 'ਚ ਹੋਣੀ ਚਾਹੀਦੀ ਹੈ ਕਿਉਂਕਿ ਦੀਵਾਨਾ ਕਹਾਣੀਆਂ ਵੀ ਬਹੁਤ ਵਧੀਆ ਲਿਖਦਾ ਹੈ ਪ੍ਰੋਫੈਸਰ ਮੋਹਨ ਸਿੰਘ ਬਾਰ ਬਾਰ ਇਹੀ ਆਖੀ ਜਾਣ। ਜਦੋਂ ਮੈਂ ਕਹਿੰਦਾ ਕਹਾਣੀ ਕੱਢ ਦਿਓ ਤਾਂ ਕੱਢ ਦੇ, ਕੱਢ ਕਿਉਂ ਨਹੀਂ ਦਿੰਦੇ? ਮੈਂ ਆਖਿਆ, ਇਹ ਤਾਂ ਕੋਈ ਦਲੀਲ ਨਹੀਂ ਹੋਈ ਕਿ ਤੁਸੀਂ ਕਹਿੰਦੇ ਹੋ, ਤੁਸੀਂ ਇਹ ਦੱਸੋ ਕਿ ਇਹ ਕਹਾਣੀ ਕਿਉਂ ਕੱਢੀ ਜਾਵੇ। ਆਖਣ ਲੱਗੇ, ਦੀਵਾਨੇ ਨੇ ਸਾਰੀ ਉਮਰ ਮੈਨੂੰ ਕਵੀ ਨਹੀਂ ਮੰਨਿਆ, ਮੈਂ ਉਹਨੂੰ ਕਹਾਣੀਕਾਰ ਕਿਵੇਂ ਮੰਨ ਲਵਾਂ? ਮੈਂ ਆਖਿਆ, ਮੈਂ ਤਾਂ ਤੁਹਾਨੂੰ ਵੱਡਾ ਕਵੀ ਮੰਨਦੀ ਹਾਂ,
ਅਤੇ ਦੀਵਾਨੇ ਨੂੰ ਵੱਡਾ ਕਹਾਣੀਕਾਰ, ਇਸ ਲਈ ਕਹਾਣੀ ਕੱਢੀ ਨਹੀਂ ਜਾ ਸਕਦੀ। ਪ੍ਰੋਫੈਸਰ ਸਾਹਿਬ ਨੇ ਮੇਰੀ ਗੱਲ ਮੰਨ ਲਈ। ਦੋ ਚਾਰ ਦਿਨਾਂ ਬਾਅਦ ਆਖਣ ਲੱਗੇ, ਆਪਾਂ ਕੌਫੀ ਹਾਊਸ ਕੌਫੀ ਨਾ ਪੀਏ। ਮੈਂ ਆਖਿਆ ਮੈਨੂੰ ਕੌਫੀ ਸਵਾਦ ਨਹੀਂ ਲੱਗਦੀ। ਕਹਿੰਦੇ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਵੀ ਕਰਨੀ ਹੈ। ਮੈਂ ਆਖਿਆ ਚਲੋ ਚੱਲਦੇ ਹਾਂ, ਤੁਸੀਂ ਕੌਫੀ ਪੀ ਲਿਓ ਅਤੇ ਨਾਲ ਹੀ ਜ਼ਰੂਰੀ ਗੱਲ ਕਰ ਲਓ। ਕੌਫੀ ਹਾਊਸ 'ਚ ਜਾ ਕੇ ਉਹਨਾਂ ਨੇ ਕੌਫੀ ਮੰਗਵਾ ਲਈ। ਮੈਂ ਆਪਣਾ ਕੱਪ ਵੀ ਉਹਨਾਂ ਅੱਗੇ ਕਰਤਾ ਅਤੇ ਆਪ ਹੌਲੀ ਹੌਲੀ ਪਾਣੀ ਪੀਣ ਲੱਗੇ। ਕੌਫੀ ਪੀਂਦਿਆਂ ਨੂੰ ਮੈਂ ਪੁੱਛਿਆ, ਕਿਹੜੀ ਜ਼ਰੂਰੀ ਗੱਲ ਕਰਨੀ ਹੈ ਦੱਸੋ। ਉਹ ਸਵਾਰ ਕੇ ਮੇਰੇ ਵੱਲ ਝਾਕੇ ਅਤੇ ਫਿਰ ਕਹਿਣ ਲੱਗੇ, ਜ਼ਿੰਦਗੀ ਵਿੱਚ ਤੂੰ ਦੂਸਰੀ ਔਰਤ ਹੈ ਜਿਹੜੀ ਮੈਨੂੰ ਇੰਨੀ ਚੰਗੀ ਲੱਗਦੀ ਹੈ। ਪਹਿਲੀ ਹੈ ਅਮਰਤਾ। ਮੈਂ ਉੱਚੀ ਉੱਚੀ ਹੱਸ ਪਈ ਅਤੇ ਆਖਿਆ, ਪ੍ਰੋਫੈਸਰ ਸਾਹਿਬ ਦੋ ਨੰਬਰ 'ਤੇ ਹੋਣਾ ਮੈਨੂੰ ਪਸੰਦ ਨਹੀਂ। ਮੈਂ ਤਾਂ ਘਰ 'ਚ ਜੰਮੀ ਵੀ ਪਹਿਲੇ ਨੰਬਰ 'ਤੇ ਸੀ। ਤੂੰ ਬਹੁਤ ਚਲਾਕ ਹੈ। ਉਹਨਾਂ ਨੇ ਜਿਵੇਂ ਆਪਣੀ ਚਲਾਕੀ ਨੂੰ ਢੱਕਣ ਲਈ ਆਖਿਆ ਅਤੇ ਮੈਂ ਇਸ ਗੱਲ 'ਤੇ ਵੀ ਹੱਸ ਪਈ। ਘੜੀ ਦੇਖੀ ਅਤੇ ਆਖਿਆ, ਪ੍ਰੋਫੈਸਰ ਸਾਹਿਬ ਮੇਰੇ ਪੀਰੀਅਡ ਦਾ ਟਾਈਮ ਹੋ ਗਿਆ, ਤੁਸੀਂ ਆਰਾਮ ਨਾਲ ਕੌਫੀ ਪੀਓ। ਅਤੇ ਮੈਂ ਉੱਥੋਂ ਉੱਠ ਕੇ ਆ ਗਈ। ਧੰਨਵਾਦ।